ਕਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਮਹੀਨਾਵਾਰੀ ਜੋ ਗੁਰਮਤਿ ਸਮਾਗਮ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹੁੰਦਾ ਮਹੀਨੇ ਦੇ ਪਹਿਲੇ ਸ਼ਨੀਵਾਰ ਤੇ ਪਿਛਲੇ ਵਾਰ ਆਪਾਂ ਸੋਚਿਆ ਸੀ ਕਿ ਜਿਹੜੇ ਤਿੰਨ ਮਹੀਨੇ ਦਿਨ ਦੇ ਦੀਵਾਨ ਲਾਉਂਦੇ ਹਾਂ ਉਹ ਆਪਾਂ ਐਤਵਾਰ ਦਾ ਕਰ ਲਈਏ ਤਾਂ ਜੋ ਕਈਆਂ ਨੂੰ ਛੁੱਟੀ ਹੁੰਦੀ ਹੈ ਬੱਚੇ ਵੀ ਘਰ ਹੁੰਦੇ ਹੈ ਸ਼ਨੀਵਾਰ ਦੀ ਬਜਾਏ ਐਤਵਾਰ ਦਾ ਪ੍ਰੋਗਰਾਮ ਰੱਖਿਆ ਸੀ। ਸੋ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਆਓ ਕੁਝ ਸਮਾਂ ਕੋਸ਼ਿਸ਼ ਕਰੀਏ ਗੁਰੂ ਜੀ ਦੇ ਬਚਨਾਂ ਦੀ ਸਾਨੂੰ ਸਮਝ ਪਵੇ। ਜਿਹੜੇ ਕੋਈ ਸੱਜਣ ਬਾਹਰ ਜਦੋਂ ਮੈਂ ਆਇਆ ਮੈਂ ਵੇਖਿਆ ਫੁੱਟਪਾਥਾਂ ਦੇ ਉੱਤੇ ਬੜੇ ਸਿੰਘ ਬੈਠੇ ਸੀ, ਕਈ ਧੁੱਪ ਸੇਕਦੇ ਸੀ, ਪਾਰਕ ਦੇ ਵਿੱਚ ਕਈ ਲੰਮੇ ਵੀ ਪਏ ਸੀ। ਤੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਬਾਹਰ ਮੇਰੀ ਆਵਾਜ਼ ਸੁਣਦੇ ਆ, ਉਹ ਪੰਡਾਲ ਵਿੱਚ ਸੱਜਣ ਦੀਵਾਨ ਵਿੱਚ ਆ ਕੇ ਬੈਠੋ, ਕਿਉਂਕਿ ਦੂਰੋਂ ਨੇੜਿਓਂ ਚੱਲ ਕੇ ਆਏ ਵੀ ਹੋ, ਬੜੀ ਸਫ਼ਰ ਕਰਕੇ ਆਈਦਾ, ਮਿਹਨਤ ਕਰੀਦੀ ਹੈ ਤੇ ਕੋਸ਼ਿਸ਼ ਕਰੀਏ ਕੋਈ ਗੁਰੂ ਸਾਹਿਬ ਦਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਏ। ਸੋ ਅਣਘੜੇ ਪੱਥਰ ਦੀ ਕੋਈ ਕੀਮਤ ਨਹੀਂ ਹੁੰਦੀ, ਅਣਘੜਿਆ ਪੱਥਰ ਉਹਦੀ ਕੋਈ ਕੀਮਤ ਨਹੀਂ, ਜਦੋਂ ਘੜਿਆ ਜਾਂਦਾ ਫਿਰ ਉਹਦੀ ਕੀਮਤ ਪੈਂਦੀ। ਇੱਕ ਬੇਨਤੀ ਹੈ ਬੀਬੀਆਂ ਨੂੰ ਕਿ ਬੱਚਿਆਂ ਦੀ ਥੋੜ੍ਹੀ ਥੋੜ੍ਹੀ ਆਵਾਜ਼ ਆਉਂਦੀ ਹੈ, ਤਿੰਨ ਚਾਰ ਸੇਵਾਦਾਰ ਬੀਬੀਆਂ ਵਾਲੇ ਪਾਸੇ ਜੇ ਪਿਛਲੇ ਪਾਸੇ ਚਲੇ ਜਾਓ ਜਿੱਥੇ ਬੱਚੇ ਭੱਜੇ ਫਿਰਦੇ ਆ, ਥੋੜ੍ਹਾ ਜਿਹਾ ਉੱਥੇ ਕੰਟਰੋਲ ਕਰ ਲਈਏ। ਦੋ ਤਿੰਨ ਸੇਵਾਦਾਰ ਆਲੇ ਦੁਆਲੇ ਜਰਾ ਕੁ ਵੇਖੋ, ਜਿਹੜੇ ਬੱਚੇ ਭੱਜਦੇ ਨੱਠਦੇ ਆ ਨਾ ਉਹਨਾਂ ਨੂੰ ਕੰਟਰੋਲ ਕਰੋ, ਫਿਰ ਉਹਨਾਂ ਦੀ ਆਵਾਜ਼ ਸਟੇਜ 'ਤੇ ਆਉਂਦੀ। ਹਾਂਜੀ, ਜੋ ਅਣਘੜਿਆ ਪੱਥਰ ਹੁੰਦਾ ਹੈ, ਅਣਘੜਿਆ ਉਹਦੀ ਕੋਈ ਕੀਮਤ ਨਹੀਂ। ਜਦੋਂ ਘੜਿਆ ਜਾਂਦਾ ਹੈ ਫਿਰ ਕੈਸੇ ਕੈਸੇ ਸ਼ੋ ਪੀਸ ਬਣਦੇ ਆ, ਕਈ ਮੂਰਤੀਆਂ ਬਣ ਜਾਂਦੀਆਂ ਬੜੇ ਸੋਹਣੇ ਢੰਗ ਨਾਲ। ਜਦੋਂ ਪੱਥਰ ਘੜ ਦਈਏ ਉਹਦੀ ਫਿਰ ਕੀਮਤ ਪੈ ਜਾਂਦੀ। ਅਣਘੜਿਆ ਜਿਹੜਾ ਦਿਮਾਗ ਹੈ ਉਹ ਵੀ ਇੱਦਾਂ ਹੀ, ਜਿਹੜਾ ਸਾਡਾ ਬ੍ਰੇਨ ਹੈ ਜੇ ਅਣਘੜਿਆ ਤੇ ਇੱਦਾਂ ਜਿਹਦੇ, ਬਸ ਇਹਦੀ ਕੋਈ ਕੀਮਤ ਥੋੜ੍ਹਾ, ਇਹਨੂੰ ਘੜਿਆ ਜਾਣਾ ਚਾਹੀਦਾ। ਤੇ ਜਿੰਨਾ ਇਹ ਜ਼ਿਆਦਾ ਘੜਿਆ ਜਾਂਦਾ ਓਨੀ ਇਹਦੀ ਕੀਮਤ ਫਿਰ ਵੱਧਦੀ ਜਾਂਦੀ। ਇੱਕ ਪੱਥਰ ਆਪਾਂ ਬੜੀ ਵਾਰੀ ਗੱਲ ਕਰਦੇ ਹੁੰਦੇ ਹਾਂ ਵੀ ਨਾਲੀ ਤੇ ਪਿਆ ਸੀ, ਲੰਘਣ ਵਾਲਾ ਹਰੇਕ ਹੀ ਕਹਿੰਦਾ ਵੀ ਪੱਥਰ ਤੇ ਪੈਰ ਰੱਖ ਕੇ ਲੰਘਦਾ ਸੀ, ਪਰ ਕਿਸੇ ਦੀ ਨਜ਼ਰੀ ਪੈ ਗਿਆ, ਉਹਨੇ ਘੜ ਕੇ ਮੂਰਤੀ ਬਣਾ ਦਿੱਤੀ, ਉਸੇ ਨੂੰ ਮੱਥੇ ਟਿਕਣ ਲੱਗ ਪਿਆ। ਤੇ ਜਿਹੜੇ ਜਿਹਦੀ ਦੁਕਾਨ ਦੇ ਅੱਗੇ ਪਿਆ ਸੀ ਉਹ ਪੁੱਛਦਾ ਵੀ ਤੈਨੂੰ ਕਿਵੇਂ ਪਤਾ ਲੱਗਾ ਵੀ ਇਹਦੇ ਵਿੱਚ ਮੂਰਤੀ ਹੈ, ਮੈਨੂੰ ਤੇ ਦਿਸੀ ਨਹੀਂ, ਤੈਨੂੰ ਕਿਵੇਂ ਦਿਸਦੀ? ਇਹ ਕਿਸੇ ਕਿਸੇ ਨੂੰ ਦਿਸਦੀ ਹੁੰਦੀ ਹੈ, ਦਿਸਦੀ ਹੈ ਜੀ। ਕਈ ਇਦਾਂ ਦੇ ਪ੍ਰੋਫੈਸਰ ਹੁੰਦੇ ਨੇ ਉਹਨਾਂ ਨੂੰ ਦਿਸ ਜਾਂਦਾ ਹੁੰਦਾ ਵੀ ਆਹ ਆਫਿਸਰ ਹੈ, ਇਹਦੇ ਵਿੱਚ ਆਫਿਸਰ ਹੈ, ਇਹ ਕੋਈ ਵੱਡਾ ਬਣੇਗਾ ਜੀ, ਇਹਦਾ ਦਿਮਾਗ ਘੜਿਆ ਜਾਣਾ। ਕੁਛ ਬੰਦੇ ਪੱਥਰਾਂ ਦੇ ਵਿਚਲੀ ਮੂਰਤੀ ਨੂੰ ਵੇਖ ਸਕਦੇ ਹੈ, ਸਾਰੇ ਨਹੀਂ ਵੇਖ ਸਕਦੇ, ਕਿਉਂਕਿ ਹਰੇਕ ਪੱਥਰ ਘੜਿਆ ਨਹੀਂ ਜਾ ਸਕਦਾ ਹੁੰਦਾ, ਕੋਈ ਕੋਈ ਪੱਥਰ ਹੁੰਦਾ ਹੈ ਜਿਹੜਾ ਘੜਿਆ ਜਾਂਦਾ ਹੈ। ਇਸੇ ਤਰ੍ਹਾਂ ਕੁਛ ਦਿਮਾਗ ਇਦਾਂ ਦੇ ਨੇ ਜਿਹੜੇ ਬੜੇ ਵਧੀਆ ਘੜੇ ਜਾ ਸਕਦੇ, ਤੇ ਜਿਵੇਂ ਹਰੇਕ ਨੂੰ ਦਿਸਦਾ ਨਹੀਂ ਇੱਦਾਂ ਹੀ ਹਰੇਕ ਨੂੰ ਨਹੀਂ ਤੁਸੀਂ ਘੜ ਵੀ ਨਹੀਂ ਸਕਦੇ, ਤੇ ਹਰੇਕ ਬੰਦਾ ਸਮਝ ਵੀ ਨਹੀਂ ਸਕਦਾ ਵੀ ਆਹ ਬੰਦਾ ਯਾਰ ਘੜਿਆ ਜਾ ਸਕਦਾ। ਬਹੁਤੇ ਤੇ ਫਿਰ ਮੱਥੇ ਟੇਕਣ ਵਾਲੇ ਹੁੰਦੇ ਨੇ, ਮੂਰਤੀ ਕੋਈ ਬਣਾਉਂਦਾ
ਬਹੁਤੇ ਵਾਹ-ਵਾਹ ਕਰਨ ਵਾਲੇ ਤੇ ਬਹੁਤ ਆ ਜਾਣਗੇ ਵੀ ਕੀ ਬਾਤ ਹੈ ਕੀ ਬਾਤ ਹੈ, ਪਰ ਬਣਾਉਣੀ ਹਰੇਕ ਨੂੰ ਨਹੀਂ ਆਉਂਦੀ ਹੁੰਦੀ, ਬਹੁਤੇ ਤੇ ਵਾਹ-ਵਾਹ ਕਰਨ ਵਾਲੇ ਹੁੰਦੇ। ਇਸ ਕਰਕੇ ਸਤਿਗੁਰੂ ਇਹ ਸਾਡੇ ਤੇ ਮਿਹਰ ਕਰਨ ਵੀ ਸਾਡੀ ਨਾ ਸੁਰਤ ਘੜੀ ਜਾਏ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਗੁਰਬਾਣੀ ਦੀ ਜਦੋਂ ਅਸੀਂ ਐਜੂਕੇਸ਼ਨ ਗੁਰੂ ਸਾਹਿਬ ਤੋਂ ਅਸੀਂ ਜਦੋਂ ਸਮਝ ਲੈਂਦੇ ਹਾਂ, ਅਕਲ ਲੈਂਦੇ ਹਾਂ, ਫਿਰ ਸਾਡੀ ਮਤ ਹੈ ਜਿਹੜੀ ਘੜੀ ਜਾਂਦੀ ਹੈ। ਜਿਵੇਂ ਜਿਵੇਂ ਸੁਣ ਰਹੇ ਹਾਂ, ਮਨ ਦੀ ਜਿਹੜੀ ਮੈਲ ਹੈ ਨਾ ਉਹ ਲਹਿ ਰਹੀ ਹੈ। ਜੋ ਸੁਣਦੇ ਹਾਂ ਕਿਤੇ ਚੰਗੀ ਤਰ੍ਹਾਂ ਦਿਮਾਗ ਵਿੱਚ ਬੈਠ ਜਾਣ ਨੁਕਤੇ, ਹਰ ਗੱਲ ਅਸੀਂ ਆਪਣੇ ਅੰਦਰ ਵਸਾ ਲਈਏ ਤੇ ਜ਼ਿੰਦਗੀ ਬਣ ਗਈ। ਜੋ ਗੁਰੂ ਘਰ ਵਿੱਚੋਂ ਮਿਲਦਾ ਹੈ, ਜੋ ਗਿਆਨ ਜੋ ਸਿੱਖਿਆ ਇਹ ਆਪਣੇ ਨਾਲ ਲੈ ਕੇ ਜਾਈਏ, ਸੁਰਤ ਵਿੱਚ ਵਸਾਈਏ ਤੇ ਕਿਆ ਚੀਜ਼ ਬਣ ਸਕਦੇ ਹਾਂ। ਜਿਵੇਂ ਆਪਾਂ ਬਹੁਤ ਵਾਰ ਪੜ੍ਹਦੇ ਹਾਂ ਨਾ ਵੀ ਹਰ ਜੀਓ ਨਿਮਾਣਿਆ ਤੂੰ ਮਾਣ, ਤੂੰ ਮਾਣ ਦੇਣ ਵਾਲਾ ਹੈ ਮੇਰਿਆ ਮਾਲਕਾ, ਨਿਕੰਮਿਆਂ ਨੂੰ ਨਾ ਚੀਜ਼ ਦਾ ਅਰਥ ਹੁੰਦਾ ਨਿਕੰਮਾ, ਨਿਕੰਮਿਆਂ ਜਿਹਾਂ ਨੂੰ ਕਿੰਨੇ ਸੋਹਣੇ ਬਣਾ ਦਿੰਦਾ, ਘੜ ਦਿੰਦਾ ਨਾ। ਜਦੋਂ ਐਂ ਲੱਗਦਾ ਹੀ ਨਹੀਂ ਸੀ ਵੀ ਆਹ ਬੰਦਾ ਵੀ ਕਿਸੇ ਕੰਮ ਦਾ ਹੈ, ਐਂ ਲੱਗਦਾ ਸੀ ਵੀ ਤੇ ਸਿਰੇ ਦਾ ਨਿਕੰਮਾ ਬੰਦਾ ਹੈ ਯਾਰ, ਇਹ ਵੀ ਕਿਸੇ ਕੰਮ ਆ ਸਕਦਾ। ਪਰ ਕਮਾਲ ਪੜਿਓ ਜਰਾ, ਹਰ ਜੀਉ ਨਿਮਾਣਿਆ ਤੂੰ ਮਾਂ, ਨੇ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਨਿਕੰਮਿਆਂ ਨੂੰ ਬੜੇ ਕਮਾਲ ਦੇ ਬਣਾ ਦਿੰਦੇ ਸੱਚੇ ਪਾਤਸ਼ਾਹ, ਨਾ ਚੀਜ਼ ਸੀ ਜਿਹੜੇ। ਜਦੋਂ ਸੱਜਣ ਠੱਗ ਕੋਲ ਗਏ ਆ ਆਪਾਂ ਪਰਸੋਂ ਸੁਲਤਾਨਪੁਰ ਲੋਧੀ ਦੀਵਾਨ ਵਿੱਚ, ਮੈਂ ਗੱਲ ਕਰਦਾ ਸੀ ਸੁਲਤਾਨਪੁਰ ਲੋਧੀ, ਜਦੋਂ ਜਿਨ੍ਹਾਂ ਨੇ ਲਾਈਵ ਸੁਣਿਆ ਹੋਏਗਾ ਪ੍ਰੋਗਰਾਮ, ਉਹਦੇ ਵਿੱਚ ਵੀ ਗੱਲ ਚੱਲਦੀ ਸੀ ਵੀ ਗੁਰੂ ਸਾਹਿਬ ਸੱਜਣ ਜਦੋਂ ਆਇਆ ਨਾ ਤੇ ਸੱਜਣ ਵੱਲ ਵੇਖ ਕੇ ਨਹੀਂ ਕਹਿੰਦੇ ਵੀ ਸੱਜਣਾ ਤੂੰ ਸੱਜਣ, ਏਦਾਂ ਨਹੀਂ, ਆਪਣੇ ਆਪ ਨੂੰ ਕਹਿੰਦੇ। ਜਿਵੇਂ ਹੁਣ ਮੈਂ ਆਪਣੇ ਆਪ ਨੂੰ ਕਹਾਂ ਵੀ ਜਿੱਦਾਂ ਏਦਾਂ ਗੱਲ ਕਰੀਏ ਆਪਾਂ, ਕੋਈ ਖੜ ਜੇ ਕੋਲ ਆ ਕੇ ਤੇ ਮੈਂ ਕਹਾਂ ਵੀ ਮਨਾ ਤੂੰ ਚੋਲਾ ਜਿਹਾ ਪਾਈ ਫਿਰਦਾ, ਤੂੰ ਬੜੇ ਖੰਡੇ ਖੁੰਡੇ ਲਾ ਕੇ ਵਿਖਾਉਣਾ ਹੈ, ਏਦਾਂ ਮੈਂ ਆਪਣੇ ਆਪ ਨੂੰ ਜਿਵੇਂ ਕਹਾਂ ਵੀ ਬਾਹਲਾ ਹੀ ਤੂੰ ਗੁਰਮੁਖ ਬਣ ਬਣ ਬਹਿੰਦਾ ਹੈ, ਅੱਖਾਂ ਬੰਦ ਕਰ ਕਰਕੇ ਵਿਖਾਉਣਾ ਹੈ, ਏਦਾਂ ਹਮੇਸ਼ਾ ਗੁਰੂ ਜੀ ਏਦਾਂ ਕਹਿੰਦੇ ਸੀ। ਦੂਜਾ ਤੇ ਆਪੇ ਹੀ ਸਮਝ ਜਾਂਦਾ ਸੀ ਆਖੋ ਸਤਨਾਮ ਏਦਾਂ ਕਹਿੰਦੇ ਸੀ। ਜਦੋਂ ਕਹਿੰਦੇ ਨਾ ਨਾਨਕ ਮਤਲਬ ਮੈਂ, ਕਿਸੇ ਦੀ ਗੱਲ ਨੀ ਆਪਣੇ ਆਪ ਨੂੰ ਵੀ ਬਾਹਲਾ ਗਿਆਨੀ ਬਣਦਾ ਹੈ। ਜਦੋਂ ਐਂ ਕਹਿੰਦੇ ਗਣ ਗਣ ਜੋਤਕ ਕਾਂਢੀ ਕੀਨੀ ਪੜ੍ਹੈ ਸੁਣਾਵੈ ਤਤ ਨਾ ਚੀਨੀ, ਤੂੰ ਕਹਿੰਦੇ ਝੂਠ ਨਾ ਬੋਲ ਪਾਂਡੇ ਵੀ ਜਿਹੜਾ ਮੇਰਾ ਮਨ ਆਪ ਹੀ ਆਪਣੀਆਂ ਜਨਮ ਪੱਤਰੀਆਂ ਜਿਹੀਆਂ ਬਣਾਉਂਦਾ ਰਹਿੰਦਾ ਵੀ ਫਿਰ ਐਂ ਕਰਾਂਗੇ ਫਿਰ ਐਂ ਕਰਾਂਗੇ ਫਿਰ ਐਂ ਕਰਾਂਗੇ, ਵੀ ਮਨਾ ਤੂੰ ਕੀ ਬਣਿਆ ਫਿਰਦਾ, ਤੂੰ ਆਪੇ ਘਾੜਤਾਂ ਜਿਹੀਆਂ ਘੜਦਾ ਰਹਿੰਦਾ। ਸਮਝਣ ਵਾਲਾ ਫਿਰ ਸਮਝ ਜਾਂਦਾ ਜਦੋਂ ਏਦਾਂ ਤੀਰ ਵੱਜਦੇ ਆ। ਜਿਵੇਂ ਆਹ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਵੇਖਿਓ ਜਰਾ ਸ਼ੁਰੂ ਤੋਂ ਇੱਕ ਵਾਰ ਪੜ੍ਹ ਕੇ ਵੇਖਿਓ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਬਈ ਜਿਵੇਂ ਮਹਾਰਾਜ ਕਹਿੰਦੇ ਕਹਿਹ ਦਾ ਭਾਂਡਾ ਕਿਵੇਂ ਲਿਸ਼ਕਦਾ ਹੁੰਦਾ, ਪਿੱਤਲ ਦਾ ਜਿਹੜਾ ਬਰਤਨ ਹੁੰਦਾ ਕਿਵੇਂ ਲਿਸ਼ਕਦਾ ਹੁੰਦਾ, ਪਰ ਕਹਿੰਦੇ ਲਿਸ਼ਕਦਾ ਬਾਹਰੋਂ ਹੀ ਹੈ, ਲਿਸ਼ਕਦਾ ਸੋਨਾ ਵੀ ਹੈ, ਚਮਕ ਸੋਨੇ ਵਿੱਚ ਵੀ ਹੁੰਦੀ ਹੈ ਤੇ ਚਮਕ ਪਿੱਤਲ ਦੇ ਭਾਂਡੇ ਵਿੱਚ ਵੀ ਹੁੰਦੀ ਹੈ, ਪਰ ਜੇ ਕਿਤੇ ਰਗੜਨ ਬਹਿ ਜਾਈਏ ਉਹਦੇ ਵਿੱਚੋਂ ਤੇ ਕਾਲਖ ਹੀ ਨਿਕਲਦੀ ਹੈ। ਕਹਿ ਦੇ ਭਾਂਡੇ ਨੂੰ ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਰਗੜੀ ਜਾਓ ਰਗੜੀ ਜਾਓ ਰਗੜੀ ਜਾਓ, ਉਹਦੀ ਕਾਲਖ ਉਹਦੇ ਚੋਂ ਆਈ ਜਾਂਦੀ ਹੈ, ਖਤਮ ਨਹੀਂ ਹੁੰਦੀ। ਫਰਕ ਬੜਾ, ਕਹਿੰਦੇ ਕਈ ਕਹਿ ਦੇ ਭਾਂਡੇ ਵਾਂਗੂ ਉੱਤੋਂ ਚਮਕਦੇ ਹੁੰਦੇ ਆ, ਵਿੱਚ ਕਾਲਖ ਹੁੰਦੀ ਹੈ, ਅਸਲੀ ਚਮਕ ਨਹੀਂ ਨਕਲੀ ਹੁੰਦੀ ਹੈ। ਆਖੋ ਸਤਨਾਮ, ਕਹਿੰਦੇ ਅਸਲੀ ਚਮਕ ਨਹੀਂ ਹੁੰਦੀ ਨਕਲੀ ਹੁੰਦੀ ਹੈ। ਪੜੋ ਜਰਾ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ
ਜੇ ਸੋ ਪੋਵਾਂ ਤਿਸ ਸਜਣਾ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲਿਖਾ ਮੰਗੀਏ ਤਿੱਥੇ ਖੜੇ ਦਿਸਨ ਸੱਜਣ ਦੇ ਨਾਮ ਦੀ ਗੱਲ ਨਹੀਂ ਸੱਜਣ ਸੱਜਣ ਦੀ ਗੱਲ ਕੱਲਾ ਵੀ ਉਹਦਾ ਨਾਮ ਸੱਜਣ ਸੀ ਆਪਾਂ ਸਾਰੇ ਯਾਰ ਨਾਮ ਜਿਹੜਾ ਮਰਜ਼ੀ ਹੋਵੇ ਸਾਡਾ ਆਪਾਂ ਸਾਰੇ ਸੱਜਣ ਬਣ ਬਣ ਕੇ ਨਹੀਂ ਬਹਿੰਦੇ ਵੀ ਅਗਲਾ ਮੈਨੂੰ ਗੁਰਮੁਖ ਜਿਹਾ ਲੱਗਾ ਮੈਂ ਸੱਜਣ ਸੱਜਣ ਲੱਗਾ ਵੇਖਣ ਵਾਲੇ ਨੂੰ ਐਂ ਜੇ ਲੱਗੇ ਵੀ ਕਿੰਨਾ ਵਧੀਆ ਹਰੇਕ ਬੰਦਾ ਭਲਾ ਇੱਦਾਂ ਨਹੀਂ ਬਣ ਬਣ ਬਹਿੰਦਾ ਆਪਾਂ ਸਾਰੇ ਹੀ ਇੱਦਾਂ ਬਣ ਬਣ ਬਹਿੰਦੇ ਦਿਖਾਵਾ ਸੱਜਣਾ ਦਾ ਕਰਦੇ ਆ ਅੰਦਰ ਫਿਰ ਕੀ ਹੁੰਦਾ ਕਿਸੇ ਰਿਸ਼ਤੇਦਾਰੀ 'ਚ ਚਲੇ ਜਾਈਏ ਜਿੱਥੇ ਮਰਜ਼ੀ ਜਾਈਏ ਬਣਦੇ ਤੇ ਸੱਜਣ ਹੀ ਆ ਚੰਗੇ ਸੱਜਣ ਮਤਲਬ ਚੰਗੇ ਚੰਗੇ ਲੱਗੀਏ ਤੇ ਚੰਗੇ ਲੱਗਣ ਵਾਸਤੇ ਬਹੁਤੀ ਦੁਨੀਆ ਕਈ ਤਰ੍ਹਾਂ ਦੇ ਭੇਖ ਕਰਦੀ ਏ ਪਰ ਚੰਗੇ ਹੁੰਦੇ ਨਹੀਂ ਗੁਰੂ ਜੀ ਕਹਿੰਦੇ ਨੇ ਸੱਚ ਜ਼ਿੰਦਗੀ 'ਚ ਆਉਣ ਦਾ ਮਤਲਬ ਹੀ ਹੈ ਜਿੱਦਾਂ ਦਾ ਹੈ ਉੱਦਾਂ ਦਾ ਲੱਗ ਤੇ ਜਾਂ ਫਿਰ ਜਿੱਦਾਂ ਦਾ ਲੱਗਦਾ ਹੈ ਉੱਦਾਂ ਦਾ ਬਣ ਜਾਂ ਤੇ ਜਿੱਦਾਂ ਦਾ ਲੱਗਦਾ ਹੈ ਉੱਦਾਂ ਦਾ ਬਣ ਤੇ ਜਾਂ ਫਿਰ ਜਿੱਦਾਂ ਦਾ ਹੈ ਉੱਦਾਂ ਦਾ ਦਿਸ ਪਖੰਡੀ ਜਿਹਾ ਨਾ ਬਣ ਇੱਥੇ ਜਿਹੜਾ ਇਹ ਸ਼ਬਦ ਹੈ ਇਹਦੇ ਵਿੱਚ ਗੱਲ ਸਾਰੀ ਦੀ ਸਾਰੀ ਭੇਖ ਦੀ ਕੀਤੀ ਹੈ ਵੀ ਉੱਤੋਂ ਕੁਝ ਹੋਰ ਹੈ ਵਿੱਚੋਂ ਕੁਝ ਹੋਰ ਹੈ ਸਾਡਾ ਤੇ ਸੁਭਾਅ ਹੈ ਪਿਆਰਿਓ ਇੱਕ ਦਿਨ ਅੰਮ੍ਰਿਤ ਛੱਕ ਕੇ ਆਏ ਨੂੰ ਹੋਇਆ ਹੁੰਦਾ ਬੰਦੇ ਦੀ ਫਤਿਹ ਬੁਲਾਉਣ ਦੀ ਟਿਊਨ ਹੀ ਬਦਲ ਜਾਂਦੀ ਹੈ ਇੱਕ ਦਿਨ ਕਹਿੰਦੇ ਮੁਹੰਮਦ ਸਾਹਿਬ ਇੱਕ ਵਾਰ ਕਿਸੇ ਬੰਦੇ ਨੂੰ ਮਸੀਤ 'ਚ ਲੈ ਗਏ ਵੀ ਅੱਜ ਚੱਲਿਆ ਹੁਣ ਸੁਣੀ ਗੱਲ ਹੈ ਕਿ ਕਹਿੰਦੇ ਜਦੋਂ ਉਹਨੂੰ ਕਹਿੰਦੇ ਵੀ ਉੱਠਿਆ ਨਾ ਕਰੇ ਉਹ ਬੰਦਾ ਉੱਠਿਆ ਨਾ ਕਰੇ ਉਹਨੂੰ ਉਠਾ ਕੇ ਲੈ ਗਏ ਕਹਿੰਦੇ ਆ ਜਾ ਚੱਲੀਏ ਜਿਵੇਂ ਸਾਡੇ 'ਚ ਹੁੰਦਾ ਹੀ ਹੈ ਕਈ ਵਾਰੀ ਧਿਆਨ ਨਾਲ ਸਮਝਿਓ ਨਕਲੀ ਧਰਮੀ ਬੰਦੇ ਸਗੋਂ ਜ਼ਿਆਦਾ ਖਤਰਨਾਕ ਨੇ ਹੋਵੇ ਤੇ ਅਸਲੀ ਹੋਵੇ ਨਹੀਂ ਤੇ ਨਕਲੀ ਤੇ ਬਹੁਤ ਖਤਰਨਾਕ ਨੇ ਉਹ ਕਹਿੰਦਾ ਲੈ ਗਏ ਜਦੋਂ ਮਸੀਤ ਚੋਂ ਮੁੜ ਕੇ ਆਏ ਤੇ ਕਈ ਲੋਕੀ ਸੁੱਤੇ ਹੀ ਪਏ ਸੀ ਹਜੇ ਦਿਨ ਚੜ ਰਿਹਾ ਕਈ ਅਜੇ ਸੁੱਤੇ ਜੇ ਪਏ ਹੈ ਤੇ ਜਿਹੜਾ ਗਿਆ ਹੈ ਨਾ ਮੁੜ ਕੇ ਆਇਆ ਮਸੀਤ 'ਚ ਨਾਲ ਧੱਕੇ ਨਾਲ ਲੈ ਕੇ ਗਏ ਸੀ ਤੇ ਆਉਂਦਿਆਂ ਪਤਾ ਕੀ ਕਹਿੰਦਾ ਕਹਿੰਦਾ ਕਿੰਨੇ ਪਾਪੀ ਲੋਕ ਨੇ ਸਾਰੇ ਸੁੱਤੇ ਹੀ ਪਏ ਨੇ ਪਹਿਲੇ ਦਿਨ ਗਿਆ ਕੈਸੇ ਲੋਕ ਨੇ ਸਾਰੇ ਹੀ ਸੁੱਤੇ ਪਏ ਇਹਨਾਂ ਨੂੰ ਹੈ ਹੀ ਨਹੀਂ ਕੋਈ ਧਰਮ ਨਾਲ ਹੈ ਹੀ ਨਹੀਂ ਕੋਈ ਰੱਬ ਨੂੰ ਯਾਦ ਕਰ ਪਹਿਲੇ ਦਿਨ ਹੀ ਸਾਡੇ 'ਚ ਵੀ ਇੱਦਾਂ ਹੀ ਹੁੰਦਾ ਹੈ ਆ ਜਾ ਧੱਕੇ ਧੁੱਕੇ ਨਾਲ ਲੈ ਆਏ ਅੰਮ੍ਰਿਤ ਛਕਾ ਦਿੱਤਾ ਸਾਜਾ ਸਿੰਘ ਸੱਜ ਜਾ ਉਹ ਬਸ ਜਦੋਂ ਕਿਰਪਾਨ ਪਾ ਲਈ ਫਿਰ ਉਹਨੂੰ ਬਾਕੀ ਦੇ ਸਾਰੇ ਪਾਪੀ ਦਿਸਣ ਲੱਗ ਪੈਂਦੇ ਨੇ ਐਵੇਂ ਹੀ ਦੁਨੀਆ ਪਾਪਾਂ 'ਚ ਤੁਰੀ ਫਿਰਦੀ ਹੈ ਸਭ ਦੁਨੀਆ ਪਾਪੀ ਇੱਥੇ ਤੁਰੇ ਏਦਾਂ ਉਹ ਕਹਿੰਦਾ ਵੀ ਮੁਹੰਮਦ ਕਹਿੰਦੇ ਉਹਨਾਂ ਨੇ ਕਿਹਾ ਵੀ ਮੈਂ ਤੇ ਗਲਤੀ ਕਰ ਲਈ ਬੜੀ ਵੱਡੀ ਇਹਨੂੰ ਕਿੱਥੇ ਲੈ ਆਇਆ ਮੈਂ ਮੇਰਿਆ ਖੁਦਾ ਮਾਫ ਕਰਦੀ ਮੈਨੂੰ ਇਹਦੇ ਜੱਪ ਛੇੜ ਲਿਆ ਇਹ ਤੇ ਜਿਹੋ ਜਿਹਾ ਸੀ ਪਹਿਲਾਂ ਉਹੋ ਜਿਹਾ ਦਿਸਦਾ ਸੀ ਉਹੋ ਜਿਹਾ ਹੀ ਸੀ ਹੁਣ ਮੈਂ ਆਹ ਕੀ ਕਰਤਾ ਇਹਨੂੰ ਇਹ ਤੇ ਭੇਖੀ ਬਣ ਗਿਆ ਇਹਨੇ ਸਾਰਾ ਦਿਨ ਟਿਕਣ ਥੋੜਾ ਦੇਣਾ ਕਿਸੇ ਨੂੰ ਚੰਗਾ ਭਲਾ ਸੀ ਆਹ ਤਾਂ ਸਗੋਂ ਮੈਂ ਗਲਤ ਕਰਤਾ ਕੰਮ ਇਹਦੇ ਨਾਲ ਇਹ ਤੇ ਮੈਂ ਗਲਤ ਕਰ ਦਿੱਤਾ ਇਹਦੇ ਨਾਲ ਆਹ ਕਰਕੇ ਵੀ ਆ ਜਾ ਧੱਕੇ ਨਾਲ ਮੈਂ ਲੈ ਆਇਆ ਧੱਕੇ ਨਾਲ ਮੈਂ ਇਹਨੂੰ ਮਸੀਤ 'ਚ ਲੈ ਗਿਆ ਮੇਰੇ ਕਹੇ ਤੇ ਲੱਗ ਗਿਆ ਹੁਣ ਅੱਜ ਹੀ ਇਹਨੂੰ ਬਾਕੀ ਸਾਰੇ ਭੈੜੇ ਲੱਗਣ ਲੱਗ ਪਏ ਹੁਣ ਕੱਲ੍ਹ ਨੂੰ ਇਹਨੇ ਫੇਰ ਵੀ ਹਾਂ ਹੋਰ ਭੈੜੇ ਲੱਗਣਗੇ ਕੱਲ੍ਹ ਨੂੰ ਫੇਰ ਆਏਗਾ ਸਗੋਂ ਹੋਣਾ ਕੀ ਸੀ ਅੰਦਰ ਇਹਦਾ ਕੁਛ ਵੀ ਨਹੀਂ ਬਦਲਿਆ ਆਹ ਤੇ ਸਗੋਂ ਮੈਂ ਕੰਮ ਗਲਤ ਹੀ ਕਰਤਾ ਆਖੋ ਸਤਨਾਮ ਸ੍ਰੀ ਵਾਹ ਸੱਚੀ ਸੱਚੀ ਸਾਡੇ ਕਈਆਂ ਨਾਲ ਗਲਤ ਕੰਮ ਹੀ ਹੋ ਗਿਆ ਆਹੀ ਧਰਮੀ ਬਣੇ ਹੈ ਨਹੀਂ ਸਗੋਂ ਦੁਨੀਆ ਭੇੜੀ ਭੇੜੀ ਲੱਗਣ ਲੱਗ ਗਈ ਵੀ ਭੁਲੇਖਾ ਪੈ ਗਿਆ ਵੀ ਮੈਂ ਧਰਮੀ ਹਾਂ ਸਾਡੇ 'ਚ ਬਹੁਤੇ ਲੋਕਾਂ ਨਾਲ ਇਹੀ ਹੋਇਆ ਐ ਲੱਗੀ ਜਾਂਦਾ ਵੀ ਮੈਂ ਧਰਮੀ ਹਾਂ ਤੇ ਜੇ ਧਰਮ ਹੰਕਾਰ ਵਧਾਵੇ ਫਿਰ ਧਰਮ ਵੀ ਜ਼ਹਿਰ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹ ਫਿਰ ਤੇ ਇਹਨੂੰ ਨਾ ਪਰੇ ਰੱਖੋ ਉਹਨੂੰ ਪਿਆਈ ਰਹਿਣ ਦਿਓ ਜ਼ਰੂਰੀ ਨਹੀਂ ਕਿ ਧਾਰਮਿਕ ਦਿਸਦੇ ਬੰਦੇ ਦੇ ਕੋਲ ਧਰਮ ਹੋਵੇ ਜ਼ਰੂਰੀ ਥੋੜਾ
ਧਰਮਾਲਾ ਅੰਦਰ ਤੇ ਅਗਲਾ ਲੁੱਟਦਾ ਕਹਿੰਦਾ ਦੇ 100 ਰੁਪਈਆ ਦੇ 50 ਰੁਪਈਏ ਦੇ 5000 ਰੁਪਈਆ ਕਰਾ ਫੀਸ ਜਮਾ ਦੇ 11000 ਰੁਪਈਆ ਕਰਾ ਫੀਸ ਜਮਾ ਇੱਕ ਵਾਰ ਰੇੜੀ ਲਾ ਕੇ ਖੜਾ ਹੈ ਲੈ ਆ ਇੱਕ ਗੁਰਦੁਆਰੇ ਦੇ ਵਿੱਚ ਇੱਥੇ ਹੈ ਇੱਕ ਵਾਰ ਹੈ ਰੇੜੀ ਲਾ ਕੇ ਖੜਾ ਹੈ ਉਹ ਕਹਿੰਦਾ 150 ਦੀ ਮੂੰਗਫਲੀ ਲਿਆਂਦੀ ਸੀ 250 ਦੀ ਵੇਚ ਲਈ ਆ ਦੋ ਭੁੱਖ ਰਹਿ ਗਏ ਭਾਈ ਜੇ ਭੁੱਖ ਲੱਗੀ ਏ ਤੇ ਲੈ ਜਾ ਕਹਿੰਦਾ ਮੈਂ ਤੇ ਬਸ 100 ਦਾ ਟਾਰਗੇਟ ਰੱਖਿਆ ਸੀ 100 ਰੁਪਈਆ ਕਮਾ ਲਿਆ ਆ ਤੂੰ ਲੈ ਜਾ ਲੈ ਖਾ ਲੈ ਤੂੰ ਉਹ ਬਾਹਰ ਧਰਮ ਹੈ ਕਈ ਵਾਰੀ ਗੁਰਦੁਆਰੇ 'ਚ ਧਰਮ ਨਹੀਂ ਜਿਹੜਾ ਇਹ ਦਿਸਣਾ ਹੈ ਨਾ ਇਹ ਬੜਾ ਖਤਰਨਾਕ ਹੈ ਬੰਦਾ ਅੰਦਰੋਂ ਜਿੰਨਾ ਚਿਰ ਬਦਲਦਾ ਨਹੀਂ ਉਹਨਾਂ ਚਿਰ ਤੇ ਗੱਲ ਬਣਦੀ ਹੋਈ ਨਹੀਂ ਅੰਦਰੋਂ ਬਦਲਣ ਉੱਤੇ ਤੇ ਬੜਾ ਸਮਾਂ ਲੱਗ ਜਾਂਦਾ ਹੈ ਬੜੀ ਘਾਲਣਾ ਘਾਲਣੀ ਪੈਣੀ ਹੈ ਤੈਨੂੰ ਤੇਰੇ ਨਾਲ ਫੁੱਲ ਲੜਨਾ ਪੈਣਾ ਦਿਨ ਰਾਤ ਆਤਮ ਜਿਣਾ ਹੈ ਜਿੱਤ ਕੇ ਵਿਖਾਉਣਾ ਪੈਣਾ ਹੈ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਸੂਰਾ ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤ ਕੇ ਵਿਖਾ ਸਗਲ ਬਸ ਤਾਂ ਕਹਿ ਜਾ ਕਾ ਸਤਗੁਰ ਪੂਰਾ ਪੂਰਾ ਆਪਣੇ ਆਪ ਨਾਲ ਲੜਾਈ ਕਰਨੀ ਪੈਣੀ ਹੈ ਬਾਹਰੋਂ ਤੇ ਬੜੇ ਮੈਂ ਪਰਸੋਂ ਚੌਥੇ ਵੀ ਗੱਲ ਕੀਤੀ ਸੀ ਵੀ ਅੱਜ ਅੰਮ੍ਰਿਤਧਾਰੀ ਵੀਰੋ ਜਿੰਨੇ ਆਪਾਂ ਬੈਠੇ ਆ ਆ ਕਿੰਨੇ ਸਿੰਘ ਨੇ ਸਾਰੇ ਦਾੜੀਆਂ ਕੇਸਾਂ ਲਈ ਇਹ ਬਹੁਤੇ ਤੇ ਅੱਜ ਕਿਸੇ ਬੰਦੇ ਨਾਲ ਗੱਲ ਕਰੀਏ ਦਾੜੀ ਨਾ ਹੋਵੇ ਕੇਸ ਨਾ ਹੋਵੇ ਪੱਗ ਨਾ ਹੋਵੇ ਸਿਰ ਤੇ ਉਹਦੇ ਨਾਲ ਆਪਾਂ ਗੱਲ ਕਰੀਏ ਤੇ ਦਸਤਾਰ ਵਾਲੇ ਦਾ ਕੀ ਪਤਾ ਉਹ ਤੇ ਇੱਕ ਮਿੰਟ 'ਚ ਹੀ ਮੰਨ ਜੇ ਬੰਨਦਾ ਤੇ ਹੈ ਨਹੀਂ ਇੱਕ ਮਿੰਟ 'ਚ ਹੀ ਮੰਨ ਜੇ ਲਓ ਬਈ ਅੱਜ ਤੋਂ ਬਾਅਦ ਮੈਂ ਸ਼ੁਰੂ ਕਰਨੀ ਲਓ ਲਓ ਬੰਨ ਦਿਓ ਸਿਰ ਤੇ ਪੱਗ ਆ ਚੱਕੋ ਇੱਥੋਂ ਸਰੋਪਾ ਚੱਕੋ ਉਹਦੇ ਸਿਰ ਤੇ ਬੰਨ ਦਿਓ ਪੱਗ ਵੱਜ ਗਈ ਇਹਦੇ ਤੇ ਕਿੰਨਾ ਟਾਈਮ ਲੱਗਣਾ 2 ਮਿੰਟ ਦਸਤਾਰ ਉੱਤੇ ਤੇ 2 ਮਿੰਟ ਲੱਗਣੇ ਨੇ ਅੱਜ ਤੋਂ ਕਹਿਤਾ ਦਾੜੀ ਰੱਖ ਲਈ ਤੇ ਰੱਖੀ ਗਈ ਪਰ ਪੰਗਾ ਉਦੋਂ ਪੈਣਾ ਜਦੋਂ ਕਿਰਦਾਰ ਬਣਾਉਣਾ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਗਾ ਉਦੋਂ ਪੈਣਾ ਹੈ ਤੇ ਕਿਰਦਾਰ ਬਣਦਿਆਂ ਬੜਾ ਟਾਈਮ ਲੱਗ ਜਾਂਦਾ ਪਿਆਰਿਓ ਦਸਤਾਰ ਉੱਤੇ ਤੇ 1 ਮਿੰਟ ਲੱਗਦਾ ਹੈ ਕਿਰਦਾਰ ਤੇ ਬਹੁਤ ਸਮਾਂ ਲੱਗ ਜਾਂਦਾ ਹੈ ਕਿਰਦਾਰ ਘੜਿਆ ਨਹੀਂ ਜਾਂਦਾ ਬਹੁਤ ਟਾਈਮ ਲੱਗ ਜਾਂਦਾ ਹੈ ਭਾਈ ਗੁਰੂ ਘਰਾਂ ਵਿੱਚ ਜੰਮ ਕੇ ਵੀ ਬਿਰਥੀ ਚੰਦ ਵਰਗਿਆਂ ਦੇ ਕਿਰਦਾਰ ਬਣੇ ਹੀ ਨਹੀਂ ਗੁਰੂ ਦਾ ਪੁੱਤਰ ਹੋ ਕੇ ਵੀ ਕਿਰਦਾਰ ਨਹੀਂ ਬਣ ਸਕਦਾ ਸਾਡੇ ਵੱਡੇ ਵੱਡੇ ਲੀਡਰ ਜਿਹੜੇ ਕੌਮ ਨੂੰ ਲੁੱਟ ਕੇ ਖਾ ਗਏ ਨਾ ਦਾੜੀਆਂ ਕੇਸਾਂ ਦਸਤਾਰ ਸਾਰੀ ਜ਼ਿੰਦਗੀ ਨਹੀਂ ਲਾਈ ਪਰ ਕਿਰਦਾਰ ਸਾਰੀ ਜ਼ਿੰਦਗੀ ਬਣੇ ਹੋਏ ਦਸਤਾਰ ਲਾਈ ਨਹੀਂ ਕਿਰਦਾਰ ਬਣਿਆ ਇਹ ਦਸਤਾਰ ਦੀ ਗੱਲ ਨਹੀਂ ਗੱਲ ਨਕਲੀ ਧਰਮੀਆਂ ਦੀ ਹੈ ਨਕਲੀ ਧਰਮੀ ਤੁਹਾਨੂੰ ਹਰ ਜਗ੍ਹਾ ਮਿਲਣਗੇ ਤੇ ਨਕਲੀ ਧਰਮੀ ਸਗੋਂ ਜ਼ਿਆਦਾ ਖਤਰਨਾਕ ਹੈ ਕਿ ਭੁਲੇਖਾ ਪਾਉਂਦਾ ਹੈ ਵਿਗੜਿਆ ਤੇ ਵਿਗੜਿਆ ਹੈ ਹੀ ਉਹ ਭੁਲੇਖਾ ਥੋੜਾ ਪਾਉਂਦਾ ਪਾਪੀ ਤੇ ਪਾਪੀ ਹੈ ਹੀ ਉਹ ਭੁਲੇਖਾ ਥੋੜਾ ਪਾਉਂਦਾ ਜਿਹੜਾ ਬੰਦਾ ਮਾੜੇ ਕੰਮ ਕਰਦਾ ਹੈ ਕਰਦਾ ਹੈ ਖਤਰਨਾਕ ਉਹ ਜ਼ਿਆਦਾ ਖਤਰਨਾਕ ਬੰਦਾ ਹੈ ਜਿਹੜਾ ਦਿਸਦਾ ਕੁਝ ਹੋਰ ਹੋਵੇ ਤੇ ਵਿੱਚੋਂ ਕੁਝ ਹੋਰ ਹੋਵੇ ਉਹ ਤੇ ਬਹੁਤ ਖਤਰਨਾਕ ਤੇ ਸਾਡਾ ਹੁਣ ਸਾਡੇ ਵਿੱਚ ਧਰਮ ਨੂੰ ਪਰਖਣ ਦੀ ਚੀਜ਼ ਹੀ ਤਨ ਹੈ ਜਿਹੜਾ ਅਸੀਂ ਧਰਮੀ ਬੰਦਾ ਵੇਖਦੇ ਹਾਂ ਅਸੀਂ ਤੇ ਵੇਖਦੇ ਹੀ ਇਦਾਂ ਆ ਵੀ ਬੰਦਾ ਪਹਿਰਾਵਾ ਕਿੱਦਾਂ ਦਾ ਇਹਦਾ ਦਾੜਾ ਕਿੰਨਾ ਵੱਡਾ ਵੱਡਾ ਕਈ ਬੰਦੇ ਇਦਾਂ ਦੇ ਵੇਖੇ ਆ ਜੀ ਮੈਂ ਕਈ ਵਾਰੀ ਇੱਥੇ ਗੱਲ ਕਰਨ ਲੱਗ ਜੀਏ ਬੰਦਾ ਐ ਦਾੜਾ ਵੱਡਾ ਵੱਡਾ ਹੋਵੇ ਐ ਪੱਕ ਐ ਪੂਰੀ ਵਧੀਆ ਵਧੀਆ ਕਈ ਵਾਰੀ ਗੱਲ ਕਰ ਲਈ ਦੀ ਸ਼ੁਰੂ ਤੇ ਵੱਡੀ ਸਾਰੀ ਗੱਲ ਕਰ ਲਈ ਦੀ ਐ ਵੱਡੀ ਸਾਰੀ ਗੱਲ ਕਰਕੇ ਜਦੋਂ ਮੁੜ ਕੇ ਵੇਖੀ ਤਾਂ ਠੋਸੀ ਕਰ ਦਿੰਦਾ ਵੀ ਇਹਦੀ ਤੇ ਯਾਰ ਦਾੜੀ ਕੋਈ ਵੱਡੀ ਇਹਦੀ ਤੇ ਦਾੜੀ ਵੀ ਵੱਡੀ ਹੈ ਇਹਦੀ ਬੁੱਧੀ ਓਨੀ ਕੋਈ ਛੋਟੀ ਹੈ ਅੰਦਰੋਂ ਨਹੀਂ ਘੜਿਆ ਹੋਇਆ ਗੁਣ ਕੱਖ ਨਹੀਂ ਵਧੇ ਅੰਦਰਲਾ ਅੰਦਰ ਵਿਕਾਸ ਕੋਈ ਨਹੀਂ ਹੋਇਆ ਦਾੜੀ ਵਧਾਈ ਕਰਦਾ ਤਾਂ ਕਰਕੇ ਇਹ ਜ਼ਿਆਦਾ ਖਤਰਨਾਕ ਹੈ ਤੇ ਮੇਰੇ ਗੁਰੂ ਸਾਹਿਬ ਕਹਿੰਦੇ ਆ ਭੇਖ ਹੈ ਨਾ ਜਿਹੜਾ ਇਹ ਬੜਾ ਭੈੜਾ ਹੈ ਆ ਵੇਖੋ ਇਹ ਸ਼ਬਦ ਵਿੱਚ ਅੱਗੇ ਭੇਖ ਦੀ ਗੱਲ ਹੀ ਹੈ ਸਰ ਵਿਆਖਿਆ ਕਰਨ ਦੀ ਲੋੜ ਨਹੀਂ ਪੈਣੀ ਸਮਝ ਆ ਜਾਣਾ ਸਿੱਧਾ ਹੀ ਕਿ ਜਿਵੇਂ ਕਹਿਣ ਦਾ ਭਾਂਡਾ ਵਿੱਚੋਂ ਵੇਖੋ ਉੱਤੋਂ ਤੇ ਚਮਕਦਾ ਸੋਨੇ ਵਾਂਗੂ ਲਿਸ਼ਕਾਂ ਮਾਰਦਾ
ਤੇ ਰਗੜ ਕੇ ਵੇਖੀ ਚਲੋ ਜਿੰਨਾ ਮਰਜ਼ੀ ਰਗੜੀ ਜਾਓਗੇ ਵਿੱਚੋਂ ਕਾਲਖ ਹੀ ਕਾਲਖ ਨਿਕਲੀ ਆਉਂਦੀ ਹੈ ਇਹ ਹਾਲ ਸਾਡਾ ਅੱਗੇ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਢੱਠੀਆ ਕੰਮ ਨਾ ਆਵਨੀ ਵਿੱਚੋਂ ਸਖਣੀਆਂ ਢੱਠੀਆਂ ਕੰਮ ਨਾ ਜਦੋਂ ਢੈਂਦੀਆਂ ਨੇ ਨਾ ਬਾਹਰੋਂ ਤੇ ਚਿੱਤਰੇ ਹੋਏ ਨੇ ਮਕਾਨ ਫੁੱਲ ਬੂਟੇ ਪਾਏ ਆ ਬੜੇ ਚਿੱਤਰੇ ਹੋਏ ਆ ਵਿੱਚ ਜਾਨ ਕੋਈ ਨਹੀਂ ਜਿਵੇਂ ਹਾਲ ਬਣਿਆ ਹੋਵੇ ਬਾਹਰੋਂ ਤੇ ਚਮਕ ਦਮਕ ਬਥੇਰੀ ਹੋਵੇ ਵਿੱਚ ਕੱਖ ਵੀ ਨਾ ਹੋਵੇ ਤੇ ਜਿੱਦਣ ਢੈਂਦਾ ਮਲਬਾ ਉਹਦੇ ਵਿੱਚੋਂ ਵੀ ਕੱਖ ਨਹੀਂ ਨਿਕਲਦਾ ਫਿਰ ਨਾ ਬਣੇ ਕਿਸੇ ਕੰਮ ਨਾ ਢੱਠੇ ਕਿਸੇ ਕੰਮ ਉਦਾਂ ਹੀ ਨਕਲੀ ਚਿੱਤਰੇ ਹੋਏ ਹੁੰਦੇ ਆ ਵੇਖਣ ਨੂੰ ਹੀ ਲੱਗਦੇ ਆ ਕਈ ਗੱਤੇ ਦੇ ਮਹਿਲ ਖੜੇ ਕਰ ਦਿੰਦੇ ਆ ਜੀ ਆਰਟੀਫਿਸ਼ਲ ਜਿਹੜੇ ਬਣਾਉਂਦੇ ਆ ਨਾ ਕਈ ਜਗ੍ਹਾ ਵਿਆਹਾਂ ਸ਼ਾਦੀਆਂ ਦੇ ਵਿੱਚ ਕਈ ਜਗ੍ਹਾ ਵੇਖਿਓ ਬਾਹਰੋਂ ਐਂ ਲੱਗੇਗਾ ਵੀ ਕਿੱਡਾ ਮਹਿਲ ਬਣਿਆ ਵਿੱਚ ਕੱਖ ਵੀ ਨਹੀਂ ਹੁੰਦਾ ਉਹਦਾ ਹੁੰਦਾ ਗੱਤੇ ਦਾ ਹੀ ਹੈ ਵੇਖਣ ਨੂੰ ਹੀ ਲੱਗਦਾ ਹੁੰਦਾ ਹੈ ਵੀ ਇੱਕ ਤੇ ਐਂ ਵੱਡਾ ਸਾਰਾ ਬਣਾ ਦਿੰਦੇ ਆ ਉਹਤੇ ਲਾਈਟਾਂ ਪਾ ਦਿੰਦੇ ਆ ਚਮਕ ਦਮਕ ਬਹੁਤ ਜ਼ਿਆਦਾ ਕਰ ਦਿੰਦੇ ਆ ਤੇ ਵਿੱਚੋਂ ਵੇਖੋਗੇ ਕੱਖ ਵੀ ਨਹੀਂ ਆ ਜਿੰਨੇ ਨਕਲੀ ਭੇਖੀ ਗੁਰੂਆਂ ਦਾ ਕੰਮ ਹੈ ਉਹ ਏਦਾਂ ਦਾ ਹੀ ਹੈ ਪੜ੍ਹੇ ਲਿਖੇ ਬੰਦੇ ਰੱਖਣਗੇ ਆ ਨੂਰ ਮਹਿਲੀਆਂ ਦੇ ਵਿੱਚ ਜਿਹੜੇ ਬੰਦੇ ਰੱਖਦੇ ਸੀ ਨਾ ਤੇ ਰੱਖਦੇ ਹੀ ਉਹ ਸੀ ਜਿਹਨੂੰ ਬਾਣੀ ਵੱਧ ਤੋਂ ਵੱਧ ਕੰਠ ਹੋਵੇ ਹਿੰਦੂਆਂ 'ਚ ਉਹ ਬੰਦੇ ਲੈਂਦੇ ਸੀ ਜਿਨ੍ਹਾਂ ਨੂੰ ਗੀਤਾ ਦੇ ਬਾਰੇ ਹਰ ਚੀਜ਼ ਬਾਰੇ ਵੇਦਾਂ ਸ਼ਾਸਤਰਾਂ ਬਾਰੇ ਨੌਲੇਜ ਹੋਵੇ ਤੇ ਇੱਕ ਮਹੀਨੇ ਦੀ 50-50 ਹਜ਼ਾਰ ਤਨਖਾਹ ਵੀ ਦਿੰਦੇ ਸੀ ਤੇ ਵੱਡੀਆਂ ਵੱਡੀਆਂ ਗੱਡੀਆਂ ਵੀ ਦਿੰਦੇ ਸੀ ਇਹੋ ਜਿਹੇ ਬੰਦੇ ਲੱਭਦੇ ਸੀ ਵੀ ਸਿੱਖ 'ਚ ਸਭ ਤੋਂ ਵੱਧ ਬਾਣੀ ਕੰਠ ਵਾਲਾ ਬੰਦਾ ਕਿਉਂ ਕਿਉਂਕਿ ਫਿਰ ਸਿੱਖਾਂ ਨੂੰ ਭਰਮਾਉਣ ਲਈ ਨੂਰ ਮਹਿਲੀਆਂ ਦੇ ਕਈ ਬੰਦਿਆਂ ਨਾਲ ਗੱਲ ਕਰਕੇ ਵੇਖਿਓ ਬੋਲਣ ਨਹੀਂ ਦਿੰਦੇ ਕਿਉਂ ਭਲਾ ਸਾਡੇ 'ਚੋਂ ਹੀ ਗਏ ਹੈ ਤੇ ਬਾਣੀ ਬੜੀ ਕੰਠ ਹੈ ਨੌਲੇਜ ਬਹੁਤ ਹੈ ਉਹਦਾ ਸੋ ਇਸ ਕਰਕੇ ਇਹ ਕੀ ਕਰਦੇ ਨੇ ਬਹੁਤ ਆਰਟੀਫਿਸ਼ਲ ਤਿਆਰ ਕਰ ਲੈਂਦੇ ਨੇ ਆਮ ਬੰਦਾ ਤੇ ਵੇਖੀ ਪ੍ਰਭਾਵਿਤ ਹੋ ਜਾਂਦਾ ਅਡੰਬਰ ਅਡੰਬਰ ਇਹੋ ਜਿਹਾ ਕਰਦੇ ਆ ਕਿ ਬੰਦਾ ਪ੍ਰਭਾਵਿਤ ਹੋ ਜਾਂਦਾ ਵੇਖ ਕੇ ਉਹਨਾਂ ਤੋਂ ਛੱਡੋ ਆ ਸਾਡੇ ਵਾਲਾ ਨਾਣਾ ਵੀ ਤੇ ਜਲੇਬੀਆਂ ਤੋਂ ਹੀ ਪ੍ਰਭਾਵਿਤ ਹੋ ਜਾਂਦਾ ਹੈ ਉਹ ਤੇ ਗੱਲਾਂ ਹੀ ਬਹੁਤ ਵੱਡੀਆਂ ਉਹ ਤੇ ਅਗਲੇ ਜਦੋਂ ਕਦੇ ਅੰਗਰੇਜ਼ੀ ਬੋਲਣ ਵਾਲਾ ਆਇਆ ਉਹਦੇ ਨਾਲ ਇੰਗਲਿਸ਼ ਵਿੱਚ ਗੱਲ ਕਰਨ ਵਾਲੇ ਬਿਠਾਏ ਨੇ ਅਗਲਿਆਂ ਜਦੋਂ ਅਗਲਾ ਕਿਸੇ ਭਾਸ਼ਾ ਦਾ ਬੰਦਾ ਆ ਜੇ ਉਹਨੂੰ ਅਰਬੀ ਅਰਬੀ 'ਚ ਗੱਲ ਕਰਨ ਵਾਲੇ ਬੰਦੇ ਜੈਪਨੀਜ਼ ਵਿੱਚ ਗੱਲ ਕਰਦੇ ਆ ਭਾਸ਼ਾਵਾਂ ਦੇ ਅਲੱਗ ਅਲੱਗ ਬੰਦੇ ਭਾਏ ਉਹਨਾਂ ਨੇ ਉਹਦੇ ਅਗਲਾ ਤਰੀਕਾ ਹੀ ਪੂਰਾ ਵਰਤਿਆ ਅਗਲੇ ਨੇ ਤੇ ਸਾਡੇ ਵਾਲਾ ਲਾਣਾ ਤੇ ਬਸ ਇੰਨੇ ਨਾਲ ਹੀ ਖੁਸ਼ ਲੰਗਰ 'ਚ ਗਜਰੇਲਾ ਚਲਾ ਦਿਓ ਗਜਰੇਲਾ ਚੱਲਦਾ ਜੀ ਜਲੇਬੀਆਂ ਚੱਲਦੀਆਂ ਨੇ ਜੀ ਵੇਖਿਓ ਫਿਰ ਇੰਨੇ ਨਾਲ ਹੀ ਬੱਲੇ ਬੱਲੇ ਹੋ ਜਾਣੀ ਸਾਡਾ ਹਾਲ ਤੇ ਇੱਥੇ ਤੇ ਮੈਂ ਤੁਹਾਨੂੰ ਬਹੁਤ ਵਾਰ ਕਹਿੰਦਾ ਹੁੰਦਾ ਇਹ ਸੁਭਾਅ ਬਣਾਓ ਵੀ ਰੋਟੀ ਤੇ ਜੀ ਟਿਫਨ ਵਿੱਚ ਪਾ ਕੇ ਘਰੋਂ ਵੀ ਭੇਜ ਦਿਆਂਗੇ ਨਿਆਣੇ ਨੂੰ ਮਾਸਟਰੋ ਪੜ੍ਹਾਈ ਦੀ ਗੱਲ ਕਰੋ ਇਹ ਕਰੋ ਸ਼ੁਰੂ ਪੜ੍ਹਾਈ ਕਰੋ ਪੜ੍ਹਾਈ ਕਰਾਓ ਕਰਦੇ ਹੀ ਆਪਾਂ ਆਪਣੇ ਬੱਚਿਆਂ ਨਾਲ ਇੱਦਾਂ ਬੱਚਿਆਂ ਦੇ ਵਾਸਤੇ ਕਰ ਦਿੰਦੇ ਹਾਂ ਆਪਣੀ ਜ਼ਿੰਦਗੀ 'ਚ ਨਹੀਂ ਕਰਦੇ ਬੱਚਿਆਂ ਵਾਸਤੇ ਕਹਿੰਦੇ ਹਾਂ ਰੋਟੀ ਦੀ ਗੱਲ ਨਾ ਕਰੋ ਭੋਜਨ ਦੀ ਗੱਲ ਛੱਡੋ ਤੁਸੀਂ ਦੱਸੋ ਵੀ ਪੜ੍ਹਾਓਗੇ ਕੀ ਸਾਡੇ ਨਿਆਣੇ ਨੂੰ ਪੜ੍ਹਾਈ ਵਧੀਆ ਹੋਵੇ ਇੱਥੇ ਅਸੀਂ ਬੱਚਾ ਪੜ੍ਹਨ ਭੇਜਦੇ ਹਾਂ ਖਾਣ ਨਹੀਂ ਤੇ ਗੁਰਦੁਆਰੇ ਕੀ ਕਰਨ ਆਉਣਾ ਫਿਰ ਬੋਲੋ ਦੱਸੋ ਵੀ ਪੜ੍ਹਨ ਕੇ ਖਾਣ ਪੜ੍ਹਨ ਪੜ੍ਹਾਈ ਕਰਨ ਤੇ ਜ਼ੋਰ ਸਾਰੇ ਦਾ ਸਾਰਾ ਖਾਣ ਤੇ ਲੱਗਿਆ ਸਾਡਾ 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 ਤੇ ਸਾਡਾ ਸਾਰੀ ਕੌਮ ਦਾ ਪੈਸਾ ਹੈ ਜਿਹੜਾ ਉਹ ਜ਼ਿਆਦਾਤਰ ਖਵਾਣ ਤੇ ਲੱਗਿਆ ਜਾਣਾ ਸਾਹਿਬਜ਼ਾਦਿਆਂ ਦੀ ਗੱਲ ਘੱਟ ਦੱਸੀ ਜਾਣੀ ਹੈ ਹੁਣ ਜਦੋਂ ਸਭਾ ਆਏਗੀ ਤੇ ਲੰਗਰਾਂ ਤੇ ਸਾਰਾ ਜ਼ੋਰ ਲਾ ਦੇਣਾ ਪਿੰਡਾਂ ਦੇ ਪਿੰਡ ਜਿਹੜੇ ਬੰਦੇ ਨੂੰ ਚਾਰੇ ਸਾਹਿਬਜ਼ਾਦਿਆਂ ਦੇ ਨਾਮ ਹੀ ਨਹੀਂ ਨਾ ਪਤਾ ਉਹ ਵੀ ਕਹਿੰਦਾ 1000 ਰੁਪਈਆ ਲੈ ਜਾਓ ਮੇਰਾ ਦਸਵੰਧ ਮੇਰਾ ਹਿੱਸਾ ਪਾ ਦਿਓ ਲੰਗਰ ਲਈ ਉਹ ਇਹ ਨਹੀਂ ਕਹਿੰਦਾ ਵੀ ਲੋਕਾਂ ਨੂੰ ਗਿਆਨ ਕਰਾਓ ਸਮਝਾਓ ਮਾੜਾ ਮੋਟਾ ਦਿਮਾਗ 'ਚ ਵੜੇ ਦਿਮਾਗ ਖੋਲੋ ਇਹਨਾਂ ਦੇ ਇਹ ਨਹੀਂ ਕਹਿੰਦਾ ਸਾਡਾ ਸਾਰੇ ਦਾ ਸਾਰਾ ਜ਼ੋਰ ਇਹਨਾਂ ਚੀਜ਼ਾਂ 'ਤੇ ਲੱਗ ਰਿਹਾ ਅੱਜ ਤੇ ਲੋੜ ਤੇ ਦਿਮਾਗ ਨੂੰ ਖੋਲਣ ਦੀ ਹੈ ਭਾਈ ਕੋਈ ਪਤਾ ਨਹੀਂ ਜਿੱਦਣ ਐਜੂਕੇਸ਼ਨ ਮਿਲਣ ਲੱਗ ਗਈ
ਗਿਆਨ ਮਿਲਣ ਲੱਗ ਗਿਆ ਕਿਹੜਾ ਤੁਹਾਡੇ ਚੋਂ ਨਿਕਲ ਜਾਣਾ ਜਿੰਨੇ ਪਤਾ ਨਹੀਂ ਕਿੱਡੀਆਂ ਕੁੰਡਾਰੀਆਂ ਮਾਰ ਜਾਣੀਆਂ ਮੌਕਾ ਤੇ ਦਿਓ ਇੱਕ ਵਾਰੀ ਖੁੱਲਣ ਦਾ ਮੌਕਾ ਤੇ ਦਿਓ ਅੱਗੇ ਤੋਂ ਅੱਗੇ ਵਿਕਾਸ ਕਰੋ ਜਿੰਨਾ ਹੋ ਸਕਦਾ ਕਰੋ ਆ ਬਾਬੇ ਪਿੱਟਦੇ ਕਿਉਂ ਹੈ ਭਲਾ ਜੀ ਜਿਹੜੇ ਨੌਜਵਾਨ ਹੈ ਉਹ ਵਿਕਾਸ ਕਰ ਗਏ ਅੱਗੇ ਲੰਘ ਗਏ ਪਰ ਵੇਖੋ ਆਮ ਬੰਦੇ ਵੇਖੋ ਕਮਾਲ ਦੇ ਹੈ ਪ੍ਰਾਇਮਰੀ ਵਾਲੇ ਬੱਚੇ ਪੜ੍ਹ ਕੇ ਫਿਰ ਹਾਈ ਸਕੂਲ 'ਚ ਚਲੇ ਜਾਂਦੇ ਆ ਪ੍ਰਾਇਮਰੀ ਵਾਲੇ ਟੀਚਰ ਨਹੀਂ ਪਿੱਟਦੇ ਉਹ ਕਹਿੰਦੇ ਠੀਕ ਹੈ ਜਾਣ ਦਿਓ ਅੱਗੇ ਜਾਣੇ ਚਾਹੀਦੇ ਇਦਾਂ ਹੀ ਹੁੰਦਾ ਜਦੋਂ ਅਗਲਾ ਅਗਲਾ ਹਾਈ ਸਕੂਲ 'ਚ ਚਲਿਆ ਜਾਂਦਾ ਹੈ ਮੈਟ੍ਰਿਕ ਕਰਕੇ ਫਿਰ ਅਗਲਾ ਅੱਗੇ ਜਾਂਦਾ ਹੈ ਜਦੋਂ ਅਗਲਾ ਪਲੱਸ ਟੂ ਕਰਕੇ ਕਾਲਜ ਵਿੱਚ ਦਾਖਲਾ ਲੈ ਲੈਂਦਾ ਹੈ ਫਿਰ ਉਹ ਜਿਹੜੇ ਟੀਚਰ ਪੜ੍ਹਾਉਂਦੇ ਸੀ 10th ਤੱਕ ਪੜ੍ਹਾਇਆ ਉਹ ਨਹੀਂ ਪਿੱਟਦੇ ਉਹ ਕਹਿੰਦੇ ਠੀਕ ਹੈ ਜਾਣ ਦਿਓ ਅੱਗੇ ਜਾਏਗਾ ਹੁਣ ਤੇ ਜਦੋਂ ਅਗਲਾ ਕਾਲਜ ਛੱਡ ਕੇ ਅੱਗੇ ਹੋਰ ਅੱਗੇ ਪੀਐਚਡੀ ਕਰਨ ਜਾਣਾ ਚਾਹਵੇ ਕੋਈ ਹੋਰ ਡਿਗਰੀ ਲੈਣਾ ਚਾਹਵੇ ਫਿਰ ਕਾਲਜ ਵਾਲੇ ਵੀ ਪਿੱਟਦੇ ਕਹਿੰਦੇ ਠੀਕ ਹੈ ਸਾਡੇ ਵਾਲੇ ਪਿੱਟ ਸਿਆਪਾ ਪਾ ਲੈਂਦੇ ਨੇ ਕਹਿੰਦੇ ਨੇ ਮੇਰੇ ਅੱਗੇ ਬੈਠਾ ਰਹੇ ਔਖੋ ਸਤਨਾ ਸ੍ਰੀ ਵਾਹ ਸਾਡੇ ਵਾਲੇ ਕਹਿੰਦੇ ਨੇ ਵੀ ਮੇਰੇ ਅੱਗੇ ਬਹਿ ਤੂੰ ਕਿੱਧਰ ਚੱਲਿਆ ਅਗਲਾ ਕਹਿੰਦਾ ਤੇਰੇ ਕੋਲ ਹੁਣ ਇੰਨਾ ਕੀ ਕੁਛ ਹੀ ਹੁਣ ਤੇਰੇ ਤੋਂ ਦੱਸ ਮੈਂ ਕੀ ਲੈਣਾ ਹੁਣ ਤੂੰ ਅੱਗੇ ਦੀ ਗੱਲ ਤੇ ਦੱਸਦਾ ਕੋਈ ਨਹੀਂ ਕੋਈ ਬੌਧਿਕ ਵਿਕਾਸ ਦੀ ਗੱਲ ਕਰ ਕੋਈ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰ ਕੋਈ ਅੱਗੇ ਦੀ ਗੱਲ ਤੇ ਕਰ ਤੂੰ ਤੇ ਉਹੀ ਉਹੀ ਰਾਜੇ ਰਾਣੀਆਂ ਚੱਕੀ ਫਿਰਦਾ ਇਹ ਕਿੰਨਾ ਚਿਰ ਚੱਲੂ ਕੰਮ ਇਹ ਤੇ ਜਾਂ ਤੇ ਫਿਰ ਟੀਚਰ ਵੀ ਨਾਲ ਹੀ ਪੜ੍ਹਨ ਲੱਗ ਜਾਣ ਵੀ ਇਹ ਵੀ ਤੇਜ਼ ਨੇ ਮੈਂ ਵੀ ਚੱਲ ਥੋੜ੍ਹਾ ਜਿਹਾ ਦਿਮਾਗ ਆਪਣਾ ਮੈਂ ਵੀ ਖੋਲ ਲਾ ਮੜਾ ਜਾ ਵੀ ਇਹ ਵੀ ਅੱਗੇ ਲੱਗੇ ਹੋਏ ਇਹ ਵੀ ਦਿਮਾਗ ਤੇਜ਼ ਨੇ ਇਹਨਾਂ ਦੇ ਇਹ ਤੇ ਧੱਕੇ ਨਾਲ ਹੀ ਹੋ ਜਾਣਾ ਜੀ ਆ ਕਈ ਵਾਰੀ ਫੋਨ ਤੁਸੀਂ ਵੇਖਦੇ ਹੁੰਦੇ ਆ ਨਾ ਜਦੋਂ ਕੋਈ ਨਵਾਂ ਉਹਦੇ ਚ ਵਰਜਨ ਚੇਂਜ ਹੋ ਜਾਂਦਾ ਹੈ ਉਹ ਧੱਕੇ ਨਾਲ ਹੀ ਅਪਗ੍ਰੇਡ ਹੋ ਜਾਂਦਾ ਹੁੰਦਾ ਜੇ ਨਹੀਂ ਵੀ ਕਰਨਾ ਧੱਕੇ ਨਾਲ ਹੀ ਹੋ ਜਾਂਦਾ ਤੁਸੀਂ ਉਹਨੂੰ ਕਹੋਗੇ ਵੀ ਨਹੀਂ ਉਹ ਹੋ ਜਾਂਦਾ ਪਤਾ ਵੀ ਨਹੀਂ ਲੱਗਣਾ ਕਦੋਂ ਉਹਨੇ ਹੋ ਜਾਣਾ ਤਾਂ ਕਰਕੇ ਬਾਬਿਓ ਹੁਣ ਰਹਿਣ ਹੀ ਦਿਓ ਤੁਸੀਂ ਇਹਨਾਂ ਨੇ ਤੇ ਅੱਗੇ ਜਾਣਾ ਹੀ ਜਾਣਾ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਸ੍ਰੀ ਅਕਾਲ ਅਗਲੀ ਗੱਲ ਵੀ ਸੁਣ ਲਓ ਵੀ ਸਿੱਖੋ ਜਿੰਨੇ ਪਿਆਰੇ ਹੋ ਸਾਰੇ ਇਹ ਵੀ ਗੱਲ ਨੋਟ ਕਰ ਲਓ ਜਾਣਾ ਤੁਸੀਂ ਇਦੂ ਵੀ ਅੱਗੇ ਹੈ ਇਹ ਨਹੀਂ ਵੀ ਇੱਥੇ ਖੜ ਜਾਓ ਬਾਬਿਆਂ ਦੇ ਪੈਰੋਕਾਰ ਆ ਹੁਣ ਅਸੀਂ ਮੇਰੇ ਵਰਗਿਆਂ ਦੇ ਪੈਰੋਕਾਰ ਬਣ ਗਏ ਮੇਰਾ ਵੀ ਕੀ ਇੱਕ ਲਿਮਟ ਹੈ ਨਾ ਵੀ ਇੱਥੇ ਖੜਾ ਮੈਂ ਜੇ ਤੇ ਚਲੋ ਤੁਰੀ ਜਾਵਾਂ ਫਿਰ ਤੇ ਗੱਲ ਵੱਖ ਹੈ ਕਿਤੇ ਜਾ ਕੇ ਜਿੱਥੇ ਮੇਰਾ ਵੀ ਤੇ ਐਂਡ ਹੈ ਤੇ ਹਰ ਬੰਦੇ ਦਾ ਐਂਡ ਆਉਣਾ ਹੀ ਆਉਣਾ ਉਹਦੀ ਆਪਣੀ ਕੁਆਲਿਟੀ ਹੈ ਪਰ ਜੇ ਅੱਗੇ ਜਾਣ ਵਾਲਾ ਜਿਹੜਾ ਬੰਦਾ ਅੱਗੇ ਵਿਕਾਸ ਕਰਨਾ ਚਾਹੁੰਦਾ ਜਿਹਨੂੰ ਅੱਗੇ ਦੀ ਪਕੜ ਆਉਣੀ ਹੈ ਉਹ ਜਾਵੇ ਰੁਕੇ ਪਿੱਛੇ ਨਾ ਖੜੇ ਕਿਤੇ ਨਾ ਖੜੋ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਪਤਾ ਨਹੀਂ ਕਿੰਨੇ ਕਿੰਨੇ ਫਲ ਤੈਨੂੰ ਲੱਗਣੇ ਆ ਤੂੰ ਕਿੱਥੇ ਤੱਕ ਜਾ ਸਕਦਾ ਚਾਹ ਪਿੱਛੇ ਨਾ ਖੜਾ ਰਹਿ ਜੇ ਜਿਹਨੂੰ ਮੌਕਾ ਮਿਲਦਾ ਹੈ ਉਹ ਅੱਗੇ ਜਾਏ ਦਿਮਾਗ ਖੁੱਲੇ ਅੱਗੇ ਜਾ ਕੇ ਹੱਥ ਹਿਲਾ ਕੇ ਦੱਸੀ ਵੀ ਮੈਂ ਤਾਂ ਇੱਥੇ ਪਹੁੰਚ ਗਿਆ ਚਾਹ ਚੜ੍ਹੇਗਾ ਵੇਖ ਕੇ ਤੈਨੂੰ ਵਿਛਾਵਾ ਆਹ ਬਣੀ ਨਾ ਗੱਲ ਸਾਨੂੰ ਵੀ ਸਮਝ ਮਿਲੇਗੀ ਕੁਛ ਅੱਗੇ ਜਾ ਕਿਤੇ ਨਾ ਰੁਕੋ ਬਹੁਤ ਅੱਗੇ ਜਾ ਕੋਸ਼ਿਸ਼ ਕਰੋ ਪਿਆਰੇ ਗੁਰੂ ਸਾਹਿਬ ਸਾਨੂੰ ਅੱਗੇ ਲਿਜਾਣਾ ਚਾਹੁੰਦੇ ਆ ਉਹ ਸਾਨੂੰ ਪੈਰੋਕਾਰ ਨਹੀਂ ਬਣਾ ਰਹੇ ਆਪਣੇ ਉਹ ਸਾਡੇ ਵਿੱਚ ਅੱਗੇ ਲੱਗਣ ਵਾਲੇ ਆਗੂਆਂ ਵਾਲੇ ਗੁਣ ਭਰਦੇ ਆ ਪੈਰੋਕਾਰ ਤੇ ਪਹਿਲੇ ਜਿੰਨੇ ਆਏ ਉਹਨਾਂ ਨੇ ਪੈਰੋਕਾਰ ਬਣਾ ਮੇਰੇ ਪਿੱਛੇ ਲੱਗ ਸਾਰੇ ਕਹਿੰਦੇ ਪਿੱਛੇ ਲੱਗ ਗੁਰੂ ਸਾਹਿਬ ਕਹਿੰਦੇ ਨਹੀਂ ਅੱਗੇ ਲੱਗ ਜਿਹੜੀ ਉਹਨਾਂ ਨੇ ਕਿਰਪਾ ਕੀਤੀ ਹੈ ਨਾ ਇਹ ਵੱਖਰਾ ਢੰਗ ਤਰੀਕਾ ਜਿਹੜਾ ਦੱਸਿਆ ਕਮਾਲ ਦਾ ਤਾਂ ਕਰਕੇ ਜਿਹੜੇ ਅੱਗੇ ਜਾ ਸਕਦੇ ਹੋ ਚੱਲੋ ਜਿੰਨਾ ਵੱਧ ਸਕਦੇ ਹੋ ਵਧੋ ਰੁਕੋ ਨਾ ਆ ਵਿਕਾਸ ਕਰਨਾ ਚਾਹੀਦਾ ਉਹ ਸਦਾ ਦਾਤਾਂ ਦਿੰਦਾ ਭਾਈ ਉਹਨੇ ਤੁਹਾਨੂੰ ਜੇ ਤੂੰ ਜਾਣਾ ਚਾਹੇਗਾ ਤੇ ਪਰਮਾਤਮਾ ਤੇਰੇ ਨਾਲ ਹੈ ਉਹਨੇ ਤੈਨੂੰ ਇਹ ਬਖਸ਼ਿਸ਼ ਕਰਨੀ ਹੈ ਪੜ੍ਹਦੇ ਆ ਨਾ ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਦਾਤਾ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾ ਸਾਹਿਬ ਮੇਰਾ ਇੱਕ ਨਵਾਂ ਸਦਾ 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 ਦਾਤਾਰ ਸਾਹਿਬ ਸਦਾ ਸਦਾ ਦਾਤਾ ਸਾਹਿਬ ਮੇਰਾ ਇੱਕ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾ ਸਾਹਿਬ ਮੇਰਾ ਇੱਕ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾ ਲੱਜ ਕੇ ਵਾਹ ਬਾਈ ਵਾਹ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾਰ ਬੋਲੋ ਸਾਹਿਬ ਮੇਰਾ ਬੋਲੋ ਸਦਾ ਸਦਾ ਦਾਤਾਰ ਸਾਹਿਬ ਫਿਰ ਕਹੋ ਇੱਕ ਵਾਰ ਜੀ ਸਾਹਿਬ ਸਦਾ ਨਿਤ ਨਵਾਂ ਹੈ ਜੀ ਐਜੂਕੇਸ਼ਨ ਅੱਜ ਤੋਂ 50 ਸਾਲ ਪਹਿਲਾਂ ਕਿੱਦਾਂ ਦੀ ਸੀ ਹੁਣ ਕਿੱਦਾਂ ਦੀ ਹੈ ਅੱਗੇ ਵੇਖੋ ਤਰ੍ਹਾਂ ਤਰ੍ਹਾਂ ਦੀ ਟੈਕਨੋਲੋਜੀ ਆ ਰਹੀ ਹੈ ਤੇ ਟੈਕਨੋਲੋਜੀ ਕੌਣ ਕੱਢਦਾ ਹੈ ਜੀ ਆਹ ਦਿਮਾਗ ਤੇ ਵਰਤਦਾ ਕੌਣ ਹੈ ਵਿੱਚ ਮਾਲਕ
ਸਾਰੇ ਪਾਸੇ ਤਰੱਕੀਆਂ ਹੋਈਆਂ ਜੀ, ਅੱਗੇ ਵਧਣ ਦੇ ਮੌਕੇ ਮਿਲੇ ਐ, ਪਰ ਧਰਮ ਵਾਲੇ ਪਾਸੇ ਜਿਹੜਾ ਹਾਲ 1900 ਵਿੱਚ ਸੀ ਉਹੀ ਹਾਲ 1950 ਚ ਸੀ, ਉਹੀ 1980 ਚ ਸੀ, ਉਹੀ 2000 ਚ ਸੀ, ਉਹੀ 2015 ਚ ਹੈ। ਇੱਥੇ ਕੋਈ ਤਰੱਕੀ ਨਹੀਂ, ਕਿਉਂ ਭਲਾ? ਟੀਚਰਾਂ ਦਾ ਬੇੜਾ ਬਹਿ ਗਿਆ, ਆਖੋ ਸਤਨਾਮ ਸ੍ਰੀ ਵਾਹ। ਉਹ ਸਾਰੇ ਹੀ ਕਹਿੰਦੇ ਨੇ ਵੀ ਗਾਹ ਨਾ ਜਾਈ, ਉਹ ਸਾਰੇ ਹੀ ਬੰਦੇ ਜਿਹੜੇ ਨੇ ਆਪੋ ਆਪਣੇ ਨਾ ਪੈਰੋਕਾਰ ਬਣਾ ਕੇ ਬੈਠੇ ਆ। ਟੀਚਰ ਆਪਣੇ ਚੇਲੇ ਨਹੀਂ ਬਣਾਉਂਦੇ ਸਟੂਡੈਂਟਾਂ ਨੂੰ, ਉਹਨਾਂ ਨੂੰ ਪਤਾ ਸਾਡੀ ਡਿਊਟੀ ਹੈ ਇੰਨੀ ਕੁ, ਜਿੰਨੀ ਕੁ ਮੈਨੂੰ ਪਤਾ ਮੈਂ ਦੱਸਦਾ, ਉਦੋਂ ਗਾਹ ਅੱਗੇ ਜਾਣ ਦਿਓ। ਆ ਤੁਹਾਡੇ ਬੱਚਿਆਂ ਨੂੰ ਮੌਕਾ ਮਿਲਿਆ ਆਈਲੈਟਸ ਕਰਕੇ, ਕੋਈ ਕੈਨੇਡਾ ਚਲਿਆ ਗਿਆ, ਕੋਈ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ ਪੜ੍ਹਨ ਗਿਆ, ਕੋਈ ਅਮਰੀਕਾ ਪੜ੍ਹਨ ਗਿਆ। ਵੇਖੋ ਤੇ ਸਹੀ, ਮੌਕਾ ਮਿਲਿਆ, ਬੱਚੇ ਗਏ ਨਹੀਂ ਕਿਤੇ ਦੀ ਕਿਤੇ। ਆ ਸਾਰੀ ਜ਼ਿੰਦਗੀ ਕਈ ਮਰਦੇ ਰਹੇ, ਤੂੰ ਸਾਰੀ ਜ਼ਿੰਦਗੀ 'ਚ ਉਹਨਾਂ ਨਹੀਂ ਕਮਾ ਸਕਣਾ ਜਿੰਨਾ ਤੇਰੇ ਨਿਆਣੇ ਨੇ 5 ਸਾਲਾਂ 'ਚ ਕਮਾ ਲਿਆ। ਘਰ ਬਣਾ ਲੈ ਖੜ ਕੇ ਪੈਰਾਂ ਆਪਣਿਆਂ ਤੇ, ਮੌਕਾ ਮਿਲਿਆ ਉਹਨਾਂ ਨੂੰ, ਮੌਕਾ ਤੇ ਦਿਓ। ਤੇ ਧਰਮ ਵਾਲੇ ਪਾਸੇ ਜੇ ਕਿਤੇ ਡਰ ਡੁਰ ਜੇ ਕੱਢ ਦਿੱਤੇ ਜਾਣ, ਤੇ ਨਵੇਂ ਬੱਚਿਆਂ ਨੂੰ ਕਿਹਾ ਜੇ ਆਪਣੇ ਤਰੀਕੇ ਨਾਲ ਸਮਝ ਕੇ ਤੇ ਵੇਖੋ ਧਰਮ ਹੈ ਕੀ, ਗੁਰਬਾਣੀ ਨੂੰ ਵਿਚਾਰ ਕੇ ਤੇ ਵੇਖੋ, ਮਾੜਾ ਜਿਹਾ ਇਹਨਾਂ ਨੂੰ ਮੌਕਾ ਦਿਓ, ਵੇਖੋ ਫਿਰ ਕਿੱਥੇ ਤੱਕ ਸੋਚ ਕੰਮ ਕਰਦੀ ਹੈ। ਹਰ ਚੀਜ਼ ਨੂੰ ਸਮਝਿਆ ਜਾ ਸਕਦਾ, ਪਰ ਪ੍ਰੋਬਲਮ ਸਾਡੀ ਇਹ ਵੱਡੀ ਪ੍ਰੋਬਲਮ ਹੈ ਕਿ ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਕਰਨਗੇ ਸਾਡੇ ਬੰਦੇ ਕਰਨਗੇ, ਉਹੀ ਬੰਦੇ ਜਿਹੜੇ ਸਾਡੇ ਹੀ ਆ। ਉਹ ਕਹਿੰਦੇ ਭਾ ਮੈਂ ਆ ਆ ਅਸੀਂ ਮੰਨਦੇ ਹਾਂ, ਤੂੰ ਵੀ ਇੱਦਾਂ ਮੰਨ, ਅਸੀਂ ਇੱਦਾਂ ਸੋਚਦੇ ਹਾਂ, ਤੂੰ ਵੀ ਇੱਦਾਂ ਸੋਚ। ਹੁਣ ਪ੍ਰਾਇਮਰੀ ਵਾਲੇ ਜਿਹੜੇ ਸਾਨੂੰ ਮਾਸਟਰ ਪੜ੍ਹਾਉਂਦੇ ਆ, ਉਹਨਾਂ ਨੂੰ ਵਿਚਾਰੇ ਕਿੰਨੀ ਕੁ ਅੰਗਰੇਜ਼ੀ ਆਉਂਦੀ ਹੁੰਦੀ, ਹਿਸਾਬ ਜੇਤੂ ਹੀ ਆਉਂਦੀ ਹੁੰਦੀ ਮਾੜੀ ਮੋਟੀ ਜਿਹੜੇ ਪ੍ਰਾਇਮਰੀ 'ਚ ਪੜ੍ਹਾਉਂਦੇ ਸੀ। ਪਰ ਬੱਚੇ ਪੜ੍ਹ ਲਿਖ ਕੇ ਕਿਤੇ ਦੀ ਕਿਤੇ ਪਹੁੰਚ ਗਏ, ਉਹ ਤੇ ਹਰ ਗੱਲ ਹੀ, ਉਹ ਕਿੱਥੇ ਰਹਿ ਗਿਆ? ਸਤਿਕਾਰ ਉਹਦਾ ਜ਼ਰੂਰ ਹੈ ਜਿੱਥੋਂ ਉਹਨੇ ਪੜ੍ਹਾਇਆ ਸੀ, ਰਿਸਪੈਕਟ ਰਹਿਣੀ ਹੋਈ ਹੈ, ਰਿਸਪੈਕਟ ਤਾਂ ਰਹਿਣੀ ਹੈ ਜੇ ਬੱਚੇ ਨੂੰ ਅੱਗੇ ਜਾਣ ਦੇਵੇ, ਤੇ ਜੇ ਨਿਆਣੇ ਨੂੰ ਅੱਗੇ ਨਾ ਜਾਣ ਦਿੱਤਾ ਤੇ ਫਿਰ ਗਾਲਾਂ ਹੀ ਖਾਏਗਾ ਉਹ। ਆਖੋ ਸਤਨਾਮ ਸ੍ਰੀ ਵਾਹਿ। ਜੇ ਚੁੱਪ ਕਰ ਜੇ, ਜੇ ਤੇ ਸੱਚ ਬੋਲੇ, ਜੇ ਟੀਚਰ ਕਹੇ ਮੈਨੂੰ ਤੇ ਇੰਨਾ ਕੀ ਆਉਂਦਾ ਸੀ ਤੂੰ ਚੱਲ ਗਾ ਹੁਣ ਅੱਗੇ, ਫਿਰ ਤੇ ਗੱਲ ਠੀਕ ਰਹਿਣੀ। ਤੇ ਜੇ ਅਗਲੇ ਨੇ ਬੰਨਣ ਦੀ ਕੋਸ਼ਿਸ਼ ਕੀਤੀ ਫਿਰ ਕੰਮ ਖਰਾਬ ਹੋ ਜਾਣਾ, ਫਿਰ ਗਲਤ ਹੋ ਜਾਣਾ। ਤਾਂ ਕਰਕੇ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਕਿ ਗੁਰਮਤ ਨੂੰ ਸਮਝਿਆ ਜਾਏ। ਕਹਿੰਦੇ ਵੇਖਣ ਨੂੰ ਲੱਗਦਾ ਹੈ, ਵਿੱਚ ਕੱਖ ਨਹੀਂ ਕਹਿੰਦੇ, ਬਾਹਰੋਂ ਚਿੱਤਰੇ ਹੋਏ ਨੇ ਮਕਾਨ, ਅੱਗੇ ਵੇਖਿਓ ਕੀ ਕਹਿੰਦੇ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਕੋਟ ਕੋਟ ਜੀਆਂ ਖਾਵਣੇ, ਬੱਗੇ ਨਾ ਕਹੀਅਨ। ਕਹਿੰਦੇ ਬਗਲੇ ਰਹਿੰਦੇ ਤੀਰਥਾਂ ਉੱਤੇ ਹੀ ਹੈ, ਚਿੱਟੇ ਚਿੱਟਾ ਉਹਨਾਂ ਦੇ ਖੰਭ ਹੁੰਦੇ ਹੈ, ਪਰ ਇਹ ਭੁਲੇਖਾ ਨਾ ਖਾ ਜੀ ਵੀ ਰੰਗ ਚਿੱਟਾ ਤੇ ਸੋਹਣੇ ਵੀ ਹੋਣਗੇ। ਬਗਲਾ ਫੜ ਕੇ ਵੇਖੀ, ਉਹਦਾ ਗਲਾ ਖੋਲ ਕੇ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਡੱਡੀਆਂ ਮੱਛੀਆਂ, ਗੰਦੇ ਮੰਦੇ ਕੀੜੇ ਇਕੱਠੇ ਕਰੀ ਫਿਰਦਾ ਹੋਣਾ। ਉਹ ਲੱਗਦਾ ਹੀ ਸੋਹਣਾ ਹੈ, ਜ਼ਰੂਰੀ ਨਹੀਂ ਵੀ ਜਿਹੜਾ ਚਿੱਟਾ ਹੋਵੇ ਉਹ ਸੋਹਣਾ ਵੀ ਹੋਵੇ। ਆਖੋ ਸਤਨਾਮ ਸ੍ਰੀ ਵਾਹ। ਗੱਲ ਸੱਜਣ ਮਹਾਰਾਜ ਕਹਿੰਦੇ ਵੀ ਜ਼ਰੂਰੀ ਨਹੀਂ ਵੀ ਸਾਡੇ ਵਰਗੇ ਇਦਾਂ ਲੱਗਣ ਧਰਮੀ ਬੰਦੇ ਤੇ ਧਰਮੀ ਹੋਣ, ਇਹ ਜ਼ਰੂਰੀ ਨਹੀਂ। ਇਹ ਵੱਡਾ ਭੁਲੇਖਾ ਹੈ, ਕੱਢ ਦੇਣਾ ਚਾਹੀਦਾ। ਇਹ ਜ਼ਰੂਰੀ ਨਹੀਂ ਕਿ ਬੰਦਾ ਦਿਸਦਾ ਹੋਵੇ ਉਵੇਂ ਦਾ ਹੋਵੇ ਵੀ। ਹਾਂਜੀ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਨ, ਸੇ ਫਲ ਕਾਮਨਾ ਆਵਨੀ, ਤੇ ਗੁਣ ਮੈਂ ਤਨ ਹਨ। ਗੁਰੂ ਜੀ ਕਹਿੰਦੇ ਮੇਰਾ ਸਰੀਰ ਤੇ ਇਦਾਂ ਹੈ, ਆ ਮੇਰਾ ਲਿਬਾਸ, ਮੇਰੇ ਕੱਪੜੇ ਲੀੜੇ, ਵੇਖਿਓ ਕਮਾਲ ਦੀ ਗੱਲ ਹੈ। ਮੇਰਾ ਲਿਬਾਸ ਤੇ ਇਦਾਂ ਜਿਵੇਂ ਸਿੰਬਲ ਦਾ ਰੁੱਖ ਹੁੰਦਾ ਨਾ, ਵੇਖਣ ਨੂੰ ਤੇ ਵੱਡਾ ਉੱਚਾ ਲੰਮਾ ਮੋਟਾ, ਪਰ ਕਹਿੰਦੇ ਨਾ ਫੁੱਲ ਕੰਮ ਆਉਂਦੇ ਆ, ਨਾ ਫਲ ਕੰਮ ਆਉਂਦੇ ਆ, ਨਾ ਪੱਤੇ ਕੰਮ ਆਉਂਦੇ ਆ। ਮੋਟਾ ਤੇ ਲੰਬਾ ਸਿੰਬਲ ਦਾ ਦਰਖਤ ਵੇਖਣ ਨੂੰ ਹੀ ਲੱਗਦਾ ਹੈ, ਤੇ ਪੰਛੀ ਆਸ ਕਰ ਲੈਂਦੇ ਆ
ਕਹਿੰਦੇ ਉਹ ਦਰਖਤ ਤੇ ਚੱਲਦੇ ਆ ਫਲ ਬਹੁਤ ਵਧੀਆ ਹੋਣਗੇ ਕਹਿੰਦੇ ਪੰਛੀ ਆਉਂਦੇ ਆ ਆਸ ਕਰਕੇ ਪਰ ਵਿੱਚੋਂ ਕੱਖ ਵੀ ਨਹੀਂ ਨਿਕਲਦਾ ਕਹਿੰਦੇ ਮੇਰੇ ਵਰਗੇ ਜਦੋਂ ਲਿਬਾਸ ਪਾ ਕੇ ਬਹਿ ਜਾਂਦੇ ਆ ਤੇ ਕਈਆਂ ਨੂੰ ਸਿੰਮਲ ਰੁੱਖ ਵਾਂਗੂ ਭੁਲੇਖਾ ਪੈ ਜਾਂਦਾ ਜਿਵੇਂ ਸਿੰਮਲ ਦਿਖਾਵੇ ਕਰਦਾ ਹੈ ਸਿੰਮਲ ਦਾ ਦਿਖਾਵਾ ਤੇ ਬਹੁਤ ਹੈ ਵਿੱਚ ਕੱਖ ਨਹੀਂ ਹੁੰਦਾ ਇਦਾਂ ਹੀ ਕਹਿੰਦੇ ਮੇਰਾ ਸਰੀਰ ਹੈ ਬਾਹਰੋਂ ਬਾਹਰੋਂ ਤੇ ਮੈਂ ਲੱਗਦਾ ਹਾਂ ਬਹੁਤ ਵਧੀਆ ਪਰ ਵਿੱਚੋਂ ਮੈਂ ਕੱਖ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਗੁਰੂ ਜੀ ਕਹਿੰਦੇ ਮੇਰੇ ਕੱਪੜੇ ਵੇਖ ਕੇ ਨਾ ਵੇਖ ਲਿਓ ਵੀ ਸੱਜਣ ਹੈ ਬੜਾ ਚੰਗਾ ਬੜਾ ਗੁਰਮੁਖ ਹੈ ਮੇਰੇ ਕੱਪੜੇ ਵੇਖ ਕੇ ਨਾ ਮੰਨ ਲਿਓ ਇਹ ਤੇ ਆਪਾਂ ਰੋਜ਼ ਆਸਾ ਦੀ ਵਾਰ ਵੀ ਪੜ੍ਹਦੇ ਹਾਂ ਨਾ ਸਿੰਮਲ ਰੁੱਖ ਲੋ ਇੱਕ ਵਾਰ ਇਹ ਪੂਰਾ ਪੜ੍ਹਿਓ ਸਰਾਇਰ ਅਤ ਧੀਰਗ ਅਤ ਮੁੱਚ ਓਏ ਜੇ ਆਵੈ ਆਸ ਕਰ ਚਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਪੱਕ ਮੁੱਕੇ ਸਿਮਲ ਰੁੱਖ ਸਰਾਇਰ ਅਤ ਧੀਰਗ ਅਤ ਮੁੱਚ ਲੰਬਾ ਵੀ ਹੁੰਦਾ ਮੁੱਚ ਮੋਟਾ ਵੀ ਹੁੰਦਾ ਸਿਮਲ ਦਾ ਰਖਤ ਹੈ ਜਿਹੜਾ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਾਬੂ ਬੰਦੇ ਕੰਮ ਨਾ ਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੌਣ ਵੈ ਆਪ ਕੋ ਪਰ ਕੌਣ ਵੈ ਨਾ ਕੋਏ ਇਹਦੇ ਜੇ ਝੁਕਣਾ ਹੋਇਆ ਤੇ ਦਿਖਾਵਾ ਨਾ ਕਰੀ ਦਿਖਾਉਣ ਲਈ ਨਾ ਨਿਵੀ ਸੱਚਮੁੱਚ ਮਨ ਨੀਵਾਂ ਕਰੀ ਮਨ ਨੀਵਾਂ ਸੱਚਮੁੱਚ ਕਰੀ ਦਿਖਾਵਾ ਨਾ ਕਰੀ ਐਦਾਂ ਤੇ ਸ਼ਿਕਾਰੀ ਜਿਹੜੇ ਸ਼ਿਕਾਰ ਫੜਦੇ ਐ ਐ ਕਮਾਨ ਵਾਂਗੂ ਟੇਢੇ ਹੋ ਜਾਂਦੇ ਐ ਪੂਰੇ ਦੇ ਪੂਰੇ ਨਿਭਦੇ ਐ ਪਰ ਉਹ ਸ਼ਿਕਾਰ ਵਾਸਤੇ ਨਿਭਦੇ ਐ ਸ਼ਿਕਾਰ ਲਈ ਨਿਭਦੇ ਆ ਉਦਾਂ ਥੋੜਾ ਉਹਨਾਂ ਵਿੱਚ ਐਦਾਂ ਹੁੰਦਾ ਜੇ ਨਿਭਣਾ ਤੇ ਮਨੋ ਨਿਵੀ ਹਾਂਜੀ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ ਧਰ ਤਾਰਾ ਜੋ ਤੋਲੀਏ ਨਿਵੈ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਲ ਗਾਹੇ ਅਪਰਾਧੀ ਗਈ ਜ਼ਿਆਦਾ ਹੀ ਨਿਭਦੇ ਆ ਪੈਰਾਂ ਚ ਡਿੱਗੀ ਜਾਂਦੇ ਆ ਅਪਰਾਧੀ ਜਿੰਨਾ ਜ਼ਿਆਦਾ ਅਪਰਾਧੀ ਹੋਏਗਾ ਨਾ ਉਨਾ ਹੀ ਜ਼ਿਆਦਾ ਬਸ ਜੀ ਧੰਨ ਪਾਕ ਜੀ ਤੁਸੀਂ ਚਰਨ ਪਾਕ ਤੇ ਧੰਨ ਪਾ ਬੜੀ ਕਿਰਪਾ ਬੜੀ ਕਿਰਪਾ ਏਦਾਂ ਹੀ ਕਰੀ ਜਾਂਦੇ ਆਪਾਂ ਆਪਣੇ ਵਰਗਾ ਯਾਰ ਕਿੰਨਾ ਮਿੱਠਾ ਬੋਲਦੇ ਏਦਾਂ ਹੀ ਕਰਦੇ ਧੰਨ ਪਾਕ ਏਦਾਂ ਹੀ ਕਰੀ ਜਾਂਦੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਟੈਚੀ ਲੈਣ ਗਿਆ ਉਹਨੇ ਲੁੱਟ ਹੀ ਲਿਆ ਜੀ ਮੈਨੂੰ ਵਾਹਿਗੁਰੂ ਬਸ ਜੀ ਚਰਨ ਪਾਕ ਤੇ ਮੇਰੇ ਲਈ ਤੇ ਇੰਨੇ ਹੀ ਚੰਗੇ ਭਾਗ ਨੇ ਤੇ ਮੁੜ ਕੇ ਵੇਖੋ ਉਹ ਹੈ ਕਿੰਨੇ ਦਾ ਤੇ ਲਾ ਕਿੰਨੇ ਦਾ ਦਿੱਤਾ ਗੱਲਾਂ ਹੀ ਇੰਨੀਆਂ ਮਿੱਠੀਆਂ ਕਰਦੇ ਨੇ ਕਈ ਸੋ ਇਹ ਨਾ ਕਦੇ ਵੇਖੀਏ ਵੀ ਬੰਦਾ ਮਿੱਠਾ ਬਹੁਤ ਹੈ ਜੀ ਇਹ ਨਹੀਂ ਇਹ ਧਿਆਨ ਚ ਰੱਖੀ ਹਾਂਜੀ ਅਪਰਾਧੀ ਹਾਂ ਹਾਂ ਠੀਕ ਹੈ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀਏ ਜਾਣ ਦੇਕ ਸੁਤੇ ਜਾਹੇ ਤੇਰੇ ਸਿਰ ਚ ਘਾਣ ਨੂੰ ਕੀ ਕਰੀਏ ਜੇ ਮਨ ਵਿੱਚ ਖੋਟ ਹੈ ਅੰਦਰ ਜੇ ਸ਼ੁੱਧ ਨਹੀਂ ਤੇ ਸਿਰ ਨਵਾਨ ਨੂੰ ਕੀ ਕਰਾਂਗੇ ਕਿਰਦਾਰ ਨਹੀਂ ਤੇ ਦਸਤਾਰ ਨੂੰ ਕੀ ਕਰੀਏ ਗੱਲ ਤੇ ਹੋਈ ਹੈ ਨਾ ਜੇ ਕੱਲਾ ਪਾਣੀ ਨਹੀਂ ਲੈ ਕੇ ਆਏ ਤੇ ਪਾਣੀ ਚ ਨਹਾਉਣ ਨੂੰ ਕੀ ਕਰੀਏ ਜੇ ਪਾਣੀ ਤੇ ਤੇਰੇ ਮਨ ਚ ਨਾ ਵਸੀ ਇਹੀ ਗੱਲ ਹੈ ਸਪਸ਼ਟ ਗੱਲ ਤੇ ਮਨ ਦੀ ਹੈ ਜਦੋਂ ਤੁਸੀਂ ਤਨ ਤੇ ਮਨ ਦੇ ਕਨਸੈਪਟ ਨੂੰ ਇਕੱਠਾ ਕਰੀ ਜਾਂਦੇ ਹੋ ਹਰੇਕ ਗੱਲ ਵਿੱਚ ਕੱਲੇ ਬਾਣੇ ਨੂੰ ਕੀ ਕਰੋਗੇ ਕੱਲੀ ਤਲਵਾਰ ਨੂੰ ਕੀ ਕਰੋਗੇ ਜੇ ਵਿਚਾਰ ਨਾ ਹੋਈ ਤੂੰ ਇਹ ਕਹਿ ਵੀ ਮੈਨੂੰ ਤੇ ਲੜਨ ਨੂੰ ਕਿਹਾ ਆ ਪਿੱਛੇ ਜੇ ਮੈਂ ਕਿਹਾ ਸੀ ਨਾ ਵੀ ਸ਼ਸਤਰ ਅੱਜ ਜ਼ਮਾਨਾ ਹੋਰ ਹੈ ਅੱਜ ਵਿਚਾਰਾਂ ਦਾ ਯੁੱਗ ਹੈ ਤੇ ਇਹਨਾਂ ਨੇ ਬੜਾ ਰੌਲਾ ਪਾਇਆ ਕਹਿੰਦੇ ਜੀ ਢੱਡਰੀਆਂ ਇਹ ਤੇ ਕਹਿੰਦੇ ਹੁਣ ਸ਼ਸਤਰਾਂ ਦੀ ਵੀ ਲੋੜ ਨਹੀਂ
ਜੇ ਗੁਰੂ ਸਾਹਿਬ ਵੇਲੇ ਹੁੰਦੇ ਤੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਨਹੀਂ ਸੀ ਹੋਣੇ। ਵਿਚਾਰਾਂ ਨਾਲ ਕੀ ਹੁੰਦਾ, ਹਥਿਆਰਾਂ ਦੀ ਲੋੜ ਹੈ। ਉਹ ਭਾਈ ਐਵੇਂ ਨਾ ਜਬਲੀਆਂ ਮਾਰਿਆ ਕਰੋ। ਅੱਜ ਦਾ ਜਿਹੜਾ ਜ਼ਮਾਨਾ ਹੈ, ਅੱਜ ਦਾ ਜਿਹੜਾ ਯੁੱਗ ਹੈ, ਇੱਕ ਹਥਿਆਰ ਤੇ ਆਪਣੇ ਹੱਥ 'ਚ ਹੈ। ਤੁਹਾਡੀਆਂ ਗੱਡੀਆਂ ਦੇ ਵਿੱਚ ਜਿਹੜੇ ਆਏ ਹੋ ਤੁਸੀਂ, ਕਿਸੇ ਨੇ ਕੋਈ ਰਾਡ ਰੱਖੀ ਹੈ, ਕਿਸੇ ਨੇ ਕੋਈ ਸ੍ਰੀ ਸਾਹਿਬ ਰੱਖੀ ਹੋਈ ਹੈ, ਕਈ ਬੰਦਿਆਂ ਨੇ ਲਸੰਸੀ ਰਿਵਾਲਵਰ ਵੀ ਰੱਖੇ ਹੈ, ਅਗਲਾ ਡੰਡਾ ਵੀ ਰੱਖਦਾ ਹੈ ਗੱਡੀ ਦੇ ਵਿੱਚ ਵੀ। ਰੱਖੋ ਭਾਈ, ਕੀ ਪਤਾ ਨਿਆਣੇ ਨਾਲ ਨੇ, ਬੱਚੇ ਨੇ ਕੋਈ ਰਾਤ ਨੂੰ ਘੇਰ ਲਵੇ, ਕੋਈ ਗੱਡੀ ਖੋਣ ਆ ਜੇ। ਇਹ ਨੋਰਮਲ ਸ਼ਸਤਰ ਸਾਡੇ ਕੋਲ ਚਾਹੀਦਾ, ਇਹ ਤੇ ਗੱਲ ਹੋਈ ਨਾ। ਭਾਵੇਂ ਡੰਡੇ ਦੇ ਰੂਪ 'ਚ ਹੋਵੇ, ਭਾਵੇਂ ਕੋਈ ਤਲਵਾਰ ਹੋਵੇ, ਭਾਵੇਂ ਕੋਈ ਡੰਡਾ ਹੋਵੇ, ਭਾਵੇਂ ਕੋਈ ਬਰਛਾ ਰੱਖ ਲੈ ਮਾੜਾ ਮੋਟਾ, ਤੇ ਚਲੋ ਹੋਵੇ ਵੀ ਕੋਈ ਘੇਰ ਲਵੇਗਾ। ਪਰ ਜਿਹੜੀ ਕੌਮੀ ਲੜਾਈ ਹੈ ਉਹ ਤੁਸੀਂ ਅੱਜ ਸ਼ਸਤਰਾਂ ਨਾਲ ਕਿੱਥੇ ਲੜ ਲਓਗੇ? ਮੈਂ ਇਹ ਬੇਨਤੀ ਕੀਤੀ ਸੀ ਵੀ ਅੱਜ ਜ਼ਮਾਨਾ ਵਿਚਾਰਾਂ ਦਾ ਹੈ, ਹਥਿਆਰਾਂ ਦਾ ਨਹੀਂ। ਨੁਕਸਾਨ ਨਾ ਕਰਾਈਏ ਆਪਣੀ ਕੌਮ ਦਾ। ਘੱਟ ਗਿਣਤੀ ਆ, ਅਗਲੇ ਬਹੁ ਗਿਣਤੀ 'ਚ ਨੇ। ਅਸੀਂ ਬੰਦੂਕਾਂ ਲੈ ਕੇ ਜਾਵਾਂਗੇ, ਅਗਲੇ ਤੋਪਾਂ ਲੈ ਕੇ ਆਉਣਗੇ। ਜਦੋਂ ਅਗਲੇ ਤੋਪਾਂ ਲੈ ਕੇ ਆਉਣਗੇ, ਸਾਡਾ ਘਾਣ ਕਰਨਗੇ, ਫਿਰ ਅਸੀਂ ਸਾਰੀ ਜ਼ਿੰਦਗੀ ਰੌਲਾ ਪਾਉਂਦੇ ਰਹਾਂਗੇ ਵੀ ਹਾਏ ਸਾਡੇ ਨਾਲ ਧੱਕਾ ਕਰਦੇ ਨੇ, ਸਾਡੇ ਨਾਲ ਧੱਕਾ ਹੋ ਗਿਆ, ਫਿਰ ਅਸੀਂ ਇਹ ਕਹਾਂਗੇ। ਸਾਨੂੰ ਇਹ ਧਿਆਨ 'ਚ ਹੋਣਾ ਚਾਹੀਦਾ ਵੀ ਬਹੁ ਗਿਣਤੀ ਉੱਧਰ ਹੈ, ਅਸੀਂ ਛੋਟੇ, ਸਾਡੀ ਗਿਣਤੀ ਥੋੜ੍ਹੀ ਹੈ। ਅਸੀਂ ਇਹ ਕੋਸ਼ਿਸ਼ ਕਰਨੀ ਹੈ, ਮੈਂ ਇਹ ਗੱਲ ਕਹੀ ਹੈ। ਇਹ ਥੋੜ੍ਹਾ ਕਿਹਾ ਵੀ ਜਿਹੜੀਆਂ ਕਿਰਪਾਨਾਂ ਪਾਈਆਂ ਨੇ ਕਿਰਪਾਨਾਂ ਨਾ ਰੱਖਿਆ ਕਰੋ, ਹੱਥ 'ਚ ਨਾ ਰੱਖੋ, ਗੱਡੀ 'ਚ ਵੀ ਚਾਹੀਦਾ ਮਾੜਾ ਮੋਟਾ, ਸ਼ਸਤਰ ਤੇ ਚਾਹੀਦਾ ਹੀ। ਹੁਣ ਅੱਜ ਦੇ ਸਮੇਂ ਵਿੱਚ ਜਥੇਦਾਰ ਇਹ ਕਹਿ ਸਕਦੇ ਨੇ ਅਕਾਲ ਤਖ਼ਤ ਦੇ ਵੀ ਸਾਰੇ ਸਿੱਖੋ ਸ਼ਸਤਰ ਲਿਆਓ, ਬੰਦੂਕਾਂ ਲਿਆਓ, ਆਪਾਂ ਹਰਿਦੁਆਰ ਕਬਜ਼ਾ ਲੈਣ ਚੱਲੀਏ, ਹਰ ਕੀ ਪੌੜੀ ਦੇ ਗੁਰਦੁਆਰੇ ਦਾ, ਕਹਿ ਸਕਦਾ ਕੋਈ ਜਥੇਦਾਰ? ਆ ਜਿਹੜੇ ਮੈਨੂੰ ਕਹਿੰਦੇ ਆ ਵੀ ਸ਼ਸਤਰਾਂ ਦੇ ਵਿਰੁੱਧ ਨੇ, ਇਹਨਾਂ ਨੂੰ ਕਹੋ ਵੀ ਸਾਰੇ ਸ਼ਸਤਰ ਲੈ ਕੇ ਇਕੱਠੇ ਹੋ ਕੇ ਚਲੇ ਜਾਣਗੇ ਗੁਰਦੁਆਰੇ ਦਾ ਕਬਜ਼ਾ ਲੈਣ। ਕਦੇ ਵੀ ਨਹੀਂ। ਕਿੰਨੀਆਂ ਮਾਵਾਂ ਦੇ ਪੁੱਤ ਮਰ ਸਕਦੇ ਨੇ, ਕਿੰਨੇ ਬੰਦੇ ਤੁਰਨਗੇ ਇਸ ਪਾਸੇ? ਹਾਲਾਤ ਵੇਖਣੇ ਪੈਣਗੇ, ਸਮਾਂ ਵੇਖਣਾ ਪਏਗਾ ਕਿੱਦਾਂ ਦਾ ਹੈ। ਅਸਲ ਵਿੱਚ ਗੱਲ ਮਨ ਨੂੰ, ਉਹ ਵਿਚਾਰ, ਉਹ ਸੋਚ ਸਾਡੇ ਵਿੱਚ ਆਉਣੀ ਬੜੀ ਲਾਜ਼ਮੀ ਸੀ। ਜਦੋਂ ਸਮਾਂ ਹਥਿਆਰਾਂ ਦਾ ਸੀ ਉਦੋਂ ਹਥਿਆਰਾਂ ਨਾਲ ਵੀ ਸਿੰਘ ਜੂਝਦੇ ਰਹੇ ਆ ਭਾਈ। ਜਦੋਂ ਹਥਿਆਰਾਂ ਦਾ ਸਮਾਂ ਸੀ ਉਦੋਂ ਹਥਿਆਰਾਂ ਨਾਲ ਵੀ ਜੂਝਦੇ ਰਹੇ। ਅੱਜ ਜੇ ਸਾਡੀ ਧੀ ਭੈਣ ਨੂੰ ਆਪਾਂ ਇਕੱਲੇ ਜਾਂਦੇ ਹੋਈਏ, ਕੋਈ ਦੋ ਬੰਦੇ ਆ ਕੇ ਮੋਟਰਸਾਈਕਲ ਤੇ ਸਾਡੀ ਭੈਣ ਨੂੰ ਉਹਦੀ ਬਾਂਹ ਫੜ ਲੈਣ, ਧੱਕੇ ਨਾਲ ਖਿੱਚ ਕੇ ਐ ਲੈ ਕੇ ਜਾਣ, ਤੇ ਬੰਦਾ ਜਿੰਨੇ ਜੋਗਾ ਹੈ ਲੜੇਗਾ ਹੀ, ਇਕੱਲਾ ਹੀ ਆ, ਦੋ ਬੰਦਿਆਂ ਨਾਲ ਵੀ ਲੜੇਗਾ, ਜੋ ਜਿੱਥੋਂ ਤੱਕ ਹੋ ਸਕਦਾ ਕਰੇਗਾ ਹੀ। ਇਹ ਤੇ ਗੱਲ ਹੈ ਹੀ ਹੈ। ਪਰ ਜਿਹੜੀ ਅਸਲ ਜਿਹੜੀ ਅੱਜ ਹਾਲ, ਅੱਜ ਜੋ ਸਿਚੁਏਸ਼ਨ ਹੈ ਉਹਦੇ ਮੁਤਾਬਕ, ਸਾਡੀ ਗਿਣਤੀ ਦੇ ਮੁਤਾਬਕ ਸਾਨੂੰ ਉਦਾਂ ਦਾ ਕੁਝ ਫੈਸਲੇ ਲੈਣੇ ਪੈਣਗੇ। ਇਹ ਨਾ ਹੋਵੇ ਕਿ ਸਾਡੀ ਕੌਮ ਦਾ ਨੁਕਸਾਨ ਹੋਵੇ, ਇਹ ਨਾ ਹੋਵੇ। ਉਸ ਗੁਰੂ ਸਾਹਿਬ ਨੇ ਸਾਨੂੰ ਦੋਵੇਂ ਗੱਲਾਂ ਸਿਖਾਈਆਂ ਕਿ ਨਹੀਂ? ਹੁਣ ਵੇਖੋ, ਚਮਕੌਰ ਦੀ ਗੜੀ ਦੇ ਵਿੱਚ ਫੈਸਲਾ ਲੜਨ ਦਾ ਹੈ, ਤੇ ਮਾਛੀਵਾੜੇ ਫੈਸਲਾ ਨਿਕਲਣ ਦਾ। ਮਾਛੀਵਾੜੇ ਕੀ ਕਹਿੰਦੇ? ਹੈ ਗੁਰੂ ਗੋਬਿੰਦ ਸਿੰਘ, ਪਰ ਕੀ ਕਹਿ ਕੇ ਨਿਕਲੇ ਸੀ ਭਲਾ? ਬੋਲਿਓ ਜਰਾ, ਕੌਣ ਨੇ ਜੀ? ਬੋਲੋ ਪਿਆਰਿਓ। ਉੱਚ ਦੇ ਪੀਰ ਬਣ ਕੇ, ਉੱਚ ਦੇ ਪੀਰ ਕੇਸ ਖੁੱਲੇ ਛੱਡ ਕੇ ਨਿਕਲੇ, ਤੇ ਸਾਨੂੰ ਸਮਝਾ ਕੇ ਵੀ ਟਾਈਮ ਤੇ ਤੂੰ ਵੇਖਣਾ ਫੈਸਲਾ ਕਿੱਦਾਂ ਦਾ ਲੈਣਾ ਹੈ। ਆਖੋ ਸਤਨਾਮ, ਫੈਸਲਾ ਕਿੱਦਾਂ ਦਾ ਲੈਣਾ ਹੈ? ਨਿਕਲਣ ਦਾ ਫੈਸਲਾ ਉੱਥੇ ਸਹੀ ਹੈ, ਤੇ ਕਿਤੇ ਲੜਨ ਦਾ ਫੈਸਲਾ ਉਹ ਵੀ ਸਹੀ ਹੈ। ਉਹ ਤੇ ਹਾਲਾਤਾਂ ਤੇ ਡਿਪੈਂਡ ਕਰਦਾ ਹੈ ਵੀ ਤੁਹਾਡੇ ਤੇ। ਤਾਂ ਕਰਕੇ ਇੱਕ ਨਾ ਗੱਲ ਵੈਸੇ ਕਹੀ ਤੇ ਦੋ ਵਾਰ ਮੈਂ ਪਹਿਲਾਂ ਵੀ ਹੈ, ਫਿਰ ਕਹਿੰਦਾ ਜਿਹੜੇ ਸਮਝਣ ਵਾਲੇ ਹੁੰਦੇ, ਅਸਲੀ ਗੁਰੂ ਨੇ ਨਾ ਜਿਹੜੇ, ਅਸਲੀ ਗੁਰੂ ਮਤਲਬ ਸਾਡੇ ਆਗੂ, ਉਹ ਕਦੇ ਵੀ ਸਿਧਾਂਤ ਨਹੀਂ ਦਿੰਦੇ, ਉਹ ਦਿੰਦੇ ਨੇ ਦ੍ਰਿਸ਼ਟੀ। ਸਮਝਿਓ, ਸਮਝੋਗੇ ਪਿਆਰੇ? ਨੋਟ ਕਰਿਓ, ਸਿਧਾਂਤ ਨਹੀਂ ਦਿੰਦੇ, ਦ੍ਰਿਸ਼ਟੀ ਦਿੰਦੇ ਹੈ, ਨਜ਼ਰੀਆ। ਕਿਵੇਂ ਭਲਾ? ਉਹ ਕਹਿੰਦੇ ਹੈ ਜੇ ਇਹ ਸਿਧਾਂਤ ਦੇ ਦਿੱਤਾ ਵੀ ਲੜ ਕੇ ਮਰਨਾ, ਇਹ ਸਾਡਾ ਸਿਧਾਂਤ ਹੈ ਵੀ ਲੜਨਾ ਤੇ ਮਰਨਾ, ਇਹ ਸਿਧਾਂਤ ਦੇ ਦਿੱਤਾ, ਫਿਰ ਹਰੇਕ ਥਾਂ ਤੇ ਲੜਨਾ ਹੀ ਪੈਣਾ, ਭਾਵੇਂ ਬੰਦੇ ਥੋੜੇ ਅੱਗੇ ਆਉਣ, ਭਾਵੇਂ ਬੰਦੇ ਜ਼ਿਆਦਾ ਆਉਣ। ਉਹ ਦਿੰਦੇ ਨੇ ਦ੍ਰਿਸ਼ਟੀ। ਉਹ ਦ੍ਰਿਸ਼ਟੀ ਦਾ ਮਤਲਬ ਵੀ ਤੂੰ ਵੇਖ ਇੱਥੇ ਕੀ ਕਰਨਾ। ਧਿਆਨ ਨਾਲ ਸੁਣਿਆ, ਇੱਕ ਬੰਦਾ ਉਹ ਹੁੰਦਾ ਜਿਹੜਾ ਅੰਨੇ ਬੰਦੇ ਨੂੰ ਰਾਹ ਵਿਖਾਉਂਦਾ।
ਅੰਨਾ ਬੰਦਾ ਪੁੱਛਦਾ ਹਾਂਜੀ ਕਿੱਧਰ ਨੂੰ ਜਾਵਾਂ, ਉਹ ਕਹਿੰਦਾ ਹੁਣ ਸੱਜੇ ਨੂੰ ਮੁੜ ਜਾ, ਖੱਬੇ ਨੂੰ ਮੁੜ ਜਾ, ਸੱਜੇ ਨੂੰ ਮੁੜ ਜਾ। ਇੱਕ ਤੇ ਉਹ ਆਗੂ ਨੇ ਜਿਹੜੇ ਕਹਿੰਦੇ ਨੇ ਵੀ ਅੰਨਾ ਅੰਨਾ ਹੀ ਰਵੇ ਤੇ ਮੈਨੂੰ ਹੀ ਪੁੱਛ ਕੇ ਚੱਲੇ ਤਾਂ ਹੀ ਮੇਰੀ ਕਦਰ ਹੈ, ਦੱਸੋ ਜੀ ਹੁਣ ਕਿੱਧਰ ਨੂੰ ਮੁੜਾਂ, ਹੁਣ ਕਿੱਧਰ ਨੂੰ ਮੁੜਾਂ। ਇੱਕ ਆਗੂ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਇਹਦੀਆਂ ਅੱਖਾਂ ਦਾ ਆਪਰੇਸ਼ਨ ਕਰੋ, ਇਹਨੂੰ ਆਪ ਹੀ ਦਿਸਣ ਲੱਗ ਜੇ, ਆਪ ਹੀ ਵੇਖ ਲਿਆ ਕਰੇ। ਆਖੋ ਸਤਨਾਮ ਮੇਰੀ ਵਾਹ। ਇਹ ਗੱਲ ਨੂੰ ਨੋਟ ਕਰਿਓ, ਜਿਹੜੇ ਪਹਿਲੇ ਸਮਿਆਂ ਦੇ ਵਿੱਚ ਆਗੂ ਆਏ ਐ, ਕਈਆਂ ਨੇ ਤੇ ਸਿਧਾਂਤ ਦਿੱਤੇ ਐ ਵੀ ਮੈਨੂੰ ਪੁੱਛੋ ਆਹ ਆਹ ਮਰਿਆਦਾ, ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਨਹੀਂ, ਇਹਨੂੰ ਦ੍ਰਿਸ਼ਟੀ ਦਿਓ, ਆਪੇ ਵੇਖੇ, ਆਪੇ ਵੇਖੇ ਵੀ ਹਾਲਾਤ ਕਿੱਦਾਂ ਦੇ ਨੇ, ਇਹਨਾਂ ਹਾਲਾਤਾਂ ਵਿੱਚ ਅਸੀਂ ਕੀ ਕਰੀਏ। ਜਿਵੇਂ ਹੁਣ ਵੇਖੋ ਨਾ, ਕਿਸੇ ਵੇਲੇ ਜੈਨੀਆਂ ਦੀ ਮਰਿਆਦਾ ਹੈ ਕਿ ਨੰਗੇ ਪੈਰੀ ਉਹ ਤੁਰਦੇ ਐ, ਕਹਿੰਦੇ ਪੈਰਾਂ ਥੱਲੇ ਕੋਈ ਕੀੜਾ ਨਾ ਆ ਜਾਵੇ, ਹੋ ਗਈ ਨਾ ਗੱਲ। ਉਹਨਾਂ ਨੇ ਇਸ ਕਰਕੇ ਨੰਗੇ ਪੈਰੀ ਤੁਰਨ ਦਾ ਫੈਸਲਾ ਲੈ ਲਿਆ। ਹੁਣ ਜ਼ਮਾਨਾ ਕਿਹੜਾ ਆ ਗਿਆ, ਹੁਣ ਕਈ ਕਈ ਜੈਨੀਆਂ ਨੂੰ ਤੁਸੀਂ ਵੇਖਿਓ ਛੜਕ ਤੇ ਤੁਰੇ ਜਾਣਗੇ, ਏਦਾਂ ਕੱਪੜੇ ਲਪੇਟੇ ਹੋਣਗੇ ਪੈਰ ਦੇ ਉੱਤੇ, ਪੈਰ ਤੇ ਕੱਪੜੇ ਲਪੇਟੇ ਨੇ, ਕੀ ਕਹਿਣਗੇ, ਕਹਿੰਦੇ ਸਾਡੇ ਤੇ ਗੁਰੂ ਜੀ ਕਹਿ ਗਏ ਆ ਸਿਧਾਂਤ ਹੈ ਵੀ ਜੁੱਤੀ ਨਹੀਂ ਪਾਉਣੀ, ਕੱਪੜੇ ਲਪੇਟ ਲੈਂਦੇ ਨੇ, ਕੱਪੜਿਆਂ ਦੇ ਬੂਟ ਨਹੀਂ ਪਾਉਂਦੇ। ਆਖੋ ਸਤਨਾਮ ਮੇਰੀ ਵਾਹ। ਕੱਪੜੇ ਲਪੇਟ ਲੈਂਦੇ ਆ ਪਰ ਇਹ ਨਹੀਂ ਵੀ ਇਹਨਾਂ ਕੱਪੜਿਆਂ ਦੇ ਬੂਟ ਬਣਾ ਲਈਏ। ਕਹਿੰਦੇ ਸਵਾਰੀ ਨਹੀਂ ਕਰਨੀ, ਘੋੜੇ ਦੀ ਸਵਾਰੀ ਕਰਦੇ ਸੀ ਉਦੋਂ, ਉਸ ਵੇਲੇ ਤੇ ਸਹੀ ਗੱਲ ਹੈ ਵੀ ਘੋੜੇ ਦੀ ਸਵਾਰੀ ਕਰਦੇ ਸੀ ਲੋਕੀ ਬਲਦਾਂ ਤੇ, ਬਲ ਉਸ ਵੇਲੇ ਬੈਲ ਗੱਡੀਆਂ ਹੁੰਦੀਆਂ ਸੀ, ਰੱਥ ਹੁੰਦੇ ਸੀ। ਉਹ ਕਹਿੰਦੇ ਘੋੜਾ ਕੋਈ ਇਹ ਤੁਹਾਡੇ ਲਈ ਥੋੜਾ ਬਣਿਆ ਵੀ ਬੰਦੇ ਦਾ ਹੀ ਭਾਰ ਚੁੱਕੀ ਜਾਵੇ, ਇਹ ਉਹਨਾਂ ਦੀ ਸੋਚ ਸੀ। ਉਹ ਤੇ ਸਮਾਂ ਲੰਘ ਗਿਆ, ਹੁਣ ਉਹ ਸਵਾਰੀ ਚ ਕਹਿੰਦੇ ਸਾਨੂੰ ਤੇ ਕਹਿ ਕੇ ਬਹਿਣਾ ਹੀ ਨਹੀਂ, ਹੁਣ ਜਹਾਜ਼ ਵਿੱਚ ਵੀ ਨਹੀਂ ਬਹਿੰਦੇ, ਉਹ ਗੱਡੀ ਵਿੱਚ ਵੀ ਨਹੀਂ ਬਹਿੰਦੇ, ਹੁਣ ਹਾਰਸ ਖਤਮ ਹੋ ਗਿਆ, ਹਾਰਸ ਪਾਵਰ ਦੀਆਂ ਗੱਡੀਆਂ ਆ ਗਈਆਂ। ਆ ਗੱਡੀ ਕਿੰਨੇ ਹਾਰਸ ਪਾਵਰ ਦੀ ਹੈ, ਤੇ ਗੱਡੀਆਂ ਨਾਲ ਕਿਹੜੇ ਜੀਵ ਮਰਦੇ ਨੇ, ਉਹ ਅਜੇ ਤੱਕ ਵੀ ਉੱਥੇ ਹੀ ਖੜੇ ਹੈ। ਤਾਂ ਕਰਕੇ ਭਾਈ ਅਸਲੀ ਜੇ ਗੁਰੂ ਹੈ ਨਾ ਕੋਈ ਆਗੂ, ਉਹ ਕਹਿੰਦਾ ਤੁਸੀਂ ਆਪ ਵੇਖਿਓ ਵੀ ਸਮਾਂ ਕਿੱਦਾਂ ਦਾ ਹੈ ਤੇ ਉਦਾਂ ਦੀ ਮਰਿਆਦਾ ਘੜ ਲਿਓ, ਉਦਾਂ ਦੇ ਸਿਧਾਂਤ ਬਣਨਗੇ। ਉਹ ਤੁਹਾਨੂੰ ਵੇਖਣਾ ਪੈਣਾ ਹੈ ਵੀ ਹਾਲਾਤ ਕਿੱਦਾਂ ਦੇ ਹੈ, ਉਹਨਾਂ ਦੇ ਮੁਤਾਬਕ ਤੁਹਾਨੂੰ ਸਿਧਾਂਤ ਘੜਨੇ ਪੈਣਗੇ, ਉਦਾਂ ਦਾ ਸਿਸਟਮ ਬਣਾਉਣਾ ਪਏਗਾ। ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਆਪਾਂ ਫਿਰ ਉਹਨਾਂ ਦਾ ਸਤਿਕਾਰ ਕਰੀਏ। ਪਹਿਲਾਂ ਜਿਹੜੇ ਅੰਮ੍ਰਿਤ ਛੱਕ ਕੇ ਆਏ ਆ ਉਹਨਾਂ ਨੂੰ ਜੀ ਆਇਆਂ ਕਹੀਏ। ਸੰਗਤ ਨੇ ਆਪਣੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਰੱਖਿਓ, ਹਿਲਜੁਲ ਨਾ ਹੋਵੇ, ਇਕਾਗਰਤਾ ਬਣਾਈ ਰੱਖਿਓ। ਜੀ ਆਇਆਂ ਨੂੰ ਕਹੀਏ, ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਹੈ, ਜਿਹੜੇ ਸਿੰਘ ਸਜੇ ਹੈ, ਜਿਨ੍ਹਾਂ ਨੂੰ ਸਤਿਗੁਰ ਜੀ ਨੇ ਆਪਣੇ ਬਣਾਇਆ, ਆਓ ਸਾਰਿਆਂ ਨੂੰ ਵਧਾਈ ਦੇਈਏ ਨਾਲੇ। ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ। ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀ ਨਿਭੀ। ਸੱਚੇ ਪਾਤਸ਼ਾਹ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ। ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ। ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ। ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀ ਨਿਭੀ। ਮੇਰੀ ਵੀ ਨਿਭਾਈ ਰੱਬਾ ਮੇਰਿਆ,
231 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ 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 ਵਧਾਈਆਂ ਆਓ ਜਿਹੜੇ ਸਿੰਘ ਸਜੇ ਉਹਨਾਂ ਨੂੰ ਵਧਾਈ ਦਈਏ ਜਿਨ੍ਹਾਂ ਨੂੰ ਚਾਹੇ ਸੰਗਿਓ ਨਾ ਨਹੀਂ ਰੱਖਿਓ ਅੱਧਾ ਕੁ ਮਿੰਟ ਬੋਲੇ ਮਿਹਰ ਕਰਨ ਬਈ ਜਿਹੜੇ ਜਿਹੜੇ ਸਿੰਘ ਸਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾਓ ਇਹ ਕਾਫਲਾ ਵਧੇ ਅੰਮ੍ਰਿਤ ਛਕਣ ਵਾਲਿਆਂ ਦਾ ਗਿਆਨ ਅੰਮ੍ਰਿਤ ਛਕਣ ਵਾਲਿਆਂ ਦਾ ਨੌਲੇਜ ਵਿੱਚ ਵਾਧਾ ਹੋਵੇ ਸਮਝ ਵਿੱਚ ਵਾਧਾ ਹੋਵੇ ਪਰਸਨੈਲਿਟੀ ਡਿਵੈਲਪ ਹੋਵੇ ਜਿਉਣ ਦਾ ਚੱਜ ਆਵੇ ਆਪਣੇ ਆਪ ਨੂੰ ਚੈੱਕ ਕਰਿਆ ਕਰੋ ਮੇਰਾ ਸੁਭਾਅ ਬਦਲਿਆ ਮੈਂ ਥੋੜਾ ਜਿਹਾ ਹਿੰਮਤ ਵਾਲਾ ਬਣਿਆ ਆਪਣੇ ਕੰਮ ਸਹੀ ਕਰਨ ਲੱਗਿਆ ਜ਼ਿੰਮੇਵਾਰੀ ਨਿਭਾਉਣ ਲੱਗਿਆ ਆਲਸੀ ਤੇ ਨਹੀਂ ਹੋ ਗਿਆ ਪਿਆ ਤੇ ਨਹੀਂ ਰਹਿੰਦਾ ਮੈਂ ਗੁਰਬਾਣੀ ਦਾ ਗਿਆਨ ਆਉਣ ਦਾ ਮਤਲਬ ਇਹ ਹੈ ਵੀ ਜ਼ਿੰਦਗੀ 'ਚ ਕੁਛ ਚੇਂਜ ਆਈ ਹੈ ਕੋਈ ਚਮਕਿਆ ਤੂੰ ਅੱਗੇ ਨਾਲੋਂ ਵੱਧ ਤੇਰੀ ਪਰਸਨੈਲਿਟੀ ਡਿਵੈਲਪ ਹੋਈ ਹੈ ਸਹੀ ਟਾਈਮ ਤੇ ਜਾਂਦਾ ਹੈ ਆਪਣੇ ਕੰਮ ਤੇ ਲੇਟ ਤੇ ਨਹੀਂ ਹੁੰਦਾ ਬੀਬੀ ਕਹਿੰਦੀ ਆਟਾ ਭਿਆ ਕੇ ਲਿਆ ਟਾਲੀ ਤੇ ਨਹੀਂ ਜਾਂਦਾ ਅੱਜ ਕੰਮ ਕਰਨਾ ਸੀ 15 ਦਿਨ ਹੋ ਗਏ ਅਜੇ ਤੱਕ ਨਿਬੜਿਆ ਹੀ ਨਹੀਂ ਹੋਇਆ ਹੀ ਨਹੀਂ ਕਰਦਾ ਹੀ ਨਹੀਂ ਏਦਾਂ ਤੇ ਨਹੀਂ ਕਰੀ ਜਾਂਦਾ ਡਿਲੇ ਡਿਲੇ ਕਰਨ ਦੀ ਆਦਤ ਤੇ ਨਹੀਂ ਆਲਸੀ ਤੇ ਨਹੀਂ ਕਿਤੇ ਆਪਾਂ ਇਹ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਦਿਸਣੀਆਂ ਚਾਹੀਦੀਆਂ ਭਾਈ ਅੰਮ੍ਰਿਤ ਛਕਣ ਦਾ ਮਤਲਬ ਅਕਲ ਲੈਣ ਦਾ ਗਿਆਨ ਲੈਣ ਦਾ ਮਤਲਬ ਸਿਰਫ ਦਾੜੀਆਂ ਦਸਤਾਰਾਂ ਨਹੀਂ ਵੀ ਅਸੀਂ ਤੇ ਬਦਲ ਗਏ ਹਾਂ ਜਿਸ ਤੋਂ ਸਿੰਘ ਸੱਜ ਗਏ ਹਾਂ ਏਦਾਂ ਨਹੀਂ ਸਾਡੇ ਜੀਵਨ ਵਿੱਚੋਂ ਝਲਕੇ ਉਹ ਚੀਜ਼ ਕੀ ਹੁਣ ਪਹਿਲਾਂ ਵਾਲਾ ਗੰਦਮੰਦ ਜਿਹਾ ਪਹਿਲਾਂ ਵਾਲੇ ਖਿਆਲ ਤੇ ਨਹੀਂ ਰਹੇ ਸਾਡੇ ਬਦਲ ਗਏ ਪੈਸ਼ਨ ਆਇਆ ਕੁਛ ਅੰਦਰ ਕੁਝ ਕਰਨ ਦਾ ਚਾਅ ਪੈਦਾ ਹੋਇਆ ਪਹਿਲਾਂ ਵੀ ਪਏ ਜੇ ਰਹਿੰਦੇ ਸੀ ਲੰਮੇ ਪਹਿਲਾਂ ਵੀ ਆਟਾ ਉੱਟਾ ਭਿਆਉਣ ਬੀਬੀ ਰੌਲਾ ਪਾਈ ਜਾਂਦੀ ਸੀ ਹੁਣ ਅੰਮ੍ਰਿਤ ਛਕ ਲਿਆ ਫਿਰ ਵੀ ਉਵੇਂ ਹੀ ਹੈ ਕੋਈ ਫਰਕ ਨਹੀਂ ਪਿਆ ਫਿਰ ਕੀ ਛਕਿਆ ਜ਼ਿੰਮੇਵਾਰੀਆਂ ਚੱਕਣ ਲੱਗੇ ਆ ਕੋਈ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਲੱਗਣ ਲੱਗਿਆ ਹੁਣ ਜੇ ਟ੍ਰੈਫਿਕ 'ਚ ਜਾਂਦੇ ਹੋਈਏ ਇੱਕ ਜਣੇ ਨੂੰ ਲੰਘਣ ਨੂੰ ਕਹਿੰਦੇ ਲੰਘ ਚੱਲ ਕੋਈ ਨਹੀਂ ਇਹ ਵੀ ਤਾਂ ਰੱਬ ਦਾ ਹੀ ਬੰਦਾ ਹੈ ਇਹ ਲੰਘ ਜੇ ਕੋਈ ਨਹੀਂ ਫਿਰ ਕੀ ਫਰਕ ਪੈਂਦਾ ਐਂ ਹੋਇਆ ਸਾਡੇ ਮਨ 'ਚ ਕੁਛ ਇਦਾਂ ਦੀਆਂ ਗੱਲਾਂ ਸਾਡੀ ਜ਼ਿੰਦਗੀ ਵਿੱਚ ਆਈਆਂ ਇਹ ਆਪਣੇ ਆਪ ਨੂੰ ਜ਼ਰੂਰ ਚੈੱਕ ਕਰਿਓ ਇਹ ਵੇਖਣਾ ਵੀ ਸਾਡੀ ਜ਼ਿੰਦਗੀ 'ਚ ਬਦਲਾਵ ਕੀ ਆਇਆ ਨਹੀਂ ਤਾਂ ਜਿਹੜੇ ਦਿਨ ਰਾਤ ਨੈੱਟ ਦੇ ਉੱਤੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਐ ਕਿਰਪਾਨਾਂ ਤੇ ਵੀ ਏਡੀਆਂ ਏਡੀਆਂ ਪਾਈ ਫਿਰਦੇ ਏਡੀਆਂ ਏਡੀਆਂ ਆਪਾਂ ਤੇ ਏਡੀ ਕਿਰਪਾਨਿਆਂ ਨੇ ਇਹ ਏਡੀਆਂ ਏਡੀਆਂ ਪਾਈ ਫਿਰਦੇ ਤੇ ਗਾਲਾਂ ਵੇਖਿਓ ਤੁਸੀਂ ਫਿਰ ਪਤਾ ਨਹੀਂ ਕਿੱਥੋਂ ਇਹ ਕੁਝ ਸਿੱਖਦੇ ਮੈਂ ਚੋਲਾ ਪਾ ਲੂੰ ਫਿਰ ਬੀਬੀ ਦਾ ਸੂਟ ਮਿਲਾਉਣਗੇ ਕਿਸੇ ਦਾ ਵੀ ਆਹ ਵੇਖੋ ਜੀ ਬੀਬੀਆਂ ਵਰਗੇ ਕੱਪੜੇ ਪਾਈ ਫਿਰਦੇ ਲੱਭਦੇ ਪਤਾ ਨਹੀਂ ਕਿਵੇਂ ਨੇ ਇਹੀ ਲੱਭਦੇ ਰਹਿਣਗੇ ਵੀ ਕਿਸੇ ਬੀਬੀ ਦਾ ਸੂਟ ਲੱਭੀਏ ਫਿਰ ਉਹ ਕੱਪੜਾ ਲੱਭ ਕੇ ਤੇ ਫਿਰ ਹੁਣ ਚਿੱਟੇ ਵੀ ਕਈਆਂ ਭੈਣਾਂ ਨੇ ਪਾਏ ਹੋਣਗੇ ਇੱਥੇ ਹੁਣ ਆਹ ਚਿੱਟਾ ਮਿਲਾ ਲਓ ਕਿਸੇ ਨਾਲ ਆਹ ਕੇਸਰੀ ਮਿਲਾ ਲਿਆ ਕਰੋ ਇਹ ਕੋਈ ਗੱਲਾਂ ਨੇ ਕਰਨ ਵਾਲੀਆਂ ਇਹ ਗੱਲਾਂ ਦੇ ਜਵਾਬ ਗੁਰਮਤ ਨੂੰ ਸਮਝਣਾ ਗੁਰਬਾਣੀ ਨਾਲ ਜੁੜਨਾ ਅਕਲ ਆਉਣੀ
ਬੜਾ ਕੁਝ ਕਰਕੇ ਮੈਂ ਇੱਕ ਵਾਰੀ ਬੋਲਿਆ ਸੀ ਨਾ ਉੱਥੇ ਇੱਥੇ ਪਿੱਛੇ ਜੇ ਇੱਕ ਕਲਿੱਪ ਆਇਆ ਸੀ ਵੀ ਭਰਾ ਭਰਾ ਬਣੋ ਹਰੇਕ ਬਾਬਾ ਹੀ ਕਹਿੰਦਾ ਵੀ ਭਾਈ ਭਾਈ ਬਣੋ ਫਿਰ ਤੂੰ ਕਿਉਂ ਬ੍ਰਹਮ ਗਿਆਨੀ ਤੇ ਸੰਤ ਲਿਖਾਉਂਦਾ ਫਿਰ ਤੂੰ ਭਾਈ ਬਣ ਅਗਲਾ ਕਹੇ ਵੀ ਸਾਡਾ ਵੱਡਾ ਭਾਈ ਹੈ ਕੋਈ ਕਹੇ ਤੈਨੂੰ ਵੀ ਮੇਰਾ ਛੋਟਾ ਭਾਈਆਂ ਵਰਗਾ ਮੇਰਾ ਭਾਈ ਭਾਈ ਆ ਮੇਰੇ ਜਿਵੇਂ ਤੁਸੀਂ ਆਪਣੇ ਭਰਾ ਬਾਰੇ ਨਹੀਂ ਦੱਸਦੇ ਹੁੰਦੇ ਵੀ ਆ ਮੇਰਾ ਭਾਈ ਸਾਹਿਬ ਹੈ ਆ ਮੇਰੇ ਵੱਡੇ ਭਾਈ ਸਾਹਿਬ ਨੇ ਆ ਮੇਰੇ ਛੋਟੇ ਭਾਈ ਸਾਹਿਬ ਨੇ ਇਦਾਂ ਦੱਸਦੇ ਆ ਇਦਾਂ ਅਸੀਂ ਚਾਹ ਨਾਲ ਦਸੀਏ ਕਈ ਤੇ ਜਾਂਦੇ ਹੋ ਭਾਈ ਭਾਈ ਬਣੋ ਪੰਥ ਵਿੱਚ ਏਕਤਾ ਹੋਵੇ ਸਾਰਾ ਪੰਥ ਤੇ ਭਾਈਆਂ ਦਾ ਤੁਸੀਂ ਇਕੱਲੇ ਮਹਾਂਪੁਰਸ਼ ਬਣੇ ਫਿਰਦੇ ਹੋ ਆਖੋ ਸਤਨਾਮ ਬਣ ਜਾਓ ਭਰਾ ਭਰਾ ਆ ਤੇ ਸਾਰੇ ਭੈਣ ਭਰਾ ਹੀ ਨੇ ਅੰਮ੍ਰਿਤ ਛਕਿਆ ਇੱਕ ਬਾਟੇ ਚੋਂ ਛਕਿਆ ਸਾਰੇ ਆ ਬੀਬੀਆਂ ਭਾਈ ਸਭ ਭੈਣ ਭਰਾ ਨੇ ਤੇ ਮੈਂ ਉਦੋਂ ਹਠੂਰ ਦੀਵਾਨ ਵਿੱਚ ਬੇਨਤੀ ਕੀਤੀ ਸੀ ਨਾ ਮੈਂ ਕਿਹਾ ਸਾਰਾ ਕੁਝ ਕਰ ਕਰਕੇ ਵੇਖਿਆ ਆ ਜਿੰਨੇ ਬਾਬਿਆਂ ਦੀਆਂ ਮਰਿਆਦਾਵਾਂ ਨਾ ਸਾਰੀਆਂ ਫੋਲੋ ਕਰਕੇ ਵੇਖੀਆਂ ਵੀ ਆਹ ਮਰਿਆਦਾ ਵੀ ਘੱਟ ਤੋਂ ਘੱਟ 5-6 ਸਾਲ 12:30 ਵਜੇ ਕੇਸੀ ਨਹਾ ਕੇ ਵੀ ਵੇਖਿਆ ਇਹ ਦੱਸਿਆ ਸੀ ਨਾ ਮੈਂ ਤੇ ਉਹ ਨਾ ਇੱਕ ਬੁੱਝੜ ਜਿਹਾ ਬੰਦਾ ਨੀ ਕੈਲੀਫੋਰਨੀਆ ਵਾਲਾ ਜਿਹੜਾ ਉਹ ਜਿਹਨੂੰ ਉਹ ਗੁਰਪ੍ਰੀਤ ਕਹਿੰਦੇ ਆ ਜਿਹਨੂੰ ਉਹ ਕਮਲਾ ਦਾੜੀ ਧੋਣ ਲੱਗਿਆ ਹੋਇਆ ਮੈਂ ਕਿਹਾ ਸ਼ੁਕਰ ਹੈ ਤੇਰੀ ਸਿੱਕਰੀ ਤੇ ਨਿਕਲ ਗਈ ਦਾੜੀ ਤੇ ਵੀ ਇੰਨਾ ਹੀ ਸ਼ੁਕਰ ਹੈ ਵੀ ਦਾੜੀ ਤੇ ਧੋਲੀ ਤੂੰ ਤਾਂ ਦਾੜੀ ਧੋਣ ਵਾਲਾ ਵੀ ਬੰਦਾ ਨਹੀਂ ਉਹ ਦਾੜੀ ਧੋ ਕੇ ਵਿਖਾ ਰਿਹਾ ਕਹਿੰਦਾ ਇਹ ਕਹਿੰਦੇ ਆ ਵੀ ਮੈਂ ਜਹਾਜ਼ ਵਿੱਚ ਵੀ ਕੇਸੀ ਨਹਾਤਾ ਵੀ ਦੋ ਬੋਤਲਾਂ ਨਾਲ ਬੰਦਾ ਕਿਵੇਂ ਨਹਾ ਸਕਦਾ ਉਹ ਕਮਲਿਓ ਇੱਥੇ ਨਾ ਤੁਸੀਂ ਆ ਵਾਲ ਖੋਲ੍ਹ ਕੇ ਅੱਧੀ ਬੋਤਲ ਸਿਰ 'ਚ ਪਾਣੀ ਦੀ ਪਾ ਲਓ ਨਾਲੇ ਤੇ ਵਾਲ ਗਿੱਲੇ ਹੋ ਜਾਣਗੇ ਨਾਲੇ ਸਰੀਰ ਗਿੱਲਾ ਹੋ ਜੂ ਤੇ ਮੁੜ ਕੇ ਟਿਸ਼ੂ ਨਾਲ ਸਾਫ਼ ਕਰ ਲਓ ਕਰਮ ਕਾਂਡ ਜਦੋਂ ਕਰਨਾ ਹੈ ਤੇ ਲਓ ਜੀ ਨਾਲੇ ਜੀ ਕੇਸੀ ਇੰਨੇ ਨਾਲ ਹੀ ਇਸ਼ਨਾਨ ਹੋਰ ਹੁੰਦਾ ਕੀ ਇੱਕ ਬੋਤਲ ਪਾਣੀ ਦੀ ਸਿਰ 'ਚ ਪਾ ਲਓ ਸਾਰਾ ਸਰੀਰ ਭਿੱਜ ਜਾਂਦਾ ਮੁੜ ਕੇ ਉਹਨੂੰ ਸਾਫ਼ ਕਰ ਲਓ ਜੀ ਨਹਾਤੇ ਗਏ ਜੇ ਇੱਦਾਂ ਦੇ ਕਰਮ ਕਾਂਡ ਹੀ ਬਣਨਾ ਮੈਂ ਕਹਿੰਦਾ ਕੇਸੀ ਨਹਾਉਣਾ ਮਾੜਾ ਨਹੀਂ ਇਸ਼ਨਾਨ ਕਰੋ ਜਿੰਨਾ ਮਰਜ਼ੀ ਕਰ ਲਿਆ ਕਰੋ ਭਾਵੇਂ 4 ਵਾਰੀ ਕੇਸੀ ਨਹਾਓ ਭਾਵ ਕਹਿਣ ਦਾ ਵੀ ਜੇ ਸਾਰਾ ਕੁਝ ਕਰਕੇ ਵੇਖਿਆ ਪਰ ਜਿੰਨੀ ਕੁ ਸਮਝ ਆਈ ਹੈ ਉਹ ਗੁਰਬਾਣੀ ਨੂੰ ਪੜ੍ਹ ਕੇ ਆਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਬਥੇਰਾ ਕੁਝ ਕਰ ਕਰਕੇ ਵੇਖਿਆ ਵੀ ਏਦਾਂ ਸਿਮਰਨ ਕਰਕੇ ਵੇਖੋ ਏਦਾਂ ਸਮਾਧੀ ਲਾ ਕੇ ਵੇਖੋ ਇੱਥੇ ਧਿਆਨ ਟਿਕਾ ਕੇ ਵੇਖੋ ਵਾਜੇ ਕੰਨਾਂ 'ਚ ਕਿਵੇਂ ਸੁਣਦੇ ਐ ਸਾਰਾ ਕੁਝ ਤਜਰਬਾ ਕਰਕੇ ਵੇਖਿਆ ਕੱਲੀ ਕੱਲੀ ਚੀਜ਼ ਨੂੰ ਪ੍ਰੈਕਟੀਕਲ ਕੀਤਾ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਆਪ ਵੇਖਿਆ ਕਰ ਕਰਕੇ ਉਹਦਾ ਤੇ ਜਵਾਬ ਆਇਆ ਨਹੀਂ ਕੋਈ ਵੀ ਉਹ ਮੈਂ ਕਹਿ ਕੀ ਰਿਹਾ ਵੀ ਤੁਹਾਡੇ ਬਾਬਿਆਂ ਨੂੰ ਕਹੋ ਵੀ ਭਾਈ ਭਾਈ ਬਣੋ ਉਹਨਾਂ ਨੂੰ ਤੇ ਕਹਿਣਾ ਨਹੀਂ ਉਲਟਾ ਸਗੋਂ ਲਓ ਜੀ ਇਹ ਕਹਿੰਦੇ ਦੋ ਬੋਤਲਾਂ ਨਾਲ ਮੈਂ ਕਿਵੇਂ ਨਹਾ ਲੂੰਗਾ ਇੱਦਾਂ ਦੱਸ ਇਹ ਕੋਈ ਪੁੱਛਣ ਵਾਲੀ ਗੱਲ ਉਹ ਕਮਲਾ ਦਾੜੀ ਧੋਲ ਗਿਆ ਸੀ ਮੈਂ ਵੇਖ ਰਿਹਾ ਵੀ ਦਾੜੀ ਧੋਵੇ ਐਂ ਕਰਕੇ ਲਓ ਜੀ ਕਹਿੰਦਾ ਮੈਂ ਲਾਈਵ ਹੋ ਕੇ ਵੀ ਦਾੜੀ ਤੁਹਾਨੂੰ ਵਿਖਾਨਾ ਧੋ ਕੇ ਮੇਰੀ ਦਾੜੀ ਤੇ ਧੁੱਪੀ ਦੋ ਬੋਤਲਾਂ ਨਾਲ ਇੱਦਾਂ ਦੇ ਸੁਭਾਅ ਨੇ ਲੋਕਾਂ ਦੇ ਸੋ ਮੇਰੇ ਕਹਿਣ ਦਾ ਭਾਵ ਸਿਰਫ ਇੰਨਾ ਹੀ ਹੈ ਵੀ ਇਹੋ ਜਿਹੜੇ ਲੋਕ ਨੇ ਇਹ ਭੜਕਾਉਣ ਵਾਲੇ ਹੈ ਧਮਕੀਆਂ ਵੇਖੋ ਕਿੱਦਾਂ ਦੀਆਂ ਦਿੰਦੇ ਆ ਜਿੱਥੇ ਜਿਹੜਾ ਕਹਿੰਦੇ ਭੋਗ ਨਹੀਂ ਲਵਾਉਂਦਾ ਉਹਦਾ ਭੋਗ ਹੀ ਪਾ ਦਿਓ ਇੱਦਾਂ ਦੀਆਂ ਗੱਲਾਂ ਕਰਦੇ ਵੀ ਜਿਹੜਾ ਇੱਦਾਂ ਕਵੇ ਉਹਦਾ ਭੋਗ ਹੀ ਪਾ ਦਿਓ ਇਹੋ ਜਿਹਾ ਇਹ ਭੜਕਾਉਣ ਵਾਲੇ ਬੰਦੇ ਆ ਕੁਛ ਪਰ ਆਪਾਂ ਸਿਆਣੇ ਬਣੀਏ ਗੁਰਮਤਿ ਦੀ ਆਪ ਸਮਝ ਹੋਏਗੀ ਜਦੋਂ ਫਿਰ ਇਹੋ ਜਿਹਾ ਕੋਈ ਵੀ ਬੰਦਾ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਜਿਹੜਾ ਆਪਣੇ ਆਪ ਨੂੰ ਬਦਲਣਾ ਹੈ ਨਾ ਪਿਆਰਿਓ ਇਹ ਬੜੀ ਕਰੜੀ ਗੱਲ ਨਾ ਹੈ ਸਾਰੀ ਲੜਾਈ ਸਾਡੇ ਆਪਣੇ ਆਪ ਨਾਲ ਹੈ ਜਿਹੜਾ ਅਕਲ ਤੇ ਆ ਜਾਂਦੀ ਹੈ ਵੀ ਆਹ ਗੱਲਾਂ ਗਲਤ ਨੇ ਆਹ ਗੱਲਾਂ ਠੀਕ ਨੇ ਹੁਣ ਆਹ ਛਾਂਮ ਪੈ ਗਈ ਅੱਜ ਕਈ ਬੰਦਿਆਂ ਨੂੰ ਪਤਾ ਹੈ ਵੀ ਸ਼ਰਾਬ ਮਾੜੀ ਹੈ ਇਸ ਗੱਲ ਦਾ ਤੇ ਪਤਾ ਲੱਗ ਗਿਆ ਹੁਣ ਪਤਾ ਉਦੋਂ ਲੱਗਣਾ ਜਦੋਂ ਸ਼ਾਮ ਦੇ 7 ਵਜੇ ਤੇ ਠੰਡ ਜੀ ਅੱਜ ਕੱਲ੍ਹ ਹੈ ਹੀ ਹੈ ਠੰਡ ਜੀ ਅੱਜ ਕੱਲ੍ਹ ਹੈ ਹੀ ਹੈ ਉਹ ਜਿਹੜੀ 7 ਵਜੇ ਲੜਾਈ ਲੜਨੀ ਪੈਣੀ ਹੈ ਇੱਥੇ ਪਤਾ ਤੇ ਇੰਨਾ ਹੈਗਾ ਹੀ ਹੈ ਵੀ ਸ਼ਰਾਬ ਮਾੜੀ ਹੈ ਵੀ ਬੰਦੇ ਦਾ ਦਿਮਾਗ ਪਾਗਲ ਹੋ ਜਾਂਦਾ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ ਪਰ 7 ਵਜੇ ਕਲੇਸ਼ ਪੈਣਾ ਤੇਰੇ ਨਾਲ ਕਿਹਦੇ ਤੇਰਾ ਤੇਰੇ ਨਾਲ ਹੀ ਪੈਣਾ ਹੈ ਲੜਾਈ ਤੇਰੀ ਤੇਰੇ ਨਾਲ ਹੋਣੀ ਹੈ ਉਦੋਂ ਜਿੱਤ ਕੇ ਵਿਖਾਈ ਜੇ ਸੂਰਮਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਜਿੱਤ ਕੇ ਵਿਖਾਈ ਤੇ ਸਾਡੇ ਇਹਨਾਂ ਦੇ ਆ ਵੀਡੀਓ ਬਣਾਉਣ ਵਾਲੇ ਵੀਰਾਂ ਦੇ ਇਹਨਾਂ ਦੇ ਵਿਆਹ ਸੀ ਮੁੰਡੇ ਦਾ ਤੇ ਮੈਨੂੰ ਕੱਲ ਦੱਸਣ ਕਹਿੰਦੇ ਸਾਡਾ ਇੱਕ ਸ਼ਰਾਬੀ ਰਿਸ਼ਤੇਦਾਰ ਆ ਗਿਆ ਕਹਿੰਦੇ ਪੀਵੀ ਫਿਰੇ ਫੁੱਲ ਤੇ ਅਸੀਂ ਕਿਹਾ ਤੂੰ ਛੱਡ ਦੇ ਕਹਿੰਦਾ ਬਾਬਾ ਜੀ ਤੇ ਆਪ ਕਹਿੰਦੇ ਆ ਵੀ ਕੋਈ ਮਾੜੀ ਮੈਂ ਕਿਹਾ ਕਿਵੇਂ ਮੈਂ ਕਿੱਥੇ ਕਹਿਤਾ ਮੈਂ ਇੱਕ ਵਾਰੀ ਕਿਹਾ ਸੀ ਨਾ ਵੀ ਸ਼ਰਾਬੀਆਂ ਨੂੰ ਬਾਣੀ ਦੀ ਪੰਗਤੀ ਸੁਣਾਓ
ਵੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵਾ ਵਿੱਚ ਆਏ ਵੀ ਜੇ ਸ਼ਰਾਬੀ ਨੂੰ ਬਾਣੀ ਸੁਣਾਈਏ ਤੇ ਸ਼ਰਾਬੀ ਤੇ ਹੱਥ ਜੋੜ ਕੇ ਮੰਨ ਵੀ ਲੈਂਦੇ ਨੇ ਕਈ ਸ਼ਰਾਬ ਦੀਆਂ ਬੋਤਲਾਂ ਬਾਹਰ ਸਿੱਟ ਦਿੰਦੇ ਐ ਜੇ ਬਾਬਿਆਂ ਪਖੰਡੀਆਂ ਨੂੰ ਸੁਣਾਈਏ ਵੀ ਗਲੀ ਜਿੰਨਾ ਜਪ ਮਾਲੀਆਂ ਲੁੱਟੇ ਹੱਥ ਨੇ ਬੱਗ ਬਾਬੇ ਨਹੀਂ ਮੰਨਦੇ ਤੇ ਮੈਂ ਕਿਹਾ ਇਹੋ ਜੇ ਬਾਬਿਆਂ ਨਾਲੋਂ ਤੇ ਸ਼ਰਾਬੀ ਚੰਗੇ ਐ ਉਹ ਸ਼ਰਾਬੀ ਇਹਨਾਂ ਨੂੰ ਕਰੇ ਬਾਬਾ ਜੀ ਤੇ ਕਹਿੰਦੇ ਵੀ ਸ਼ਰਾਬੀ ਬਹੁਤ ਚੰਗੇ ਹੁੰਦੇ ਵੀ ਬਾਬਾ ਜੀ ਨੇ ਤੇ ਕਹਿ ਦਿੱਤਾ ਸਟੇਜ ਤੇ ਉਹ ਭਾਈ ਸਾਹਿਬ ਕਹਿੰਦੇ ਆ ਵੀ ਸ਼ਰਾਬ ਤੇ ਬਹੁਤ ਸ਼ਰਾਬੀ ਤੇ ਬਹੁਤ ਚੰਗੇ ਬਾਬਿਆਂ ਨਾਲੋਂ ਤੇ ਸ਼ਰਾਬੀ ਚੰਗੇ ਹੁੰਦੇ ਵੇਖੋ ਜਿਹੜੇ ਬੰਦੇ ਨੇ ਦੂਜੇ ਪਾਸੇ ਲਾਉਣੀ ਹੁੰਦੀ ਹੈ ਗੱਲ ਉਹ ਜਿਵੇਂ ਕਿਸੇ ਨੇ ਕਿਹਾ ਵੀ ਤੰਬਾਕੂ ਨਾ ਖਾਇਆ ਕਰਕੇ ਕਿਉਂ ਕਹਿੰਦੇ ਤੰਬਾਕੂ ਵਾਲਾ ਤੰਬਾਕੂ ਦੇ ਖੇਤ ਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਘੋੜਾ ਲੰਘਿਆ ਇੰਨੀ ਮਾੜੀ ਚੀਜ਼ ਹੈ ਕਹਿੰਦਾ ਅੱਛਾ ਲੰਘਿਆ ਨਹੀਂ ਸੀ ਕਹਿੰਦੇ ਹਾਂ ਵੇਖ ਲਓ ਕਹਿੰਦਾ ਮੈਂ ਕਿਹਾ ਕੀ ਕਹਿੰਦਾ ਘੋੜੇ ਨੂੰ ਵੀ ਕਿੰਨੀ ਨੌਲੇਜ ਹੈ ਕੀ ਵੀ ਖਾਣ ਵਾਲੀ ਚੀਜ਼ ਦੇ ਵਿੱਚ ਦੀ ਨਹੀਂ ਲੰਘਣਾ ਲੈ ਕਹਿੰਦਾ ਘੋੜੇ ਨੂੰ ਵੀ ਕਿੰਨੀ ਨੌਲੇਜ ਹੈ ਵੀ ਖਾਣ ਵਾਲੀ ਚੀਜ਼ ਸੀ ਮਿਧਣੀ ਸੀ ਉਹਨੇ ਉਹ ਮਿਧੂ ਗਿਆ ਐਦਾਂ ਦੇ ਲੋਕ ਲੈ ਆਪਣੇ ਹਿਸਾਬ ਨਾਲ ਹੀ ਅਰਥ ਕੱਢੀ ਫਿਰਦੇ ਆ ਉਦੋਂ ਸੋ ਇਸ ਕਰਕੇ ਭਾਈ ਆਪਾਂ ਨਾ ਕੋਸ਼ਿਸ਼ ਕਰਿਆ ਕਰੋ ਜਿਹੜੀ ਜੰਗ ਹੈ ਸਾਡੀ ਸਾਡੇ ਨਾਲ ਹੈ ਇਹ ਤੇ ਸ਼ਾਮ ਨੂੰ ਪਤਾ ਲੱਗਣਾ ਗੱਲਾਂ ਸਿਆਣੀਆਂ ਦਾ ਤੇ ਸਾਰਿਆਂ ਨੂੰ ਪਤਾ ਹੈ ਜਿਹੜੀ ਲੜਾਈ ਸਾਡੇ ਨਾਲ ਹੋਣੀ ਹੈ ਉਹ ਵੇਖੋ ਕੀ ਹੈ ਆਪਣੇ ਆਪ ਨੂੰ ਉੱਥੇ ਖਿਲਾਰਨਾ ਪੈਣਾ ਹੈ ਲੋਕਾਂ ਨੇ ਕਹਿਣਾ 900 ਚੂਹਾ ਖਾ ਕੇ ਬਿੱਲੀ ਹੁਣ ਹੱਜ ਨੂੰ ਚੱਲੀ ਹੈ ਕਹਿਣਗੇ ਲੋਕ ਮੰਨੀ ਨਾ ਪਰਵਾਹ ਮੇਰੀ ਬੇਇੱਜ਼ਤੀ ਹੁੰਦੀ ਹੈ ਹੁਣ ਮੇਰੇ ਯਾਰ ਬੇਲੀ ਦੀ ਕਹਿੰਦੇ ਹੈ ਉਦੋਂ ਕਹਿ ਚੱਲੀ ਯਾਰ ਹੱਜ ਨੂੰ ਚੱਲੀ ਤੁਸੀਂ ਖਾ ਲਓ ਮੈਂ ਨਹੀਂ ਖਾਂਦਾ ਤੁਸੀਂ ਹੋਰ ਖਾ ਲਓ ਪਰ ਮੈਂ ਨਹੀਂ ਇਸ ਪਾਸੇ ਖਾਣਾ ਆਪਣੇ ਨਾਲ ਜੰਗ ਹੈ ਉੱਥੇ ਕਿਸੇ ਦਾ ਕੀ ਹੈ ਇੱਥੇ ਪਤਾ ਸਾਰਿਆਂ ਨੂੰ ਹੀ ਹੈ ਪਰ ਬੰਦਾ ਆਪਣੇ ਆਪ ਨਾਲ ਲੜਨ ਨੂੰ ਤਿਆਰ ਹੈ ਆਪਣੇ ਆਪ ਨਾਲ ਮੁਕਾਬਲਾ ਕਰੋ ਤੇ ਆਪਣੇ ਆਪ ਤੋਂ ਜਿੱਤ ਕੇ ਵਿਖਾਓ ਇਹ ਔਖਾ ਹੈ ਆ ਹੁਣ ਗਾਂ ਪੋਹ ਦਾ ਮਹੀਨਾ ਸਟਾਰਟ ਹੋ ਜਾਣਾ ਨਾ ਵੇਖਿਓ ਔਖਾ ਰਾਹ ਹੈ ਇਸ ਰਾਹ ਤੇ ਤੁਰਨਾ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਨੇ ਆਹ ਕੀਤਾ ਜਦੋਂ ਸਾਡੇ ਤੇ ਪਏਗੀ ਫਿਰ ਪਤਾ ਲੱਗੇਗਾ ਮਨ ਮਾਰਨੇ ਸੌਖੇ ਨਹੀਂ ਹੁੰਦੇ ਮੋਹ ਤੇ ਕੰਟਰੋਲ ਕਰਨਾ ਲੋਭ ਤੇ ਕੰਟਰੋਲ ਕਰਨਾ ਕਾਮਨਾਵਾਂ ਤੇ ਕੰਟਰੋਲ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਅਸੀਂ ਕਵਿਤਾ ਪੜ੍ਹਦੇ ਸੀ ਵਿਖੜਾ ਏ ਪੈਂਡਾ ਆਨੰਦਪੁਰ ਤੋਂ ਨਾ ਦੇਖਦਾ ਆਲੋ ਆਪਾਂ ਇੱਕ ਵਾਰ ਸੁਣਦੇ ਹਾਂ ਕਵਿਤਾ ਬੜੀ ਸੋਹਣੀ ਬਈ ਇੱਕ ਗੱਲ ਮੈਨੂੰ ਲੱਗਦਾ ਹੈ ਗਲਤੀ ਕੀਤੀ ਹੈ ਇੱਕ ਮੈਂ ਉਹ ਇਹ ਕੀਤੀ ਹੈ ਵੀ ਦੀਵਾਨ ਆਪਾਂ ਨਾ ਸ਼ਨੀਵਾਰ ਦਾ ਹੀ ਰੱਖਣਾ ਸੀ ਉਹ ਪਤਾ ਕਿਉਂ ਕਿਉਂਕਿ ਕਈ ਐਤਵਾਰ ਵਿਹਲੇ ਵੀ ਆ ਗਏ ਤੇ ਸ਼ਨੀਵਾਰ ਆਉਣੇ ਹੀ ਉਹ ਸੀ ਜਿਨ੍ਹਾਂ ਨੇ ਸੁਣਨਾ ਸੀ ਅੱਜ ਮੈਂ ਇੱਕ ਗੱਲ ਨੋਟ ਕੀਤੀ ਹੈ ਦੀਵਾਨ ਵਿੱਚ ਵੀ ਕਈ ਨਾ ਆਏ ਗਏ ਹਿੱਲ ਜੁੱਲ ਕਈ ਕਈ ਵਿਹਲੇ ਜੇ ਨਹੀਂ ਹੁੰਦੇ ਵੀ ਚੱਲ ਵਿਹਲੇ ਹੀ ਅੱਜ ਤੇ ਚੱਲਦੇ ਰੱਖਣਾ ਸ਼ਨੀਵਾਰ ਦਾ ਹੀ ਸੀ ਵੀ ਆਵੇ ਹੀ ਉਹ ਜਿਹੜਾ ਸਪੈਸ਼ਲ ਆਇਆ ਅੱਗੇ ਆਪਣੇ ਇਦਾਂ ਹੀ ਹੁੰਦਾ ਸ਼ਨੀਵਾਰ ਨੂੰ ਉਹੀ ਆਉਂਦੇ ਨੇ ਜਿਨ੍ਹਾਂ ਨੇ ਆਉਣਾ ਜਿਨ੍ਹਾਂ ਨੇ ਬਹਿਣਾ ਜਿਨ੍ਹਾਂ ਨੇ ਸੁਣਨਾ ਆ ਟੱਪਣ ਵਾਲੇ ਨਹੀਂ ਹੁੰਦੇ ਵਿੱਚ ਕਈ ਤੇ ਅੱਜ ਇਦਾਂ ਦੇ ਹੈ ਵਿੱਚ ਕਈ ਹਿੱਲ ਜੁੱਲ ਨਹੀਂ ਉਹਨਾਂ ਨੇ ਬੰਦ ਕੀਤੀ ਆ ਜਿਹੜੇ ਬਾਹਰ ਮੈਂ ਵੇਖੇ ਪਏ ਆ ਜਿਹੜੇ ਪਾਰਕਾਂ ਦੇ ਵਿੱਚ ਉਹ ਦੀਵਾਨ ਹਾਲ 'ਚ ਨਹੀਂ ਬੈਠੇ ਉਹ ਤਾਂ ਫਿਰ ਉਹੀ ਹੋਏ ਵੀ ਚੱਲ ਅੱਜ ਛੁੱਟੀ ਸੀ ਯਾਰ ਅੱਜ ਵੀ ਬੱਚੇ ਵੀ ਵਿਹਲੇ ਸੀ ਚੱਲਦੇ ਪਰ ਇਹ ਜ਼ਰੂਰੀ ਹੈ ਤਾਂ ਕਰਕੇ ਹੁਣ ਧਿਆਨ ਨਾਲ ਆਪਾਂ ਸੁਣਦੇ ਹਾਂ ਅਜੇ 3:30 ਵਜੇ ਹੈ ਬਹੁਤਾ ਕਵੇਲਾ ਨਹੀਂ ਹੋਇਆ ਤਾਂ ਕਰਕੇ ਟਕਾ ਬਣਾ ਕੇ ਰੱਖਿਓ ਹਿੱਲ ਜੁੱਲ ਨਾ ਹੋਵੇ 4 ਵਜੇ ਤੱਕ ਆਪਾਂ ਸਮਾਪਤੀ ਕਰ ਦਿਆਂਗੇ ਕਿਉਂਕਿ ਜਿਹੜੀ ਗੱਲ ਮੈਂ ਅੱਜ ਕਹਿਣੀ ਚਾਹੁੰਦਾ ਸੀ ਨਾ ਮੈਂ ਕਹਿ ਨਹੀਂ ਸਕਿਆ ਹਿੱਲ ਜੁੱਲ ਜੀ ਵੇਖ ਮਾਹੌਲ ਜਿਹਾ ਬਣਿਆ ਨਹੀਂ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਲੜਾਈ ਸਾਡੀ ਸਾਡੇ ਨਾਲ ਹੈ ਮੁਕਾਬਲਾ ਸਾਡਾ ਸਾਡੇ ਨਾਲ ਹੈ ਜਿੱਤਣਾ ਅਸੀਂ ਆਪਣੇ ਆਪ ਤੋਂ ਹੀ ਹੈ ਇਹਨੂੰ ਉਹਨੂੰ ਕਹਿੰਦੇ ਸੂਰਮਾ ਫਿਰ ਬੇਨਤੀ ਕਰਦਾ ਜਾ ਕਉ ਹਰ ਰੰਗ ਸੱਚ ਦਾ ਰੰਗ ਚੜ੍ਹੇ ਮਨ ਨੂੰ ਵੀ ਆਹ ਸੱਚ ਹੈ ਲਾਗੋ ਇਸ ਯੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਹੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਆਪਣੇ ਆਪ ਨੂੰ ਜਿੱਤੀਏ ਤੇ ਇਸ ਰਾਹ ਤੇ ਤੁਰਨਾ ਇੰਨਾ ਸੌਖਾ ਨਹੀਂ ਹਾਂਜੀ ਬਿਖੜਾ ਪੈਂਦਾ ਆਨੰਦ
ਪੁਰ ਤੋਂ ਨਾ ਦੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਬਿਖੜਾ ਪਿੰਡਾ ਆਨੰਦ ਪੁਰ ਤੋਂ ਨਾ ਦੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਅੱਤ ਚੁੱਕੀ ਹੋਈ ਬਾਈ ਧਾਰੀਆਂ ਦੀ ਥਾਣੀ ਜੋਰ ਪੂਰਾ ਲਾਉਣਾ ਹਲੇ ਸਰਸਾ ਦੇ ਪਾਣੀ ਨੇ ਡਰ ਨਾ ਕਿਸੇ ਦਾ ਹੁਣ ਸੋਚ ਨੂੰ ਉਧੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਇਹ ਮੁਸ਼ਕਲਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਜ਼ਿੰਦਗੀ ਵਿੱਚ ਵੀ ਆਉਣਗੀਆਂ ਚੇਤਾ ਰੱਖਿਓ ਜੇ ਕੱਚੀ ਗੜੀ ਨਾ ਆਈ ਤੇ ਕੁਝ ਹੋਰ ਆਏਗਾ ਜੇ ਨੀਹਾਂ ਨਾ ਆਈਆਂ ਤੇ ਕੁਝ ਹੋਰ ਆਏਗਾ ਆਏਗਾ ਜੇ ਰਾਹ ਇਹ ਰਾਹ ਤੇ ਤੁਰਨਾ ਹੈ ਤੇ ਇਹ ਸਾਰਾ ਕੁਝ ਜ਼ਿੰਦਗੀ ਚ ਆਏਗਾ ਜੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਵੇਖੋ ਵੀ ਉਦੋਂ ਤੁਰਨਾ ਕਿਵੇਂ ਅੱਗੇ ਹਾਂਜੀ ਇਰਾਦਾ ਪਰ ਹੁੰਦਾ ਵੇਖ ਕੱਚੀ ਗੜੀ ਨੂੰ ਭੰਨਣਾ ਗਿਆਨ ਨਾ ਬਿਪਰਾਂ ਦੀ ਅੜੀ ਨੂੰ ਕੱਲਾ ਕੱਲਾ ਰਹੂੰ ਗਿਣਤੀ ਨੂੰ ਘੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਹੋਰਾਂ ਵਾਂਗੂ ਬਣੋ ਨਾ ਫਕੀਰ ਨਾ ਲਗੀਰ ਦੇ ਲੰਘ ਜਾਣਾ ਮਾਛੀ ਬਣੇ ਜੰਗਲਾਂ ਨੂੰ ਚੀਰ ਦੇ ਮੰਜ਼ਲਾਂ ਦਾ ਜਾਣੂ ਪੰਦ ਆਪਣਾ ਨਾ ਬੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰਦਾ ਸਿਰ ਉੱਤੇ ਹੱਥ
ਦਸ਼ਮੇਸ਼ ਜੀ ਦੀ ਮੇਰ ਦਾ ਵੜ ਜਾਣਾ ਜਦੋਂ ਜੂ ਸਰਹੰਦ ਦੀ ਇੱਟ ਨਾਲ ਇੱਟ ਫੇ ਖੜਕੂ ਪਖੰਡ ਵੇਖਿਓ ਗੁਰੂ ਦਾ ਬੰਦਾ ਪਰ ਤਾਂ ਉਧੇੜ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਬਿਖੜਾ ਪਿੰਡਾ ਅਨੰਦ ਪੁਰ ਤੋਂ ਨਾ ਦੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਤਿਗੁਰੂ ਦੀ ਬਖਸ਼ਿਸ਼ ਦਾ ਹੱਥ ਹਮੇਸ਼ਾ ਆਪਣੇ ਸਿਰ ਤੇ ਮੰਨ ਕੇ ਚੱਲੀਏ ਉਹ ਤਾਕਤ ਉਹ ਜਜ਼ਬਾ ਵਿਖਾਉਣਾ ਪਿਆ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਜ਼ਿੰਦਗੀ ਵਿੱਚ ਆਉਣਗੀਆਂ ਆਪਣੇ ਮਨ ਨੂੰ ਮਨਾਉਣਾ ਪੈਣਾ ਹੈ ਆਪਣੇ ਆਪ ਨੂੰ ਸਮਝਾਉਣਾ ਪੈਣਾ ਹੈ ਆਪਣੇ ਆਪ ਨੂੰ ਜਿੱਤਣਾ ਪੈਣਾ ਹੈ ਆਪਣੇ ਆਪ ਨਾਲ ਲੜਾਈ ਹੈ ਸਾਡੀ ਕਿਸੇ ਨਾਲ ਨਹੀਂ ਸੋ ਇਸ ਕਰਕੇ ਭੇਖ ਨਹੀਂ ਕਰਨਾ ਦਿਖਾਵਾ ਨਹੀਂ ਕਰਨਾ ਸੋ ਜਿਹੜੀ ਗੱਲ ਚੱਲਦੀ ਸੀ ਜੋ ਬਚਨ ਆਪਾਂ ਪੜ੍ਹਦੇ ਸੀ ਗੁਰੂ ਨਾਨਕ ਪਾਤਸ਼ਾਹ ਦਾ ਕਿ ਸਿੰਮਲ ਦਰਖਤ ਹੈ ਜਿਹੜਾ ਵੇਖਣ ਨੂੰ ਉੱਚਾ ਲੱਗਦਾ ਹੈ ਮੇਰਾ ਹਾਲ ਵੀ ਕਹਿੰਦੇ ਇਦਾਂ ਦਾ ਹੀ ਹੈ ਬਾਹਰੋਂ ਬਾਹਰੋਂ ਤੇ ਲੱਗਦੇ ਹਾਂ ਅਸੀਂ ਇਦਾਂ ਦੇ ਪਰ ਅੰਦਰ ਕੋਈ ਬਦਲਾਵ ਨਹੀਂ ਆਉਂਦਾ ਅੰਦਰ ਕੋਈ ਚੇਂਜਿੰਗ ਨਹੀਂ ਆਉਂਦੀ ਅੰਦਰ ਸਾਡਾ ਸੁਭਾਅ ਨਹੀਂ ਬਦਲਦਾ ਲੋਕਾਂ ਵੱਲ ਵੇਖ ਵੇਖ ਕੇ ਦੁਖੀ ਹੋਈ ਜਾਂਦੇ ਚਾਹੀਦਾ ਤੇ ਅਸੀਂ ਵੀ ਮਿਹਨਤ ਕਰੀਏ ਪਰ ਇੱਕ ਦੂਜੇ ਵੱਲ ਵੇਖ ਕੇ ਤੜਫਦੇ ਰਹਿੰਦੇ ਹਾਂ ਲਓ ਸੁਣੋ ਅੱਗੇ ਹੈ ਜੀ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਹਨ ਸੇ ਫਲ ਕਾਮਨਾਵਨੀ ਤੇ ਗੁਣ ਮੈਂ ਤਨ ਹਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਿੰਬਲ ਦੇ ਦਰਖਤ ਵਾਂਗੂ ਮੈਨੂੰ ਵੇਖ ਕੇ ਵੀ ਲੋਕਾਂ ਨੂੰ ਭੁਲੇਖਾ ਜਿਹਾ ਪੈ ਜਾਂਦਾ ਵੀ ਬੰਦਾ ਬਹੁਤ ਚੰਗਾ ਹੈ ਪਰ ਮੇਰੇ 'ਚ ਉਹ ਗੁਣ ਹੈ ਨਹੀਂ ਅਸਲੀ ਨਹੀਂ ਮੈਂ ਤੇ ਉਹ ਸਿੰਮਲ ਰੁੱਖ ਵਾਂਗੂ ਹੀ ਦਿਸਦਾ ਸਾਰਾ ਕੁਛ ਜਿਵੇਂ ਸਿੰਮਲ ਰੁੱਖ ਦੇ ਗੁਣ ਨੇ ਇਦਾਂ ਹੀ ਮੇਰਾ ਹਾਲ ਹੈ ਗੁਰੂ ਜੀ ਕੇ ਅੱਗੇ ਸੁਣਿਓ ਅੰਦਲੇ ਭਾਰ ਉਠਾਇਆ ਡੂੰਘਣ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹੋ ਚੜ ਲੰਗਾ ਕਿਤ ਭਾਰ ਸਿਰ ਤੇ ਬਹੁਤਾ ਚੁੱਕਿਆ ਹੋਇਆ ਹੈ ਰਾਹ ਜਿਹੜਾ ਬੜਾ ਕਠਨ ਹੈ ਅਗਲਾ ਰਸਤਾ ਜ਼ਿੰਦਗੀ ਦਾ ਔਖਾ ਹੈ ਜਿਹੜੇ ਹਿਸਾਬ ਨਾਲ ਅਕਲ ਤੋਂ ਅੰਨਾ ਹੋਇਆ ਫਿਰਦਾ ਕਿਵੇਂ ਚੜਾਂਗਾ ਮੈਂ ਕੋਸ਼ਿਸ਼ ਵੀ ਕਰਾਂ ਮੇਰੇ ਤੋਂ ਚੜ੍ਹਨਾ ਔਖਾ ਹੈ ਪਰ ਇੱਕੋ ਹੀ ਤਰੀਕਾ ਹੈ ਲਾਸਟ ਪੰਕਤੀ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਇੱਕ ਗੱਲ ਚੇਤਾ ਰੱਖਿਓ ਸਿਆਣਪਾਂ ਤੇ ਚਾਕਰੀਆਂ ਹੋਣੀਆਂ ਚਾਹੀਦੀਆਂ ਪਰ ਚਾਕਰੀ ਦਾ ਦਿਖਾਵਾ ਨਾ ਹੋਵੇ ਗੱਲ ਇੱਥੇ ਦਿਖਾਵੇ ਦੀ ਚੱਲਦੀ ਹੈ ਇਹ ਨਹੀਂ ਵੀ ਅਸੀਂ ਚਾਕਰ ਨਹੀਂ ਬਣਨਾ ਅਸੀਂ ਸਿਆਣੇ ਨਹੀਂ ਬਣਨਾ ਸਿਆਣੇ ਹੋਣ ਦਾ ਦਿਖਾਵਾ ਨਾ ਹੋਵੇ ਇੱਕ ਹੁੰਦੇ ਨੇ ਸਿਆਣੇ ਇੱਕ ਹੁੰਦੇ ਨੇ ਜਿਹੜੇ ਸਿਆਣੇ ਬਣਨ ਦਾ ਦਿਖਾਵਾ ਕਰਦੇ ਆ ਇੱਕ ਹੁੰਦੇ ਨੇ ਸੇਵਕ ਇੱਕ ਜਿਹੜੇ ਸੇਵਕ ਹੋਣ ਦਾ ਦਿਖਾਵਾ ਕਰਦੇ ਆ ਇੱਥੇ ਵਿਰੋਧ ਦਿਖਾਵੇ ਦਾ ਹੈ ਵੀ ਤੇਰੇ ਦਿਖਾਵੇ ਨਹੀਂ ਮਨਾ ਚੱਲਣੇ
ਸੱਚ ਲੈ ਕੇ ਆ ਜ਼ਿੰਦਗੀ 'ਚ ਜਿੱਦਾਂ ਦਾ ਹੈ ਉਦਾਂ ਦਾ ਦਿਸ ਜਾਂ ਫਿਰ ਜਿੱਦਾਂ ਦਾ ਦਿਸਦਾ ਹੈ ਉਦਾਂ ਦਾ ਬਣ ਕੇ ਵਿਖਾ ਆਖੋ ਸਤਨਾਮ ਸ੍ਰੀ ਵਾਹ ਜਿੱਦਾਂ ਦਾ ਦਿਸਦਾ ਹੈ ਅਗਲਾ ਤੇ ਤੈਨੂੰ ਧਰਮੀ ਕਹਿੰਦਾ ਹੈ ਆ ਸਾਨੂੰ ਸਾਰਿਆਂ ਨੂੰ ਲੋਕੀ ਇਦਾਂ ਹੀ ਕਹਿੰਦੇ ਆ ਵੀ ਯਾਰ ਦਾੜੀ ਰੱਖੀ ਪੱਗ ਬੰਨੀ ਹੈ ਗਾਤਰਾ ਪਾਇਆ ਕਿਰਪਾਨ ਪਾਈ ਹੈ ਚੋਲਾ ਪਾਇਆ ਕਿੰਨਾ ਧਰਮੀ ਬੰਦਾ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ ਹੈ ਲੱਗਦੇ ਤੇ ਅਸੀਂ ਇਦਾਂ ਦੇ ਹੀ ਆ ਪਰ ਕਹਿੰਦੇ ਦਿਖਾ ਵੇਖਣ ਨੂੰ ਹੀ ਨਾ ਲੱਗੇ ਸਿਆਣਾ ਸਿਆਣਾ ਸੇਵਕ ਸੇਵਕ ਵੇਖਣ ਨੂੰ ਹੀ ਨਾ ਲੱਗੇ ਅਸਲੀ ਹੋਵੇਂ ਅਸਲੀ ਨਹੀਂ ਤੇ ਬਗਲਾ ਵੀ ਐ ਅੱਖਾਂ ਜਿਹੀਆਂ ਬੰਦ ਕਰਕੇ ਬੈਠਾ ਹੁੰਦਾ ਹੈ ਪਰ ਉਹਦੀਆਂ ਅੱਖਾਂ ਬੰਦ ਕਰਦੀਆਂ ਹੀ ਕਰਦਾ ਹੀ ਤਾਂ ਵੀ ਕੋਈ ਮੱਛੀ ਡੱਡੀ ਆਵੇ ਤੇ ਮੈਂ ਚਪਚ ਮਾਰ ਲਵਾਂ ਉਹ ਨਕਲੀ ਹੈ ਅਸਲੀ ਹੋ ਅਸਲੀ ਜਿੱਦਾਂ ਦਾ ਹੈ ਉਦਾਂ ਦਾ ਦਿਸ ਹਾਂਜੀ ਚਾਕਰੀਆਂ ਚੰਗਿਆਈਆਂ ਅਬਰ ਸਿਆਣਪ ਕਿਤ ਨਾਨਕ ਨਾਮ ਸਵਾਲ ਤੂੰ ਬੱਦਾ ਛੁੱਟੈ ਜਿੱਤ ਬਸ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਸੰਭਾਲ ਭਾਈ ਸੱਚ ਦੇ ਨਾਲ ਜੁੜ ਤਾਂ ਤੇਰੇ ਬੰਧਨ ਕੱਟੇ ਜਾਣੇ ਲੋ ਗੁਰੂ ਜੀ ਆਪਣੇ ਆਪ ਨੂੰ ਕਹਿੰਦੇ ਰਹੇ ਮਰਦਾਨਾ ਰਬਾਬ ਵਜਾਉਂਦਾ ਰਿਹਾ ਤੇ ਸੱਜਣ ਦੇ ਹੱਥ 'ਚੋਂ ਹਥਿਆਰ ਡਿੱਗ ਪਿਆ ਸੀ ਕਹਿੰਦਾ ਬਾਬਾ ਆ ਸਾਰੀਆਂ ਘਾਟਾਂ ਮੇਰੇ 'ਚ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਗੱਲ ਸੁਣਿਓ ਸਿੰਘੋ ਮੈਂ ਉੱਥੇ ਵੀ ਕੀਤੀ ਸੀ ਇੱਕ ਗੱਲ ਸੁਣਿਓ ਕਥਾ ਪਤਾ ਕਿਹੜੀ ਤਾਰ ਦੀ ਹੈ ਜਿਹੜੀ ਸਟੇਜ 'ਤੇ ਹੋ ਰਹੀ ਹੈ ਇਹ ਨਹੀਂ ਤਾਰ ਭਲਾ ਨਹੀਂ ਕਰਦੀ ਇਹ ਕਥਾ ਭਲਾ ਪਤਾ ਕਿਹੜੀ ਕਥਾ ਤਾਰ ਦੀ ਹੈ ਜਦੋਂ ਮੈਂ ਬਾਣੀ ਦੀ ਕਥਾ ਕਰਦਾ ਹੋਵਾਂ ਤੇ ਤੁਹਾਡੇ ਅੰਦਰ ਤੁਹਾਡੀ ਕਥਾ ਚੱਲ ਪਵੇ ਐਂ ਜਿਹੀ ਚੱਲ ਪੈਂਦਾ ਹੁੰਦਾ ਕਈਆਂ ਦੇ ਮਨ 'ਚ ਵੀ ਹਾਂ ਓਏ ਮੈਂ ਤੇ ਆਪ ਇੱਦਾਂ ਕਰਦਾ ਮੇਰੇ 'ਚ ਤੇ ਆਪ ਮੈਂ ਦਿਖਾਵਾ ਜਿਹਾ ਕਰਦਾ ਮੈਂ ਤੇ ਆਪ ਸਮਝ ਲੈ ਵੀ ਇਹ ਕਥਾ ਹੈ ਜਿਹੜੀ ਤੇਰੀ ਤੇਰੇ ਅੰਦਰ ਚੱਲ ਪਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਥਾ ਨੇ ਤਾਂ ਪਾਰ ਉਤਾਰਾ ਕਰਨਾ ਸਟੇਜੀ ਕਥਾ ਨੇ ਨਹੀਂ ਉਹ ਸਟੇਜੀ ਕਥਾ ਤੇ ਕਰਾਉਣ ਵਾਲਿਆਂ ਦੀ ਜ਼ਿੰਦਗੀ ਲੰਘ ਗਈ ਕਈਆਂ ਦੀ ਕਰਨ ਵਾਲੇ ਵੀ ਉਹੋ ਜਿਹੇ ਹੈ ਹੁਣ ਇੱਥੇ ਅਗਲਾ ਪੋਥੀ ਰੱਖ ਕੇ ਨਾਲ ਪੜ੍ਹਦਾ ਹੁੰਦਾ ਕਥਾ ਕਥਾ ਕਰਨ ਵਾਲੇ ਦੀ ਗੱਲ ਨਹੀਂ ਉਹ ਜਿਹੜੀ ਕਥਾ ਹੈ ਜਦੋਂ ਸਾਡੇ ਅੰਦਰ ਚੱਲਣੀ ਹੈ ਜਿਹੜੇ ਜਿਹੜੇ ਬੰਦੇ ਦੇ ਅੱਜ ਅੰਦਰ ਕਥਾ ਨਹੀਂ ਚੱਲੀ ਵੀ ਹਾਂ ਯਾਰ ਮੇਰੇ 'ਚ ਤੇ ਆਪ ਆ ਦਿਖਾਵਾ ਜਿਹਾ ਕਰਦਾ ਮੇਰੇ 'ਚ ਆਹ ਕਮੀ ਹੈ ਮੇਰੇ 'ਚ ਆਹ ਘਾਟ ਹੈ ਮੈਂ ਤੇ ਆਪ ਪਖੰਡ ਜਿਹਾ ਕਰਦਾ ਰਹਿੰਦਾ ਮੇਰਾ ਕਿਰਦਾਰ ਚੰਗਾ ਨਹੀਂ ਦਸਤਾਰ ਤੇ ਮੇਰੀ ਚੰਗੀ ਹੈ ਸੱਚੀ ਯਾਰ ਮੈਂ ਤੇ ਆਪ ਘਰ ਵਾਲੀ ਨੂੰ ਧੋਖਾ ਦੇਈ ਜਾਂਦਾ ਸੱਚੀ ਗੱਲ ਹੈ ਯਾਰ ਮਾਂ ਪਿਓ ਤੋਂ ਪਰਦੇ ਰੱਖਦਾ ਸੱਚੀ ਮੈਂ ਤੇ ਆਲਸੀ ਬਹੁਤ ਹਾਂ ਇਹ ਕਥਾ ਜੇ ਅੰਦਰ ਚੱਲੀ ਤਾਂ ਗੱਲ ਬਣੇਗੀ ਪ੍ਰਭ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਸੱਚ ਸੁਣ ਕੇ ਦਰਦ ਦੁੱਖ ਲਥਾ ਉਹ ਸਾਡੇ ਅੰਦਰ ਦੀ ਤਕਲੀਫ ਸਾਡੀ ਕਥਾ ਹੋਵੇ ਸਾਡਾ ਮਨ ਕਥਾ ਕਰੇ ਉਹ ਤੁਹਾਡੇ ਸਾਰਿਆਂ ਦੇ ਅੰਦਰ ਜਿਹਦੇ ਅੰਦਰ ਨਹੀਂ ਚੱਲੀ ਉਹ ਤੇ ਜਿਹੋ ਜਿਹਾ ਆਇਆ ਉਹੋ ਜਿਹੇ ਉੱਠ ਕੇ ਜਾਓ ਤੇ ਜਿਹਦੇ ਅੰਦਰ ਚੱਲ ਪਈ ਤੇ ਮੰਨ ਗਿਆ ਬਾਣੀ ਦੇ ਸ਼ੀਸ਼ੇ ਵਿੱਚ ਉਹਨੇ ਆਪਣੇ ਆਪ ਨੂੰ ਵੇਖ ਲਿਆ ਭਲਾ ਉਹਦਾ ਹੋਣਾ ਗੁਰਬਾਣੀ ਦਾ ਸ਼ੀਸ਼ਾ ਤੇ ਵੇਖ ਲਿਆ ਵਿਖਾਤਾ ਮੈਂ ਵੀ ਵੇਖ ਲਿਆ ਤੁਸੀਂ ਵੀ ਵੇਖ ਲਿਆ ਲਓ ਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਓ ਗੁਰੂ ਜੀ ਤੇ ਆਪਣੀ ਮਸਤੀ 'ਚ ਸ਼ਬਦ ਪੜ੍ਹਦੇ ਸੀ ਮਹਾਰਾਜ ਤੇ ਐਂ ਲੱਗੇ ਹੋਏ ਨੇ ਵੀ ਮਨਾ ਤੂੰ ਆਏ ਐ ਮਨਾ ਤੂੰ ਆਏ ਐ ਮਨਾ ਤੂੰ ਆਏ ਐ ਸੱਜਣ ਸਾਹਮਣੇ ਕਰ ਉਹ ਉਹਦੇ ਅੰਦਰ ਚੱਲ ਪਈ ਕਥਾ ਉਹ ਕਹਿੰਦਾ ਸਾਰੀਆਂ ਗੱਲਾਂ ਮੇਰੇ 'ਚ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਭਲਾ ਹੁੰਦਾ ਉਹਦਾ ਜੇ ਕਹੋਗੇ ਨਾ ਕਥਾ ਤਾਰਦੀ ਹੈ ਨਾ 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 ਇਹ ਤੇ ਸ਼ਬਦ ਸਮਝ ਇਹ ਇਹਨੇ ਨਹੀਂ ਤੁਹਾਡੇ ਅੰਦਰ ਕਥਾ ਹੋ ਰਹੀ ਹੈ ਆਪਣੇ ਆਪ ਨੂੰ ਸਾਹਮਣੇ ਖਿਲਾ ਰਿਹਾ ਤਾਂ ਗੱਲ ਬਣ ਆਪਣੀ ਕਥਾ ਵੇਖੋ ਵੀ ਸਾਡੇ ਅੰਦਰ ਸਾਡਾ ਮਨ ਉਸ ਵੇਲੇ ਸੋਚਦਾ ਹੈ ਤਾਂ ਉਹਨੇ ਸਾਡਾ ਭਲਾ ਕਰਨਾ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਮਨ ਪੀਏਗਾ ਤਾਂ ਗੱਲ ਬਣੂ ਤਾਂ ਕਰਕੇ ਭਾਈ ਔਖਾ ਹੈ ਆਪਣੇ ਆਪ ਨੂੰ ਸਾਹਮਣੇ ਖਿਲਾਰਨਾ ਬਹੁਤ ਔਖਾ ਵੇਖਿਓ ਲੋਕਾਂ ਨੂੰ ਸ਼ੀਸ਼ੇ ਵਿਖਾਉਣੇ ਬਹੁਤ ਸੌਖੇ ਹੁੰਦੇ ਆ ਆਪਣੇ ਆਪ ਨੂੰ ਵੇਖਣਾ ਬਹੁਤ ਔਖਾ ਕਠਿਨ ਕੰਮ ਹੈ ਇਹ ਇੰਨਾ ਸੌਖਾ ਨਹੀਂ ਉਹਦੀ ਮਿਹਰ ਨਾਲ ਹੀ ਗੱਲ ਬਣਦੀ ਤਕੜੇ ਹੋਵੋ ਕਈ ਕਹਿੰਦੇ ਜ਼ਿੰਦਗੀ ਦਾ ਮਨੋਰਥ ਕੀ ਹੈ ਜੀਵਨ ਦਾ ਮਨੋਰਥ ਕੀ ਹੈ ਇਹ ਤੇ ਤੈਨੂੰ ਬਣਾਉਣਾ ਪੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਕਸਦ ਕੀ ਹੈ ਜੀਵਨ ਦਾ ਇਹ ਤੂੰ ਬਣਾ ਅਰਥ ਕੀ ਹੈ ਜੀਵਨ ਦਾ ਅਰਥ ਕੀ ਹੈ ਇਹ ਤੂੰ ਵੇਖ ਵੀ ਅਰਥ ਰੱਖ ਬਣਾਉਣਾ ਹੈ ਕਿ ਬੇਅਰਥ ਇਹ ਤੇਰੇ ਤੇ ਖੜੀ ਹੈ ਗੱਲ ਜ਼ਿੰਦਗੀ ਕਿਉਂ ਮਿਲੀ ਹੈ ਜੀ ਜ਼ਿੰਦਗੀ ਦਾ ਕੀ ਅਰਥ ਹੈ ਇਹ ਤੇ ਤੂੰ ਸੋਚ ਵੀ ਬੇਅਰਥ ਹੈ ਕਿ ਅਰਥ ਹੈ
ਤੂੰ ਸੋਚ ਵੀ ਤੇਰੇ ਨਾਲ ਕਿੱਦਾਂ ਕਿੱਦਾਂ ਸੋਚਦਾ ਤੂੰ ਕਰਨਾ ਚਾਹੁੰਦਾ ਕੁਝ ਕਿ ਨਹੀਂ ਕਰਨਾ ਚਾਹੁੰਦਾ ਅਰਥ ਬਣਾਉਣਾ ਹੈ ਕਿ ਨਹੀਂ ਬਣਾਉਣਾ ਇਹ ਤੂੰ ਸੋਚ ਕਿਸੇ ਨੇ ਨਹੀਂ ਸੋਚਣਾ ਮਕਸਦ ਕੀ ਹੈ ਜ਼ਿੰਦਗੀ ਦਾ ਕਈਆਂ ਦਾ ਬਸ ਖਾਣ ਪੀਣ ਬਸ ਆਹੀ ਕੁਛ ਹੈ ਜੀ ਇੱਥੇ ਹੀ ਹੈ ਇਦਾਂ ਨਹੀਂ ਫਿਰ ਗੱਲ ਬਣਨੀ ਆਪਣੇ ਆਪ ਨੂੰ ਸਾਹਮਣੇ ਖਿਲਾਰ ਕੇ ਰੱਖਿਓ ਭਾਈ ਜਾਗ ਕੇ ਜਾਗੋ ਜੋ ਗੱਲਾਂ ਧਰਮ ਦੀਆਂ ਕਰਦੇ ਆ ਨਿਤਨੇਮ ਕਰਦੇ ਆ ਜਾਗ ਕੇ ਗਿਆਨ ਤੇ ਲੈਣਾ ਹੈ ਸਿੱਖਿਆ ਨਾਲੋਂ ਜ਼ਿਆਦਾ ਜ਼ਰੂਰੀ ਗਿਆਨ ਲੈਣਾ ਹੈ ਤੁਸੀਂ ਸੁਣਿਓ ਜਿਹੜਾ ਨਿੱਕਾ ਜਿਹਾ ਬੱਚਾ ਹੁੰਦਾ ਹੈ ਕਈ ਵਾਰੀ ਰੱਟੇ ਮਾਰ ਕੇ ਸ਼ਬਦ ਯਾਦ ਕਰ ਲੈਂਦਾ ਰੱਟੇ ਮਾਰ ਕੇ ਲੈਕਚਰ ਯਾਦ ਕਰ ਲੈਂਦਾ ਪਰ ਉਹਨੂੰ ਉਹਦੇ ਅਰਥਾਂ ਦਾ ਪਤਾ ਨਹੀਂ ਹੁੰਦਾ ਕਈ ਬੱਚੇ ਇਦਾਂ ਦੇ ਨਹੀਂ ਵੇਖੇ ਹੁਣ ਉਹਨੂੰ ਇਦਾਂ ਤੇ ਪਤਾ ਹੈ ਵੀ ਉਹ ਲਾਈਨਾਂ ਤੇ ਉਹਨੇ ਯਾਦ ਕਰ ਲਈਆਂ ਹੁੰਦੀਆਂ ਰੱਟਾ ਮਾਰ ਕੇ ਯਾਦ ਕਰ ਲਿਆ ਪਰ ਅਰਥ ਨਹੀਂ ਉਹਨੂੰ ਪਤਾ ਹੁੰਦੇ ਅਸਲ 'ਚ ਜਾਗੀਏ ਜਾਗਣਾ ਬੜਾ ਜ਼ਰੂਰੀ ਹੈ ਵੀ ਜੋ ਕਹੀਏ ਉਹਦਾ ਪਤਾ ਹੋਵੇ ਵੀ ਇਹ ਮਤਲਬ ਕੀ ਹੈ ਇਹਦਾ ਜਿੱਦਾਂ ਦੇ ਦਿਸਦੇ ਆ ਉਹ ਉਦਾਂ ਦੇ ਪਤਾ ਲੱਗੇ ਵੀ ਹਾਂ ਆਹ ਮਤਲਬ ਹੈ ਵੇਖਣ ਨੂੰ ਦਿਖਾਵਾ ਹੀ ਦਿਖਾਵਾ ਨਾ ਰਹਿ ਜੇ ਗੱਲਾਂ ਅੱਗੇ ਪੋ ਦਾ ਮਹੀਨਾ ਆ ਰਿਹਾ ਹੈ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਵੱਡੇ ਛੋਟੇ ਚਮਕੌਰ ਦੀ ਗੜੀ ਵਿੱਚ ਵੀ ਸਭ ਕੁਝ ਤੁਸੀਂ ਵੇਖਿਆ ਹੀ ਹੈ ਬਾਕੀ ਜਿਹੜਾ ਅਗਲਾ ਐਤਵਾਰ ਕਦੋਂ ਅਗਲੇ ਮਹੀਨੇ ਹਾਂਜੀ 7 ਤਰੀਕ ਦਾ ਐਤਵਾਰ ਆਉਣਾ ਹੈ ਜਨਵਰੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਦਾ ਆਉਂਦਾ ਹੈ ਸ਼੍ਰੋਮਣੀ ਕਮੇਟੀ ਨੇ ਕੋਸ਼ਿਸ਼ ਕੀਤੀ ਸੀ ਵੀ 5 ਜਨਵਰੀ ਦਾ ਹੀ ਹੋਵੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਹਾ ਸੀ ਪ੍ਰਧਾਨ ਨੇ ਮੁੜ ਕੇ ਜਥੇਦਾਰਾਂ ਦੀ ਮੀਟਿੰਗ ਹੋਈ ਕਹਿੰਦੇ ਨਹੀਂ ਜੀ ਉਹੀ 25 ਤਰੀਕ ਦਾ ਹੀ ਮਨਾਉਣਾ ਹੈ ਉਦੋਂ ਹੀ ਸ਼ਹੀਦੀ ਦਿਹਾੜਾ ਹੈ ਉਦੋਂ ਹੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਆ ਰਿਹਾ 5 ਜਨਵਰੀ ਦਾ ਇਹਨਾਂ ਨੇ ਨਹੀਂ ਮਨਾਉਣਾ ਕਿਉਂਕਿ ਉੱਤੋਂ ਹੁਕਮ ਇਹੀ ਹੈ ਵੀ ਸਿੱਖ ਇਦਾਂ ਹੀ ਉਲਝੇ ਰਹਿਣ ਕਦੇ ਕਿਸੇ ਤਰੀਕ 'ਚ ਆ ਜਾਂਦਾ ਕਦੇ ਕਿਸੇ ਤਰੀਕ 'ਚ ਆ ਜਾਂਦਾ ਅੱਜ ਤੱਕ ਡੇਟਾਂ ਹੀ ਨਹੀਂ ਯਾਦ ਹੋ ਸਕਦੀ ਬੱਚਿਆਂ ਦੀਆਂ ਡੇਟਾਂ ਸਭ ਨੂੰ ਯਾਦ ਨੇ ਜਨਮ ਦਿਹਾੜਿਆਂ ਦੀਆਂ ਸਾਰਾ ਪਤਾ ਹੈ ਪਰ ਗੁਰੂ ਸਾਹਿਬਾਨਾਂ ਦੀਆਂ ਅਜੇ ਤੱਕ ਨਹੀਂ ਯਾਦ ਹੋ ਕਾਰਨ ਇਹਦਾ ਇਹ ਹੈ ਵੀ ਇਹ ਚਾਹੁੰਦੇ ਹੀ ਨਹੀਂ ਸੋ ਇਸ ਕਰਕੇ ਕੋਸ਼ਿਸ਼ ਕਰਿਓ ਵੀ ਆਪਾਂ 5 ਜਨਵਰੀ ਦਾ ਹੀ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾਈਏ ਇੱਥੇ 7 ਦਾ ਦੀਵਾਨ ਲੱਗਣਾ ਹੀ ਹੈ ਆਪਾਂ ਉਸੇ ਦੇ ਸੰਬੰਧ ਵਿੱਚ ਕਰ ਲਾਂਗੇ ਪਰ ਕੋਸ਼ਿਸ਼ ਪਿੰਡਾਂ ਵਿੱਚ ਕਰੋ ਵੀ 5 ਜਨਵਰੀ ਨੂੰ ਹੋਵੇ ਇੱਕ ਗੱਲ ਹੋਰ ਵੀ ਹੈ 17 ਦੇ ਵਿੱਚ 25 ਨੂੰ ਆ ਰਿਹਾ ਇਹਨਾਂ ਦੇ ਮੁਤਾਬਕ 18 ਵਿੱਚ ਆਉਣਾ ਹੀ ਨਹੀਂ ਗੁਰਪੁਰਬ 2018 ਆਉਣਾ ਹੀ ਨਹੀਂ ਕਿਉਂਕਿ ਜੇ ਈਸਵੀ ਸੰਨ ਵੇਖੋਗੇ ਚੱਲਦਾ ਤੇ ਹੁਣ ਈਸਵੀ ਸੰਨ ਹੀ ਨਾ ਆਪਾਂ ਤੇ ਇਹੀ ਜਨਵਰੀ ਫਰਵਰੀ ਨੂੰ ਸਮਝਦੇ ਆ ਉਸ ਵੇਲੇ ਦੇ ਵਿੱਚ ਜਿਹੜੇ ਚੱਲਦੇ ਸੀ ਉਸ ਹਿਸਾਬ ਨਾਲ ਜੇ ਕੈਲੰਡਰ ਜਿਹੜਾ ਬਣਿਆ ਹੋਇਆ ਸੀ ਤਾਂ ਕਰਕੇ ਭਾਈ ਆਪਾਂ ਕੋਸ਼ਿਸ਼ ਕਰਿਓ ਵੀ 5 ਜਨਵਰੀ ਦਾ ਪਿੰਡਾਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਿਹੜਾ ਅਵਤਾਰ ਪੁਰਬ ਹੈ ਉਹ ਮਨਾਇਓ ਤਕੜੇ ਹੋ ਕੇ ਆ ਹੁਣ ਵੇਖੋ ਰਾਤਾਂ ਵੱਡੀਆਂ ਐ ਤੇ ਜਿਹੜੇ ਸਿੰਘ ਕੁਝ ਪੜ੍ਹਨਾ ਚਾਹੁੰਦੇ ਆ ਪੜਿਆ ਕਰੋ ਵੱਧ ਤੋਂ ਵੱਧ ਗੁਰਬਾਣੀ ਵੀ ਪੜੋ ਸਹਿਜ ਪਾਠ ਅੱਜ ਕੱਲ ਤੁਸੀਂ ਮਹੀਨੇ ਦੇ ਵਿੱਚ ਐ ਆਰਾਮ ਨਾਲ ਕਰ ਸਕਦੇ ਹੋ ਅਰਥਾਂ ਸਮੇਤ ਵੀ ਪੜੋਗੇ ਹੌਲੀ ਹੌਲੀ ਪੜੀ ਚੱਲੋ ਖੁੱਲਾ ਟਾਈਮ ਹੋਣਾ ਵੱਧ ਤੋਂ ਵੱਧ ਬਾਣੀ ਪੜੋ ਅਰਥ ਪੜੋ ਗੁਰਬਾਣੀ ਵਿੱਚ ਲਿਖਿਆ ਕੀ ਹੈ ਸਮਝਣ ਦੀ ਕੋਸ਼ਿਸ਼ ਕਰਿਓ ਰਾਤਾਂ ਦੇ ਰਾਤਾਂ ਵੱਡੀਆਂ ਦਿਨ ਛੋਟੇ ਐ ਪੂਰਾ ਮਹੀਨਾ ਆ ਹੁਣ ਵਿਆਹ ਬੜੇ ਆ ਗਾਂ ਤੇ ਅੱਗੇ ਤੇ ਵਿਆਹ ਵੀ ਬੰਦ ਹੋ ਜਾਂਦੇ ਆ ਪੋ ਦੇ ਮਹੀਨੇ ਵਿੱਚ ਤੇ ਲੋਕ ਵਿਆਹ ਵੀ ਨਹੀਂ ਕਰਦੇ ਬਹੁਤੇ ਪੂਰਾ ਹੀ ਵਿਹਲਾ ਹੋ ਜਾਂਦਾ ਮਹੀਨਾ ਪੋ ਦਾ ਤਾਂ ਕਰਕੇ ਭਾਈ ਵੱਧ ਤੋਂ ਵੱਧ ਤਕੜੇ ਹੋ ਕੇ ਗੁਰਬਾਣੀ ਪੜੋ ਸਹਿਜ ਪਾਠ ਕਰੋ ਗੁਰਬਾਣੀ ਨੂੰ ਅਰਥਾਂ ਸਮੇਤ ਸਮਝੀਏ ਵੀ ਸਾਡੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਕੀ ਹੈ 9 ਤਰੀਕ ਦਾ ਅਗਲਾ ਸ਼ਨੀਵਾਰ ਆਉਣਾ ਭਾਈ ਤੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਾਉਣੇ ਨੇ ਇੱਥੇ ਜਿਹੜੇ ਆਉਂਦੇ ਆ ਅੱਜ ਸਿੰਘ ਗਏ ਆ ਮੋਗੇ ਸਹਿਜ ਪਾਠ ਆਰੰਭ ਕਰਾਉਣ ਵਾਸਤੇ ਪੋਥੀਆਂ ਦੇਣ ਲਈ ਜਿਨ੍ਹਾਂ ਨੇ ਪਹਿਲੀ ਦੂਜੀ ਪੋਥੀ ਪੜ੍ਹ ਲਈ ਹੈ ਤੀਜੀ ਚੌਥੀ ਜਿੱਦਾਂ ਪ੍ਰਾਪਤ ਕਰ ਲਿਆ ਕਰੋ ਇੱਥੇ ਪੋਥੀਆਂ ਪ੍ਰਾਪਤ ਲੈ ਕੇ ਜਾਇਆ ਕਰੋ ਤੇ ਜਿਹੜੇ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਾਉਣੇ ਆ ਉਹ 9 ਦਸੰਬਰ ਦਾ ਸ਼ਨੀਵਾਰ ਆਉਂਦਾ ਪਹਿਲਾ ਸ਼ਨੀਵਾਰ 9 ਦਸੰਬਰ ਨੂੰ 10 ਵਜੇ ਪਰਮੇਸ਼ਰ ਦੁਆਰ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਆ ਉਹ ਆਪਣੀਆਂ ਪੋਥੀਆਂ ਪ੍ਰਾਪਤ ਕਰੋ ਆ ਕੇ ਤੇ ਗੁਰਬਾਣੀ ਆਪ ਪੜੋ ਹਾਂਜੀ ਬਾਕੀ ਜਿਹੜੇ ਜਿਹੜੇ ਹੁਣ ਦੁਪਹਿਰ ਦੇ ਦੀਵਾਨ ਹੈ ਰਾਤ ਦੇ ਦੀਵਾਨ ਬੰਦ ਹੋ ਗਏ ਆ
ਅਗਲਾ ਐਤਵਾਰ ਚਲੋ ਹੁਣ ਸ਼ਨੀਵਾਰ ਤੇ ਕਿਉਂਕਿ ਦੀਵਾਨ ਦੇਤੇ ਆ ਸਾਰੇ ਪਾਸੇ ਲਾਣੇ ਐਤਵਾਰ ਦੀ ਪੈਣਗੇ ਅਗਲਾ ਐਤਵਾਰ ਜਿਹੜਾ ਜਨਵਰੀ ਦਾ ਹੈ ਉਹ 7 ਤਰੀਕ ਦਾ ਆਏਗਾ ਫਿਰ ਫਰਵਰੀ ਦਾ ਦੀਵਾਨ ਫਿਰ ਦਿਨ ਦਾ ਹੀ ਲੱਗੇਗਾ ਐਤਵਾਰ ਦਾ ਮਾਰਚ ਤੋਂ ਫਿਰ ਰਾਤ ਦਾ ਦੀਵਾਨ ਸ਼ੁਰੂ ਹੋ ਜਾਏਗਾ ਸਾਰੀ ਸੰਗਤ ਨੇ ਧਿਆਨ ਰੱਖਣਾ ਜਿੱਥੇ ਜਿੱਥੇ ਵੀ ਪ੍ਰੋਗਰਾਮ ਨੇ ਆਪਣੇ ਨੇੜੇ ਧੂਰੀ ਕੱਲ ਤੋਂ ਦੀਵਾਨ ਸ਼ੁਰੂ ਹੋਣੇ ਆ ਉਸ ਤੋਂ ਬਾਅਦ ਫਿਰ ਇੱਧਰ ਮਗਰ ਸਾਹਿਬ ਦੇਵੀਗੜ੍ਹ ਦੇ ਇਲਾਕੇ ਦੇ ਵਿੱਚ ਉੱਥੇ 2 ਦਿਨ ਪ੍ਰੋਗਰਾਮ ਹੈ ਫਿਰ 3 ਦਿਨ ਸਹੇੜੀ ਗੰਗੂ ਦਾ ਪਿੰਡ ਸੀ ਜਿਹੜਾ ਜਿੱਥੇ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਸੀ ਸਹੇੜੀ ਵਿੱਚ ਤੇ ਫਤਿਹਗੜ੍ਹ ਸਾਹਿਬ ਅਸੀਂ ਪ੍ਰੋਗਰਾਮ ਰੱਖਿਆ ਸੀ ਪਰ ਉਹ ਥੋੜੀ ਇੱਕ ਮੁਸ਼ਕਲ ਆ ਗਈ ਜਗ੍ਹਾ ਦੀ ਪਹਿਲਾਂ ਤੇ ਹਾਂ ਕਰ ਦਿੱਤੀ ਸੀ ਉਹਦੇ ਵਿੱਚ ਜਦੋਂ ਜ਼ਮੀਨ ਜਿਨ੍ਹਾਂ ਤੋਂ ਲੈਣੀ ਸੀ ਤੇ ਮੁੜ ਕੇ ਉਹਨਾਂ ਨੇ ਥੋੜਾ ਜਿਹਾ ਪਤਾ ਨਹੀਂ ਜਾਂ ਤੇ ਹੁਣ ਵਿਚਲੀ ਗੱਲ ਦਾ ਤਾਂ ਨਹੀਂ ਪਤਾ ਵੀ ਜਗ੍ਹਾ 5-7 ਕਿੱਲੇ ਜਿਹੜੀ ਸੀ ਆਪਾਂ ਲਈ ਸੀ ਉਹਦੀ ਦਿੱਕਤ ਵੱਡੀ ਆਈ ਤਾਂ ਕਰਕੇ ਉੱਥੇ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀ ਉਹ ਇਸ ਕਰਕੇ ਸਾਨੂੰ ਕੈਂਸਲ ਕਰਨਾ ਪਿਆ ਮੈਂ ਚਾਹੁੰਦਾ ਜ਼ਰੂਰ ਸੀ ਕਿ ਫਤਿਹਗੜ੍ਹ ਸਾਹਿਬ ਰਾਤ ਦੇ ਦੀਵਾਨ ਜਿਹੜੇ ਹੈ ਸਭਾ ਦੇ ਵੇਲੇ ਲੱਗਦੇ ਤੇ ਤਾਂ ਜੋ ਫਤਿਹਗੜ੍ਹ ਸਾਹਿਬ ਦਾ ਆਨੰਦ ਵੀ ਹੁੰਦਾ ਹੈ ਉੱਥੇ ਦਾ ਪ੍ਰੋਗਰਾਮ ਦਾ ਪਰ ਉਹ ਫਿਰ ਜਗ੍ਹਾ ਨਹੀਂ ਮਿਲ ਸਕੀ ਜਗ੍ਹਾ ਉਹੀ ਇੱਕ ਹੀ ਵੱਡੀ ਸੀ ਜਿੱਥੇ 7-8 ਕਿੱਲੇ ਜ਼ਮੀਨ ਸੀ ਖੁੱਲ੍ਹੀ ਜ਼ਮੀਨ ਸੀ ਉੱਥੇ ਫਿਰ ਪ੍ਰੋਗਰਾਮ ਕੀਤਾ ਜਾ ਸਕਦਾ ਸੀ ਤਿਆਰੀਆਂ ਤਾਂ ਕੀਤੀਆਂ ਹੋਈਆਂ ਸੀ ਪਰ ਉਹ ਮਜਬੂਰੀ ਬਸ ਸਾਨੂੰ ਪ੍ਰੋਗਰਾਮ ਜਿਹੜਾ ਆਪਾਂ ਨੂੰ ਅੱਗੇ ਕਰਨਾ ਪਿਆ ਸੋ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਸਾਹਿਬ ਪਿਛਲੇ ਮੈਂ ਸ਼ਨੀਵਾਰ ਦੀਵਾਨ ਤੇ ਜਦੋਂ ਤੁਸੀਂ ਆਏ ਸੀ ਤੇ ਮੈਂ ਤੁਹਾਨੂੰ ਉਹਨਾਂ ਦਾ ਕਾਰਡ ਵੀ ਦਿੱਤਾ ਸੀ ਵੀ ਤੁਸੀਂ ਆਪਾਂ ਚੱਲਾਂਗੇ ਅੰਮ੍ਰਿਤਸਰ ਪਰ ਤੁਹਾਨੂੰ ਪਤਾ ਲੱਗ ਗਿਆ ਸਾਰਾ ਦੀਵਾਨ ਜਿਹੜੇ ਹੈ ਅੰਮ੍ਰਿਤਸਰ ਸਾਹਿਬ ਦੇ ਉਹ ਰੱਦ ਕਰਨੇ ਪਏ ਸੀ ਕਿਉਂਕਿ ਇਹ ਬੰਦੇ ਜਿਹੜੇ ਆ ਤੁਹਾਨੂੰ ਪਤਾ ਇਹਨਾਂ ਦਾ ਤੇ ਕੁਝ ਜਾਂਦਾ ਨਹੀਂ ਰੌਲਾ ਪਾਉਣ ਵਾਲੇ ਆ ਜਗ੍ਹਾ ਜਗ੍ਹਾ ਤੇ ਖੱਪ ਪਾਉਣ ਵਾਸਤੇ ਆ ਜਾਂਦੇ ਆ ਸੋ ਵਰਲਡ ਵਾਈਡ ਸਿੱਖਾਂ ਦਾ ਜਲੂਸ ਨਿਕਲੇ ਅਗਲਾ ਪੱਗਾਂ ਲੈਣ ਐਵੇਂ ਲੜਾਈ ਕੋਈ ਪਵੇ ਲੋਕੀ ਕਹਿਣਗੇ ਵੀ ਇਹ ਸਿੱਖ ਲੜਦੇ ਆ ਜੀ ਆਪਸ 'ਚ ਉਹ ਕੰਮ ਚੰਗਾ ਨਹੀਂ ਲੱਗਦਾ ਤੇ ਮੈਂ ਕਿਹਾ ਸੀ ਵੀ ਜੇ ਦੀਵਾਨ ਨਾਲ ਲੱਗੇ ਫਿਰ ਵੀ ਤੇ ਮੈਸੇਜ ਪਹੁੰਚ ਹੀ ਜਾਣਾ ਨਾ ਘਰ ਘਰ ਤੇ ਸਤਿਗੁਰੂ ਦੀ ਮਿਹਰ ਨਾਲ ਦੀਵਾਨ ਲੱਗਣ ਤੋਂ ਜ਼ਿਆਦਾ ਜਿਹੜੀ ਗੱਲ ਸੀ ਉਹ ਲੋਕਾਂ ਦੀਵਾਨ ਲੱਗਦੇ ਫਿਰ ਭਾਵੇਂ ਇੰਨੀ ਗੱਲ ਨਾ ਜਾਂਦੀ ਜਿੰਨਾ ਦੀਵਾਨ ਨਾ ਲੱਗ ਕੇ ਘਰ ਘਰ ਉਹ ਗੱਲ ਪਹੁੰਚੀ ਜਿਹੜੀ ਪਹੁੰਚਣੀ ਚਾਹੀਦੀ ਸੀ ਸੋ ਤਾਂ ਕਰਕੇ ਆਪਾਂ ਸਾਰੇ ਆਪਣੇ ਆਪ ਨੂੰ ਕੰਟਰੋਲ 'ਚ ਰੱਖਿਆ ਕਰੀਏ ਕਈ ਵਾਰੀ ਕਈ ਬੰਦੇ ਬੜੇ ਕਾਹਲੇ ਪੈ ਜਾਂਦੇ ਆ ਭੜਕਦੇ ਆ ਵੇਖੋ ਜੀ ਐਂ ਕਰ ਦਿਆਂਗੇ ਐਂ ਹੋ ਜਾਣਾ ਆਹ ਹੋ ਜਾਣਾ ਨਾ ਭਾਈ ਬਹੁਤ ਕੰਟਰੋਲ ਰੱਖੋ ਆਪਣੇ ਆਪ ਉੱਤੇ ਸਮਝ ਆ ਜਾਂਦੀ ਹੈ ਅਕਲ ਆ ਜਾਂਦੀ ਹੈ ਇਹ ਨਹੀਂ ਵੀ ਸਾਰੇ ਹੁਣ ਕਿਉਂ ਨਹੀਂ ਸਿਆਣੇ ਬਣਦੇ ਸਾਰਿਆਂ ਨੂੰ ਪਤਾ ਨਹੀਂ ਲੱਗਣਾ ਇੱਕ ਜੇ ਆਪਾਂ ਕਹੀਏ ਵੀ ਇੱਕ ਦਿਨ 'ਚ ਅਸੀਂ ਸਭ ਨੂੰ ਸਿਖਾ ਦੇਣਾ ਇਦਾਂ ਨਹੀਂ ਹੋਣਾ ਹਰ ਚੀਜ਼ ਦਾ ਸਮਾਂ ਹੈ ਜਿਹੜੇ ਬੰਦੇ ਨੇ ਨਹੀਂ ਸਮਝਣਾ ਪਿਰਥੀ ਚੰਦ ਸਮਝੇ ਹੀ ਨਹੀਂ ਗੁਰੂ ਘਰ ਜੰਮ ਕੇ ਵੀ ਕਈ ਬੰਦਿਆਂ ਨੂੰ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਸਮਝਾ ਨਹੀਂ ਸਕਦੇ ਕਈ ਬੰਦਿਆਂ ਨੂੰ ਤੁਸੀਂ ਬਦਲ ਨਹੀਂ ਸਕਦੇ ਤਾਂ ਕਰਕੇ ਆਪਣੇ ਆਪ ਨੂੰ ਆਪਾਂ ਬਦਲਣ ਦੀ ਕੋਸ਼ਿਸ਼ ਕਰੀਏ ਬਾਕੀ ਜਿਹੜੇ ਮੇਰੇ ਵੀਰ ਭਰਾ ਅੱਗੇ ਸਮਝ ਸਕਦੇ ਆ ਉਹ ਸਮਝੋ ਜਿੰਨਾ ਹੋ ਸਕਦਾ ਗੁਰਮਤ ਨੂੰ ਸਹੀ ਤਰੀਕੇ ਨਾਲ ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਮਾਈਂਡ ਡਿਵੈਲਪ ਹੋਵੇ ਆ ਦਿਮਾਗ ਖੁੱਲੇ ਥੋੜਾ ਜਿਹਾ ਆਪਣੇ ਫੈਸਲੇ ਆਪ ਲਓ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਉਹਨਾਂ ਨੇ ਕਹਿ ਦਿੱਤਾ ਵੀ ਘੋੜਿਆਂ ਤੇ ਸਵਾਰੀ ਨਹੀਂ ਕਰਨੀ ਰਥਾਂ ਤੇ ਬਹਿਣਾ ਨਹੀਂ ਤੇ ਅੱਜ ਤੱਕ ਉਹਨਾਂ ਦੇ ਪੈਰੋਕਾਰ ਨੇ ਜਿਹੜੇ ਰੱਥਾਂ ਤੇ ਨਹੀਂ ਬਹਿੰਦੇ ਉਹ ਅਜੇ ਵੀ ਸਵਾਰੀਆਂ ਤੇ ਨਹੀਂ ਬਹਿੰਦੇ ਉਹ ਕਹਿੰਦੇ ਨਹੀਂ ਸਾਡੂ ਤੇ ਕਹਿ ਦਿੱਤਾ ਵੀ ਬਹਿਣਾ ਨਹੀਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟੀ ਦਿੱਤੀ ਹੈ ਵੀ ਆਪ ਵੇਖੋ ਹਾਲਾਤ ਕਿੱਦਾਂ ਦੇ ਨੇ ਉਹਨਾਂ ਹਾਲਾਤਾਂ ਵਿੱਚ ਵਧੀਆ ਫੈਸਲਾ ਲੈ ਕੇ ਵਿਖਾਇਆ ਕਰੋ ਇਹ ਤੁਹਾਡਾ ਫਰਜ਼ ਹੈ ਆਪਣਾ ਦਿਮਾਗ ਵਰਤ ਕੇ ਤੁਸੀਂ ਸਹੀ ਫੈਸਲਾ ਲੈਣਾ ਇਹ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੋ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਭਵਾਨੀਗੜ੍ਹ ਆ ਕਸਬਾ ਆਪਣੇ ਨੇੜੇ ਪੈਂਦਾ ਹੈ ਇੱਥੇ ਵੀ 29-30-31 ਦਸੰਬਰ ਦਸੰਬਰ ਦਾ ਲਾਸਟ ਜਿਹੜੇ ਦਿਨ ਨੇ 29-30-31 ਦਸੰਬਰ ਦੇ ਦੁਪਹਿਰ ਦੇ ਦੀਵਾਨ ਭਵਾਨੀਗੜ੍ਹ ਸ਼ਹਿਰ ਵਿੱਚ ਅਨਾਜ ਮੰਡੀ ਵਿੱਚ ਹੋਣਗੇ ਉੱਥੇ ਵੀ ਸੰਗਤ ਨੇੜੇ ਤੇੜੇ ਜਿੱਥੇ ਵੀ ਕਿਤੇ ਪਤਾ ਲੱਗੇ ਪਹੁੰਚ ਕੇ ਹਾਜ਼ਰੀ ਭਰਨੀ ਹੈ ਅਗਲੇ ਐਤਵਾਰ ਦਾ ਜਿਹੜਾ ਦੀਵਾਨ ਹੈ ਅੱਜ ਆਪਾਂ 2:45 ਸ਼ੁਰੂ ਕਰ ਲਿਆ ਸੀ ਅਗਲੇ ਐਤਵਾਰ ਆਪਾਂ 1:30 ਵਜੇ ਤੋਂ ਪਹਿਲਾਂ ਦੀਵਾਨ ਸ਼ੁਰੂ ਕਰ ਲਾਂਗੇ ਕਿਉਂਕਿ ਦਿਨ ਹੋਰ ਵੀ ਛੋਟੇ ਹੋ ਜਾਣਗੇ ਅੱਗੇ ਜਾ ਕੇ ਠੰਡ ਵੀ ਪੈਂਦੀ ਹੈ ਧੁੰਦ ਪੈ ਜਾਂਦੀ ਹੈ ਇਸ ਕਰਕੇ ਅਗਲੇ ਐਤਵਾਰ ਦਾ ਜਿਹੜਾ ਦੀਵਾਨ ਮਹੀਨੇ ਬਾਅਦ ਹੋਏਗਾ ਉਹ ਆਪਾਂ ਵੇਲੇ ਨਾਲ ਸ਼ੁਰੂ ਕਰਾਂਗੇ ਸਾਰੀ ਸੰਗਤ ਦਾ ਧੰਨਵਾਦ ਤੇ ਜਿੱਥੋਂ ਜਿੱਥੋਂ ਆਏ ਹੋ ਹੋਰ ਸੰਗਤਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਇਆ ਕਰੋ ਜਿੰਨਾ ਵੀ ਹੋ ਸਕਦਾ ਰਲ ਮਿਲ ਕੇ ਸਹਿਯੋਗ ਦਿਆ ਕਰੋ
ਇਹ ਵੀ ਨਾਲ ਬੇਨਤੀ ਸੰਗਤ ਨੂੰ ਕਰਨੀ ਚਾਹੁੰਦਾ ਕਿ ਸਾਰੀ ਸੰਗਤ ਭਾਈ ਜਿੰਨਾ ਕੁ ਤੁਹਾਡਾ ਕੋਸ਼ਿਸ਼ ਕਰਿਆ ਕਰੋ ਕਿ ਅਸਥਾਨ ਤੇ ਜਿੰਨੀ ਕੁ ਹਿੱਸਾ ਆਪਾਂ ਤਨ ਮਨ ਧਨ ਕਰਕੇ ਪਾ ਸਕਦੇ ਹਾਂ ਬਹੁਤੇ ਬੰਦੇ ਨਾ ਸਾਡੇ ਸੁਣਨ ਵਾਲਿਆਂ ਵਿੱਚ ਕਮੀ ਕੋਈ ਨਹੀਂ ਪਰ ਫਾਈਨੈਂਸ਼ਲੀ ਜਿਹੜੀ ਹੈਲਪ ਹੈ ਉਹ ਬਹੁਤ ਘੱਟ ਕਰਦੇ ਆ ਬਹੁਤੇ ਬੰਦੇ ਜਿਹੜੇ ਸਾਡੇ ਬਹੁਤਿਆਂ ਨੂੰ ਇਹ ਹੈ ਕਿ ਇਹਨਾਂ ਨੂੰ ਕਾਹਦਾ ਘੱਟ ਹੈ ਜੀ ਇਹਨਾਂ ਨੂੰ ਕਿਸੇ ਗੱਲ ਦੀ ਕਾਹਦਾ ਕਾਹਦੀ ਜ਼ਿਆਦਾਤਰ ਸਾਡੇ ਬੰਦਿਆਂ 'ਚ ਇਦਾਂ ਹੀ ਉਹ ਜਿਵੇਂ ਸੁਣਿਆ ਨਹੀਂ ਕਹਿੰਦੇ ਵੀ ਇੱਕ ਕਿਸੇ ਦੇ ਦੁੱਧ ਲੈ ਕੇ ਜਾਣਾ ਸੀ ਤੇ ਹਰੇਕ ਉਹ ਬੰਦਾ ਇੱਕ ਕੀ ਕਹਿੰਦਾ ਉਹ ਕਹਿੰਦਾ ਸਾਰੇ ਦੁੱਧ ਦੀਆਂ ਕੈਨੀਆਂ ਲਿਆਏ ਹੋਣਗੇ ਢੋਲ 'ਚ ਪਾਈ ਜਾਣਗੇ ਤੇ ਚੱਲ ਮੈਂ ਪਾਣੀ ਦੀ ਕੈਨੀ ਪਾ ਦਿਆਂਗਾ ਉੱਥੇ ਕਿਹੜਾ ਪਤਾ ਲੱਗਣਾ ਸਾਰੇ ਤੇ ਦੁੱਧ ਪਾਣਗੇ ਤੇ ਮੈਂ ਪਾਣੀ ਪਾ ਦਿਆਂਗਾ ਉਹ ਪਾਣੀ ਦੀ ਕੈਨੀ ਪਾ ਆਇਆ ਤੇ ਜਦੋਂ ਕਹਿੰਦੇ ਲੱਗੇ ਚੈੱਕ ਕਰਨ ਉਹ ਹੈਰਾਨੀ ਉਦੋਂ ਹੋਈ ਜਦੋਂ ਟੈਂਕੋ ਜਿਹੜਾ ਭਰਿਆ ਸੀ ਡਰੰਮ ਉਹ ਸਾਰਾ ਹੀ ਪਾਣੀ ਦਾ ਭਰਿਆ ਕਿਉਂ ਕਿਉਂਕਿ ਹਰੇਕ ਹੀ ਪਾਣੀ ਲੈ ਗਿਆ ਕਹਿੰਦੇ ਉਹ ਲੈ ਆਏ ਹੋਣਗੇ ਸਾਡੇ ਬਹੁਤਾ ਕੰਮ ਇਦਾਂ ਦਾ ਸਾਡੇ ਨਾ ਜੀ ਸੰਸਥਾ ਦੇ ਵਿੱਚ ਬਹੁਤੇ ਬੰਦੇ ਇਹ ਸੋਚਦੇ ਆ ਵੀ ਇਹਨਾਂ ਨੂੰ ਕਾਹਦਾ ਘੱਟ ਹੈ ਜੀ ਇੱਥੇ ਤੇ ਸਾਰਾ ਕੁਝ ਹੀ ਚੱਲੀ ਜਾਂਦਾ ਹੈ ਪਰ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਉਹ ਇੱਥੇ ਦਫ਼ਤਰ 'ਚ ਬਹਿ ਕੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਕਿੱਦਾਂ ਅਸੀਂ ਇਹਦਾ ਖਰਚਾ ਚਲਾਉਂਦੇ ਹਾਂ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਥੋੜ੍ਹੀ ਬਹੁਤ ਕਿਉਂਕਿ ਜਿਹੜੇ ਬੰਦੇ ਕਰ ਸਕਦੇ ਨੇ ਉਹ ਜ਼ਰੂਰ ਕਰਿਆ ਕਰੋ ਪਿਛਲੇ ਸਾਲ ਸਾਨੂੰ 10 ਬੰਦਿਆਂ ਨੇ ਰਲ ਕੇ ਅਮਰੀਕਾ ਵਾਲਿਆਂ ਨੇ ਬੱਸ ਲੈ ਕੇ ਦਿੱਤੀ ਸੀ ਜਥੇ ਵਾਸਤੇ ਅਸੀਂ ਲਈ ਸੀ ਬੜੇ ਚਾਅ ਨਾਲ ਖਰੀਦੀ ਸੀ ਤੇ ਰੀਤ ਨਾਲ ਮੈਂ ਉਹਨੂੰ ਤਿਆਰ ਕਰਵਾਇਆ ਸੀ ਪਰ ਹੁਣ ਸਾਨੂੰ ਮਜਬੂਰੀ ਵਸ ਉਹ ਬੱਸ ਵੇਚਣੀ ਪਈ ਹੈ ਇੱਕ ਸਾਲ ਜੇ ਹੋਇਆ ਨਹੀਂ ਤੇ ਕਿਉਂ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਇੱਥੋਂ ਦੇ ਖਰਚੇ ਆ ਉਹ ਸਾਡੇ ਹਿਸਾਬ 'ਚ ਨਹੀਂ ਆਉਂਦੇ ਜਿੰਨਾ ਚਿਰ ਤੇ ਰਹੇ ਹਾਂ ਬਾਬਿਆਂ ਵਾਂਗੂ ਜਿੰਨਾ ਚਿਰ ਤੇ ਰਿਹਾ ਮੈਂ ਬਾਬਿਆਂ ਵਾਂਗੂ ਮੈਨੂੰ ਤੁਹਾਨੂੰ ਚੇਤਾ ਹੋਣਾ ਇੱਕ ਵਾਰ ਨਾ ਇੱਥੇ ਹਸਪੀਟਲ ਜਿਹੜੀ ਬਿਲਡਿੰਗ ਬਣੀ ਹੈ ਇੱਥੇ ਸਾਹਮਣੇ ਤੇ ਮੈਂ ਇੱਕ ਵਾਰ ਕਿਹਾ ਮੈਂ ਕਿਹਾ ਜੀ ਹਸਪੀਟਲ ਦੀ ਸੇਵਾ ਕਰੋ ਸਾਰੇ ਤੇ ਕਮਾਲ ਦੀ ਗੱਲ ਹੋਈ 5-5, 10-10 ਹਜ਼ਾਰ ਭਾਈ ਕਰੋ ਸੇਵਾ ਤੇ ਪਤਾ ਉਦੋਂ ਸ਼ਰਧਾ ਕਿੱਦਾਂ ਦੀ ਹੁੰਦੀ ਮਹਾਂਪੁਰਖਾਂ ਨੇ ਬਚਨ ਕਰਤਾ ਭਾਈ ਜਿੱਥੋਂ ਮਰਜ਼ੀ ਕਰੋ ਦਿਓ ਹੋਇਆ ਨਾ ਇਦਾਂ ਕਮਾਲ ਦੀ ਗੱਲ ਇਹ ਹੋਈ ਵੀ 50 ਲੱਖ ਰੁਪਈਆ ਤੀਜੇ ਚੌਥੇ ਦਿਨ ਹੀ ਇਕੱਠਾ ਹੋ ਗਿਆ ਐਦਕੀ ਮੈਂ 2 ਵਾਰੀ ਖੜਾ ਹੋ ਕੇ ਵੀ ਬੋਲਿਆ ਮੈਂ ਕਿਹਾ ਸਾਧ ਸੰਗਤ ਜੀ ਟੈਂਕੀ ਬਣਾਉਣੀ ਹੈ ਤੇ 40 ਲੱਖ ਰੁਪਇਆ ਲੱਗਣਾ ਹੈ ਸੱਚੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ 15,000 ਰੁਪਈਆ ਹੋਇਆ ਕਿਉਂ ਅਗਲਾ ਕਹਿੰਦਾ ਉਹ ਜਿਹੜੀ ਗੱਲ ਹੈ ਬਾਬਿਆਂ ਵਾਲੀ ਉੱਥੇ ਸ਼ਰਧਾ ਹੈ ਵੀ ਸਾਨੂੰ ਤੇ ਬਚਨ ਕੀਤਾ ਹੈ ਆਪਾਂ ਤੇ ਮੰਨੀਏ ਇਹੋ ਜਿਹਾ ਕੰਮਾਂ ਵਿੱਚ ਫਿਰ ਅਸੀਂ ਕਹਿੰਦੇ ਹਾਂ ਛੱਡੋ ਪਰੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਯੋਗਦਾਨ ਸਾਰੇ ਨਹੀਂ ਜਿਹੜੇ ਪਾ ਸਕਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਆਪਣਾ ਦਸਵੰਧ ਦੇ ਸਕਦੇ ਹਾਂ ਉਹ ਜ਼ਰੂਰ ਆਪਣੀ ਹੈਲਪ ਕਰਿਆ ਕਰੋ ਉਹ ਨਾ ਟਲਿਆ ਕਰੋ ਜਿਹੜੇ ਕੱਢ ਸਕਦੇ ਆ ਹਿੱਸਾ ਪਾ ਸਕਦੇ ਆ ਉਹ ਜ਼ਰੂਰ ਪਾਇਆ ਕਰੋ ਬਾਕੀ ਕਿਸੇ ਨਾਲ ਧੱਕਾ ਨਹੀਂ ਮੰਗਦੇ ਨਹੀਂ ਪਰ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਧੱਕੇ ਨਾਲ ਨਹੀਂ ਜਿੰਨਾ ਕਰ ਸਕਦੇ ਹੋ ਉਹ ਜ਼ਰੂਰ ਕਰਿਆ ਕਰੋ ਵਿਦੇਸ਼ਾਂ ਵਿੱਚ ਵੀ ਜਿਹੜੇ ਮੇਰੇ ਵੀਰ ਭਰਾ ਪ੍ਰੋਗਰਾਮ ਸੁਣਦੇ ਆ ਉਹਨਾਂ ਨੂੰ ਵੀ ਮੇਰੀ ਇਹ ਜ਼ਰੂਰ ਬੇਨਤੀ ਹੈ ਕਿਉਂਕਿ ਪਿਛਲੇ 3-4 ਸਾਲਾਂ ਤੋਂ ਫਾਈਨੈਂਸ਼ਲੀ ਜਿਹੜਾ ਸਿਸਟਮ ਹੈ ਉਹ ਬਹੁਤ ਡਾਵਾਂਡੋਲ ਹੋਇਆ ਪਹਿਲਾਂ ਇਦਾਂ ਮੁਸ਼ਕਲ ਨਹੀਂ ਸੀ ਹੁੰਦੀ ਹੁਣ ਬਾਹਰ ਦੇ ਟੂਰ ਵੀ ਜੇ ਬਾਹਰ ਜਾਈਦਾ ਵੀ ਹੈ ਪਹਿਲਾਂ ਬਾਹਰ ਦੀਵਾਨ 2-2 ਮਹੀਨੇ 3-3 ਮਹੀਨੇ ਹੁਣ ਇੱਕ ਜਗ੍ਹਾ ਹੀ ਜਾ ਕੇ ਵਾਪਸ ਆ ਜਾਈਦਾ ਬਹੁਤ ਫਰਕ ਪਿਆ ਇਸ ਗੱਲ ਦਾ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਖਰਚੇ ਤੇ ਉੱਥੇ ਹੀ ਰਹਿਣੇ ਗੱਡੀਆਂ ਟੁੱਟ ਗਈਆਂ ਉੱਥੇ ਅਜੇ ਵੀ ਖੜੀਆਂ ਗੱਡੀਆਂ ਸਾਡੀਆਂ ਤੇ ਨਵੀਆਂ 5-4 ਲੈਣੀਆਂ ਪਈਆਂ 60 ਲੱਖ ਤੋਂ ਜ਼ਿਆਦਾ ਕੇਸ ਤੇ ਸਾਡਾ ਖਰਚਾ ਹੋਇਆ ਵਕੀਲਾਂ ਦੇ ਖਰਚੇ ਜਿਹੜੇ ਆ ਉਹ ਮਾਣ ਨਹੀਂ ਜਿਹੜਾ ਭਾਈ ਭੁਪਿੰਦਰ ਸਿੰਘ ਹੋਣਾ ਦਾ ਕੇਸ ਸਾਡਾ ਚੱਲ ਰਿਹਾ ਉੱਧਰ ਅਲੱਗ ਅਲੱਗ ਖਰਚੇ ਉੱਥੇ ਹੀ ਖੜੇ ਆ ਸਿਕਿਉਰਿਟੀ ਵਾਲੇ ਬੰਦੇ ਨਾਲ ਗੱਡੀਆਂ ਜ਼ਿਆਦਾ ਜਾਣ ਲੱਗ ਪਈਆਂ ਅੱਗੇ 2 ਗੱਡੀਆਂ ਦਾ ਤੇਲ ਪੈਂਦਾ ਸੀ ਹੁਣ 8 ਗੱਡੀਆਂ 'ਚ ਤੇਲ ਪੈਂਦਾ ਖਰਚਾ ਤੇ ਵੱਧ ਗਿਆ ਕਿ ਨਹੀਂ ਵੱਧ ਗਿਆ ਹਰ ਚੀਜ਼ ਵੱਧ ਗਈ ਤਾਂ ਕਰਕੇ ਜਿਹੜੇ ਬੰਦੇ ਕਰ ਸਕਦੇ ਹੁੰਦੇ ਆ ਉਹ ਜ਼ਰੂਰ ਯੋਗਦਾਨ ਪਾਇਆ ਕਰਨ ਬਾਕੀ ਸਾਰੀ ਸੰਗਤ ਦਾ ਧੰਨਵਾਦ ਹੈ ਪਿਆਰ ਆਪ ਜੀ ਨੇ ਬਹੁਤ ਦਿੱਤਾ ਹੁਣ ਤੱਕ ਇਦਾਂ ਹੀ ਤਕੜੇ ਹੋ ਕੇ ਚੱਲੀਏ ਮੈਂ ਤੁਹਾਨੂੰ ਅੱਗੇ ਵੀ 2-3 ਵਾਰ ਕਹਿ ਚੁੱਕਿਆ ਵੀ ਆਪਾਂ ਥੋੜ੍ਹਾ ਚਿਰ ਕਰੀਏ ਸਾਰੀ ਜ਼ਿੰਦਗੀ ਆਪਾਂ ਇਦਾਂ ਨਹੀਂ ਵੀ ਇਦਾਂ ਹੀ ਆ ਕਈ ਗੱਲਾਂ ਕਹਿਣ ਵਾਲੀਆਂ ਨੇ ਜਿਹੜੀਆਂ ਸਾਨੂੰ ਖੁੱਲ੍ਹ ਕੇ ਕਹਿਣੀਆਂ ਚਾਹੀਦੀਆਂ ਹੁਣ ਸਟੇਜਾਂ ਬਚਾਉਣ ਦੇ ਮਾਰੇ ਕਈ ਗੱਲਾਂ ਕਹੀ ਦੀਆਂ ਨੇ ਵੀ ਸਟੇਜ ਹੈ ਜੀ ਇਹ ਜ਼ਰੂਰੀ ਹੈ ਇਹ ਕਿੰਨਾ ਕੁ ਚਿਰ ਕਰਦੇ ਰਹਾਂਗੇ ਆਪਾਂ ਅਸਲ ਕਈ ਗੱਲਾਂ ਇਦਾਂ ਦੀਆਂ ਜਿਹੜੀਆਂ ਸਾਨੂੰ ਹੋਰ ਵੀ ਖੁੱਲ੍ਹ ਕੇ ਕਹਿਣੀਆਂ ਚਾਹੀਦੀਆਂ
ਤੇ ਉਹ ਕਵਾਂਗੇ ਜ਼ਰੂਰ। ਲੰਮਾ ਟਾਈਮ ਨਹੀਂ ਆਪਾਂ ਆਪਾਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਮਨ ਦੀ ਗੱਲ ਹੈ ਜਿਹੜੀ ਉਹ ਸਾਨੂੰ ਹਰ ਗੱਲ ਕਹਿਣੀ ਚਾਹੀਦੀ ਖੁੱਲ ਕੇ ਤੇ ਕਵਾਂਗੇ ਵੀ ਜ਼ਰੂਰ। ਆਪਾਂ ਚਲੋ ਜਿੰਨਾ ਕੁ ਚਿਰ ਤੁਸੀਂ ਭੈਣ ਭਰਾ ਇਕੱਠੇ ਹੁੰਦੇ ਹੋ ਆਪਾਂ ਯਤਨ ਕਰਾਂਗੇ ਵੀ ਆਪਾਂ ਇਦਾਂ ਥੋੜਾ ਚਿਰ ਹਾਜ਼ਰੀ ਹੋਰ ਭਰੀਏ, ਬਸ ਤਕੜੇ ਹੋ ਕੇ ਨਾਲ ਤੁਰੇ ਰਹੋ। ਬਾਕੀ ਆਪਣਾ ਜਿਹੜਾ ਸਾਡੇ ਤੋਂ ਵੀ ਅੱਗੇ ਸਮਝ ਸਕਦਾ ਗੱਲ ਨੂੰ ਪਕੜਦਾ ਉਹ ਜਿੰਨਾ ਮਰਜ਼ੀ ਅੱਗੇ ਜਾਵੇ, ਵੱਧ ਤੋਂ ਵੱਧ ਗੁਰਮਤ ਨੂੰ ਸਮਝ ਕੇ ਅੱਗੇ ਵਧੀਏ। ਆ ਦਿਮਾਗ ਖੁੱਲ੍ਹਣਾ ਚਾਹੀਦਾ ਹੈ, ਵਿਕਾਸ ਕਰਨਾ ਚਾਹੀਦਾ ਹੈ, ਬਸ ਇਹਦੇ ਲਈ ਆਪਾਂ ਯਤਨਸ਼ੀਲ ਹੋਈਏ। ਆਓ ਗੱਜ ਕੇ ਪੜ੍ਹੋ ਹੁਣ ਆਨੰਦ ਸਾਹਿਬ, ਫਿਰ ਅਰਦਾਸ ਵਿੱਚ ਜੁੜੀਏ, ਗੁਰੂ ਜੀ ਦੇ ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ ਹੈ। ਪਹਿਲਾਂ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ, ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰ। ਬਾਕੀ ਜਦੋਂ ਲੰਗਰ ਪ੍ਰਸ਼ਾਦਾ ਛੱਕ ਕੇ ਜਾਓਗੇ ਮੇਨ ਗੇਟ ਚੋਂ ਹੌਲੀ ਹੌਲੀ ਲੰਘਿਆ ਕਰੋ, ਤੁਹਾਨੂੰ ਲੱਗੇ ਵੀ ਧੱਕਾ ਜ਼ਿਆਦਾ ਪਿੱਛੇ ਖੜ ਜਾਇਆ ਕਰੋ, ਥੋੜ੍ਹਾ ਚਿਰ 5 ਮਿੰਟ ਵੱਧ ਲੱਗ ਜਾਣਗੇ, ਪਿੱਛੇ ਸੜਕ ਤੇ ਖੜ ਜਾਇਆ ਕਰੋ ਰੋਡ ਦੇ ਉੱਤੇ, ਵੀ ਆਰਾਮ ਨਾਲ ਜਦੋਂ ਬਾਹਰ ਨਿਕਲਣਾ ਤੇ ਬਹੁਤ ਆਰਾਮ ਨਾਲ ਨਿਕਲਿਆ। 4 ਕੁ ਵਜੇ ਆ ਜੇ ਬਹੁਤਾ ਕੁ ਵੇਲਾ ਨਹੀਂ ਹੋਇਆ, ਆਨੰਦ ਸਾਹਿਬ ਚ ਗੱਜ ਕੇ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ ਭਾਈ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਮੱਥਾ ਟੇਕ ਲਓ, ਸਾਰੀ ਸੰਗਤ ਦਾ ਧੰਨਵਾਦ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਅਨੰਤ ਪਾਇਆ ਮੇਰੀ ਪਾਏ ਸੰਤ ਗੁਰੂ ਪਰਿਵਾਰ ਪਰੀਆਂ ਸ਼ਬਦ ਦਾ ਬਣਿਆ ਹੋਆ ਸਤਿਗੁਰੂ ਪਾਇਆ ਤੂੰ ਮਨ ਮੇਰੇ ਰੂਪ ਸਬਦ ਸਾਰਣਾ ਸਵਾਮੀ ਸੋ ਕੇ ਮਨ ਹੋਮ ਸਾਰੇ ਸਾਜੇ ਸਾਹਿਬ ਆਗਿਆ ਨਾਹੀ ਹਰਦੇ ਹਰਾ ਸਿਮਤ ਸਲਾਹਾ ਤੇਰੀ ਨਾਮ ਮਨ ਸਾਰੇ ਨਾਨਕ ਸੱਚੇ ਸਾਹਿਬਿਆ ਨਾਹੀ ਹਰਦੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਕਰਮ ਮਾਇਆ ਦੁਰਜਨ ਸੋਸੇ ਨਾਮ ਹਰ ਅਨੰਤ ਸੁਣੋਵਟ ਭਾਗੀ ਹੋ ਸਕਲੋ ਲੋੜ ਪੂਰੇ ਰੋਗ ਸੰਤਾ ਮੁਕਰੇ ਸੁਣੀ ਸੁਣੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਾਂਗਿਆਈਆਂ ਗੁਰਿਆਈਆਂ ਬਚ ਧਰਮ ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੋ ਟਲ ਗੁਰ ਸੇਵੀਏ ਅਹਿਨ ਸੁਸ
ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਤਨਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਨੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਨੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।